वाहेगुरु जी का खालसा वाहेगुरु जी की फतेह। बोले सो निहाल देखा घंटी बजी आ, यह हर रोज रूटीन आ। सवेर के प्रसादे मौके भी कल्ली भी आने अभी जिन्हें साढ़े सारे वलंटियर इकट्ठे हो जाते एक थान से, सारे बंदे आपो अपनी ड्यूटियां ते किसी नूं प्रसादा छकाउणा हुंदा, किसी ने अपन बनने आ, किसी ने दाल सब्जी, किसी ने अचार, किसी ने जल की सेवा करनी आ, सारिआं नूं आपो अपनी ड्यूटियां लई सचेत करीदा। ते इह अज असीं तुहाडे सामने फिर आए अपने परिवार दे नाल, प्रसादे दा टाइम आ। बापू रमेश बाबू साडा प्रसादा छकण लई बैठे ने, बापू जमातू बाई जी बैठे ने, अमित बापू इधर साढ़े रवि शंकर जी बैठे ने, इन्होंने पैर च कीड़े पे थे। प्रोफेसर साहब बैठे ने, साडा बलजिंदर वीर बैठा वा, गुरप्रीत वीर बैठा, इधर बिट्टू वीरा बैठा, इधर हरसिमरनजीत सिंह बैठा साडा। हाँ जी की हाल ने बाई, ठीक ठाक हो बाई जी? ने तुसी देखिया होना पैर च कीड़े पे थे, बहुत माड़ी हालत दे विच वीर नूं आ कैंप ते इन क महीने पहले इन्हों का परिवार छड के गया, इन्हों बलबीर सिंह साढ़े को वीर नूं। पंकज आ इधर, राजविंदर सिंह बैठा, वीर दे पेट का फटिया होया सी, पूरा सड़कां ते घूमदा सी, तुसी देखिया फलौर तो लैके आए सीगे। इदां ही वाहिगुरू सिंह बैठा, छकाओ प्रसादा शुरू करो वीर। चलो भी चलो, इधरों हम प्रसादे की सेवा शुरू हो गई आ, सब्जी दाल बनी हुई है जिहड़ी जगे होनी प्रसादा छका रहे ने, दाल आ इधर, सब्जी आ, जिहड़ी जिहड़ियां चीज़ां बनियां सारे आपो अपने लैवल ते जिवें बन्नी आ वीर, तुसी देखिया होणा इहदी वी पोस्ट किफ्स मार्केट लुधियाने तो वीर नूं लैके आए सी, उहने साडे नाल प्रसादा छकाउंदा साडा ਸਾਡੇ ਨਾਲ ਪੂਰੀ ਸੇਵਾ ਕਰਵਾਉਂਦਾ ਵੀਰ, ਜਿੱਦਾਂ ਅਸੀਂ ਕਰਦੇ ਹਾਂ ਉੱਦਾਂ ਪੂਰੀ ਸੇਵਾ ਕੀਤਾ। ਰਤਨਦੀਪ, ਨਿਸ਼ਾਨ ਸਿੰਘ ਜੀ, ਸਾਰੇ ਵੀਰ ਜਿਹੜੇ ਥੱਲੇ ਨਹੀਂ ਬੈਠ ਸਕਦੇ ਉਹਨਾਂ ਨੂੰ ਟੇਬਲਾਂ ਦੇ ਉੱਪਰ ਬੈਠਣ ਦਾ ਇੰਤਜ਼ਾਮ ਕੀਤਾ ਹੋਇਆ ਵਾ, ਅਤੇ ਜਿਹੜੇ ਛੱਕ ਨਹੀਂ ਸਕਦੇ ਆਪਣੇ ਹੱਥੀਂ ਉਹਨਾਂ ਨੂੰ ਛਕਾਉਣ ਦੇ ਲਈ ਕੋਲੇ ਨਾਲ ਵਲੰਟੀਅਰ ਬੈਠ ਜਾਂਦੇ ਨੇ, ਉਹ ਪ੍ਰਸ਼ਾਦਾ ਛਕਾਉਂਦੇ ਨੇ। ਤੁਸੀਂ ਦੇਖ ਸਕਦੇ ਹਾਂ ਜਿਹੜੇ ਜਿਹੜੇ ਅੰਦਰ ਮੰਜਿਆਂ 'ਤੇ ਬੈਠ ਕੇ ਛੱਕ ਸਕਦੇ ਨੇ ਉਹਨਾਂ ਨੂੰ ਮੰਜਿਆਂ ਦੇ ਉੱਪਰ ਬੈਠ ਕੇ ਛਕਾਇਆ ਜਾਂਦਾ। ਸਾਰੇ ਥਾਲੀਆਂ ਆ ਚੁੱਕੀਆਂ, ਪ੍ਰਸ਼ਾਦਾ ਵਰਤਾਉਣ ਲੱਗ ਗਏ ਨੇ ਵਲੰਟੀਅਰ ਸਾਡੇ। ਮਾਰਦੇ ਮਾਰਦੇ ਤਾੜੀਆਂ ਤੂੰ ਵੀ, ਵਿੱਕੀ ਵਿੱਕੀ ਸਾਡਾ ਤਾੜੀਆਂ ਮਾਰ ਰਿਹਾ ਜੀ। ਤੁਸੀਂ ਦੇਖੀ ਹੋਣੀ ਵਿੱਕੀ ਦੀ ਅਤੇ ਇਹਦੇ ਸਿਸਟਰ ਜਿਹੜੇ ਰਚਨਾ, ਦੋਨਾਂ ਦੀ ਇੱਕ ਵੀਡੀਓ ਬੜੇ ਮਾੜੇ ਹਾਲਾਤਾਂ 'ਚ ਅਸੀਂ ਦੋਨੇ ਭੈਣ ਭਰਾਵਾਂ ਨੂੰ ਲੈ ਕੇ ਆਏ ਸੀ ਘਰ ਦੇ ਵਿੱਚ। 8-9 ਸਾਲਾਂ ਤੋਂ ਆਪਣਾ ਹੀ ਮਲ ਮੂਤਰ ਖਾ ਰਹੇ ਸੀ ਦੋਨੋਂ ਭੈਣ ਭਰਾ ਵਿਚਾਰੇ ਬੈਠੇ, ਪਰ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਸੇਵਾ ਦੀ ਡਿਊਟੀ ਸਾਨੂੰ ਸੱਚੇ ਪਾਤਸ਼ਾਹ ਨੇ ਬਖਸ਼ੀ। ਆ ਦੇਖੋ, ਆਹ ਇਹਨਾਂ ਦੀ ਵੀਡੀਓ ਆ ਉਸ ਟਾਈਮ ਦੀ। ਇਸ ਹਾਲਾਤ ਦੇ ਵਿੱਚ ਸੀਗੇ ਉਸ ਟਾਈਮ ਵਿੱਕੀ ਅਤੇ ਵਿੱਕੀ ਦੇ ਸਿਸਟਰ ਰਚਨਾ ਭੈਣ ਵਰਤਾਓ ਵੀਰੇ, ਅਤੇ ਹਾਲਾਤ ਬਹੁਤ ਮਾੜੇ ਸੀ ਉਸ ਟਾਈਮ, ਪਰ ਬਾਬੇ ਨਾਨਕ ਦੀ ਕਿਰਪਾ ਨਾਲ ਹੁਣ ਵਿੱਕੀ ਬਹੁਤ ਖੁਸ਼ ਰਹਿੰਦਾ, ਬਹੁਤ ਠੀਕ ਰਹਿੰਦਾ। ਆ ਤੁਸੀਂ ਦੇਖੋ ਉਸ ਟਾਈਮ ਵਿੱਕੀ ਦੇ ਹਾਲਾਤ ਕੀ ਸੀਗੇ, ਆ ਵਿੱਕੀ ਦੀ ਅਤੇ ਰਚਨਾ ਭੈਣ ਦੀਆਂ ਫੋਟੋਆਂ ਵਾ ਉਸ ਟਾਈਮ ਦੀਆਂ। ਆ ਵਿੱਕੀ ਸੀ ਉਸ ਟਾਈਮ ਅਤੇ ਅੱਜ ਦਾ ਵਿੱਕੀ ਅਤੇ ਉਸ ਟਾਈਮ ਦਾ ਵਿੱਕੀ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ, ਹੱਡੀਆਂ ਦਾ ਪਿੰਜਰ ਬਣਿਆ ਹੋਇਆ। ਇਹ ਨੌਜਵਾਨ ਵੀਰ ਆਪਣਾ ਮਲ ਮੂਤਰ ਖਾ ਰਿਹਾ ਸੀ ਜੀ, ਆਪਣਾ ਮਲ ਮੂਤਰ, ਅਤੇ ਬੜੀ ਦੁੱਖ ਦੀ ਗੱਲ ਆ ਵੀ ਲੋਕ ਆਸ ਪਾਸ ਦੇ ਲੋਕ ਕੋਈ ਮਦਦ ਲਈ ਨਹੀਂ ਸੀ ਆ ਰਿਹਾ, ਘਰ ਦੇ ਵਿੱਚ ਗੰਦਗੀ ਦੇ ਢੇਰ ਲੱਗੇ ਪਏ ਸੀ, ਵਿੱਕੀ ਦੇ ਪੈਰ ਇੱਦਾਂ ਗਲੇ ਪਏ ਸੀ ਟੋਇਲਟ ਦੇ ਨਾਲ, ਅਤੇ ਹੁਣ ਬਾਬਾ ਨਾਨਕ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸੇਵਾ ਵਿੱਕੀ ਉਹਨਾਂ ਦੀ ਸਾਨੂੰ ਮਿਲੀ ਹੋਈ ਵੀਰ ਦੀ। ਇਹਦੇ ਸਾਡਾ ਜੋਰਾ ਸਿੰਘ ਵੀਰ ਬੈਠਾ, ਇਹਨੂੰ ਵੀ ਘਰ 'ਚ ਬੰਨਿਆ ਹੋਇਆ ਸੀ 7-8 ਸਾਲਾਂ ਤੋਂ, ਆਪਣਾ ਮਲ ਮੂਤਰ ਨਾਲ ਲੱਤ ਪੱਤ ਉੱਦਾਂ ਹੀ ਕਮਰੇ 'ਚ ਬੰਦ ਸੀਗਾ ਵੀਰ ਇਹ ਵੀ। ਅਤੇ ਇੱਧਰ ਬਾਪੂ ਕਾਕਾ ਸਿੰਘ ਜੀ ਜਿਨ੍ਹਾਂ ਨੂੰ ਖੰਨੇ ਤੋਂ, ਵੀਡੀਓ ਨੂੰ ਪਲੀਜ਼ ਸ਼ੇਅਰ ਕਰ ਦਿਓ ਸਾਰੇ ਜਾਣੇ ਤਾਂ ਜੋ ਹੋਰਾਂ ਭੈਣਾਂ ਭਰਾਵਾਂ ਤੱਕ ਸਾਡਾ ਅੱਜ ਦਾ ਸੁਨੇਹਾ ਪਹੁੰਚ ਸਕੇ। ਮਨੁੱਖਤਾ ਦੀ ਸੇਵਾ ਪਰਿਵਾਰ ਦਾ ਇੱਕ ਛੋਟਾ ਜਿਹਾ ਮੈਸੇਜ ਅੱਜ ਵੀ ਜਿਹੜਾ ਲੋਕਡਾਊਨ ਚੱਲ ਰਿਹਾ ਉਹਦੇ ਸੰਬੰਧ ਦੇ ਵਿੱਚ, ਪਲੀਜ਼ ਵੱਧ ਤੋਂ ਵੱਧ ਭੈਣ ਭਰਾਵਾਂ ਨੂੰ ਜੋੜਨ ਦੇ ਲਈ ਵੀਡੀਓ ਨੂੰ ਸ਼ੇਅਰ ਕਰ ਦਿਓ। ਅਤੇ ਕਾਕਾ ਬਾਪੂ ਜੀ ਨੇ, ਕੁਲਜੀਤ ਸਿੰਘ ਕਾਕਾ ਜੀ ਨੂੰ ਅਸੀਂ ਖੰਨੇ ਤੋਂ ਲੈ ਕੇ ਆਏ ਸੀ, ਅੱਖਾਂ ਤੋਂ ਬਲਾਇੰਡ ਆ ਬਾਪੂ ਜੀ ਨੂੰ, ਦਿਖਾਈ ਨਹੀਂ ਦਿੰਦਾ ਬਿਲਕੁਲ ਹੀ, ਅੱਖਾਂ ਦੀ ਰੋਸ਼ਨੀ ਹੈ ਨਹੀਂ, ਪਰ ਥੋੜ੍ਹੀ ਜਿਹੀ ਇੱਕ ਛੋਟੀ ਜਿਹੀ ਕੋਸ਼ਿਸ਼ ਦੇ ਨਾਲ ਹੀ ਇਹਨਾਂ ਦੀ ਅੱਖਾਂ ਦੀ ਰੋਸ਼ਨੀ ਵਾਪਸ ਆ ਸਕਦੀ ਸੀ, ਪਰ ਆਪਣਿਆਂ ਨੇ ਕੁਛ ਹੈਲਪ ਨਹੀਂ ਕੀਤੀ, ਇਸ ਕਰਕੇ ਸੜਕਾਂ 'ਤੇ ਰੋਲਣ ਲਈ ਮਜਬੂਰ ਸੀ ਬਾਪੂ ਦੇ। ਬਾਪੂ ਗਿੰਦਰ ਮੋਹਨ ਸਿੰਘ ਜੀ, ਇਹ ਵੀ ਅੱਖਾਂ ਤੋਂ ਬਲਾਇੰਡ ਸੀ, ਸੜਕਾਂ 'ਤੇ ਜ਼ਿੰਦਗੀ ਕੱਟਦੇ ਸੀ, ਪਰ ਹੁਣ ਅੱਖਾਂ ਦੀ ਰੋਸ਼ਨੀ ਬਾਪੂ ਦੀ ਵਾਪਸ ਆ ਗਈ ਆ, ਬਾਪੂ ਬਿਲਕੁਲ ਤੰਦਰੁਸਤੀ ਭਰੀ ਜ਼ਿੰਦਗੀ ਬਤੀਤ ਕਰਦੇ ਨੇ ਇੱਥੇ ਸਾਡੇ ਕੋਲ ਰਹਿ ਕੇ।
ਤੇ ਜਦੋਂ ਫਰੀਦਕੋਟ ਤੋਂ ਅਸੀਂ ਲੈ ਕੇ ਆਏ ਸੀ ਬਾਪੂ ਨੂੰ ਤੇ ਬਾਪੂ ਸੜਕਾਂ ਦੇ ਉੱਪਰ ਰੁੜ ਰੁੜ ਕੇ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਸੀ। ਪਿਛਲੇ 10 ਸਾਲਾਂ ਤੋਂ ਬਿਨਾਂ ਅੱਖਾਂ ਦੀ ਰੋਸ਼ਨੀ ਤੋਂ ਜ਼ਿੰਦਗੀ ਬਤੀਤ ਕਰ ਰਹੇ। ਆਹ ਬਾਪੂ ਦਾ ਘਰ ਸੀਗਾ, ਆਹ ਦੇਖੋ ਬਾਪੂ ਦੇ ਘਰ ਦਾ ਗੇਟ, ਆ ਕੂੜੇ ਦਾ ਕਿੱਡਾ ਢੇਰ ਲੱਗਿਆ ਹੋਇਆ ਸੀ ਘਰ ਦੇ ਵਿੱਚ, ਤੇ ਉੱਥੇ ਬਾਪੂ ਕੂੜੇ ਦੇ ਢੇਰ ਦੇ ਉੱਤੇ ਸੌਂਦੇ ਸੀਗੇ। ਸੱਚੇ ਪਾਤਸ਼ਾਹ ਦੀ ਮਿਹਰ ਨਾਲ ਹੁਣ ਬਾਪੂ ਦੀਆਂ ਦੋਨਾਂ ਅੱਖਾਂ ਦੀ ਰੋਸ਼ਨੀ ਵੀ ਵਾਪਸ ਆ ਗਈ ਹੈ ਅਤੇ ਬਾਪੂ ਤੰਦਰੁਸਤੀ ਭਰੀ ਜ਼ਿੰਦਗੀ ਬਤੀਤ ਕਰਦੇ ਆ। ਅਤੇ ਇੱਧਰ ਬਾਪੂ ਨੂੰ ਕੰਦੋਲਿਆਂ ਤੋਂ ਲੈ ਕੇ ਆਏ ਸੀਗੇ, ਬਾਪੂ ਦੇ ਨਾਲ ਮਾਤਾ ਜੀ ਸੀਗੇ ਕੰਦੋਲੇ ਪਿੰਡ ਤੋਂ, ਦੋਨੋਂ ਹਸਬੈਂਡ ਵਾਈਫ 4 ਸਾਲਾਂ ਤੋਂ ਇੱਕ ਕਮਰੇ ਦੇ ਵਿੱਚ ਬੰਦ ਸੀ ਅਤੇ ਆਪਣਾ ਹੀ ਮਲ ਮੂਤਰ ਖਾਣ ਲਈ ਮਜਬੂਰ ਸੀ ਇਹ ਦੋਨੋਂ ਜਾਣੇ ਹਸਬੈਂਡ ਵਾਈਫ। ਇਸ ਹਾਲਾਤ ਦੇ ਵਿੱਚ ਇਹ ਉੱਥੇ ਸੀਗੇ, ਤੁਹਾਨੂੰ ਦਿਖਾਉਣ ਦੀ ਅਸੀਂ ਕੋਸ਼ਿਸ਼ ਕਰਦੇ ਹਾਂ। ਇਹ ਮਾਤਾ ਜੀ ਪਏ ਨੇ ਇਹਨਾਂ ਦੇ ਵਾਈਫ, ਅਤੇ ਆ ਕਮਰੇ ਦੇ ਵਿੱਚ ਤੁਸੀਂ ਦੇਖੋ ਕਿੱਦਾਂ ਢੇਰ ਲੱਗੇ ਪਏ ਸੀਗੇ 4 ਸਾਲਾਂ ਦੀ ਟੋਇਲਟ ਦੇ, ਅਤੇ ਮੰਜੇ ਗਲੇ ਹੋਏ ਉੱਥੇ ਪਏ ਸੀ, ਜਿਹੜੇ ਮੰਜੇ ਗਲ ਚੁੱਕੇ ਸੀ ਟੋਇਲਟ ਬਾਥਰੂਮ ਦੇ ਨਾਲ, ਅਤੇ ਆ ਦੇਖੋ ਆ ਮੰਜਾ ਗਲਿਆ ਹੋਇਆ ਸੀ ਪੂਰਾ। ਅਤੇ ਅੱਜ ਵਾਹਿਗੁਰੂ ਦੀ ਕਿਰਪਾ ਦੇ ਨਾਲ ਬਾਪੂ ਜੀ ਠੀਕ ਨੇ। ਮਾਤਾ ਜੀ ਚੜ੍ਹਾਈ ਕਰ ਗਏ ਸੀਗੇ ਅਤੇ ਮਾਤਾ ਜੀ ਨੂੰ ਅਸੀਂ ਬਚਾ ਨਹੀਂ ਸਕੇ ਕਿਉਂਕਿ ਉਹ ਹਾਲਤ ਬਹੁਤ ਮਾੜੀ ਸੀ ਮਾਤਾ ਜੀ ਦੀ। ਅਤੇ ਤੁਸੀਂ ਦੇਖੋ ਕਿਵੇਂ ਮੰਜੇ ਦੇ ਥੱਲੇ ਟੋਇਲਟ ਦੇ ਢੇਰ ਲੱਗੇ ਪਏ ਸੀਗੇ। ਯਾਨੀ ਕਿ ਇੱਕ ਨਰਕ ਕਿਹਨੂੰ ਕਹਿੰਦੇ, ਹੁਣ ਆਪਾਂ ਦੇਖਿਆ ਤਾਂ ਹੈ ਨਹੀਂ, ਪਰ ਇੱਦਾਂ ਦੇ ਹਾਲਾਤਾਂ ਦੇ ਵਿੱਚ ਸਾਡੇ ਬਜ਼ੁਰਗ ਜਿਉਣ ਲਈ ਮਜਬੂਰ ਨੇ, ਨਰਕ ਤੋਂ ਵੀ ਬਦਤਰ ਜ਼ਿੰਦਗੀ। ਅਤੇ ਏਅਰਪੋਰਟ ਦੇ ਉੱਤੇ ਜੋਬ ਕਰਦੇ ਸੀ ਬਾਪੂ ਜੀ, ਉੱਥੋਂ ਰਿਟਾਇਰ ਹੋਏ ਸੀ। ਬਸ ਕੀ ਸੀਗਾ ਵੀ ਬੱਚਾ ਨਹੀਂ ਸੀ ਬਾਪੂ ਜੀ ਦੇ ਆਪਦਾ, ਭਤੀਜਿਆਂ ਨੇ ਕਿਸੇ ਨੇ ਕਿਸੇ ਹੱਥ 'ਚ ਬਾਂਹ ਨਹੀਂ ਫੜੀ, ਇੱਦਾਂ ਹੀ ਸਾਡਾ ਬਾਪੂ। ਬਾਪੂ ਸਤਿ ਸ਼੍ਰੀ ਅਕਾਲ, ਕੀ ਹਾਲ ਨੇ, ਠੀਕ ਹੋ? ਦਰਸ਼ਨ ਆ ਜੀ ਲੱਖੇ ਵਾਲਾ ਬਾਪੂ ਸਾਡਾ, ਅੱਖਾਂ ਤੋਂ ਬਲਾਈਂਡ ਆ। ਆ ਦੇਖੋ ਦੋਨੇ ਅੱਖਾਂ ਦੀ ਰੋਸ਼ਨੀ ਹੈ ਨਹੀਂ, ਅੱਖਾਂ ਖੋਲ ਕੇ ਦਿਖਾ ਦੇ ਬਾਪੂ, ਅੱਖਾਂ ਖੋਲ ਕੇ। ਤੇ ਬਲਾਈਂਡ ਜ਼ਿੰਦਗੀ ਜਿਉਂਦਾ ਸੀ ਬਾਪੂ ਪਿੰਡ ਦੇ ਵਿੱਚ, ਬਾਂਹ ਮੱਚ ਗਈ ਸੀ ਬਾਪੂ ਦੀ ਸਾਰੀ ਇੱਕ ਸਾਈਡ ਤੋਂ, ਆ ਦੇਖੋ। ਤੇ ਉਵੇਂ ਮੱਚਿਆ ਹੋਇਆ ਹੀ ਬਾਪੂ ਪਿੰਡ 'ਚ ਘੁੰਮਦਾ ਰਹਿੰਦਾ ਸੀ, ਪਰ ਕਿਸੇ ਨੇ ਬਾਪੂ ਦੀ ਬਾਂਹ ਨਹੀਂ ਫੜੀ, ਸਾਥ ਨਹੀਂ ਦਿੱਤਾ, ਪੱਟੀ ਤੱਕ ਨਹੀਂ ਕਿਸੇ ਨੇ ਕਰਵਾਈ। ਇੱਕ ਪੱਟੀ ਕਰਵਾਈ ਸੀ ਕਿਸੇ ਨੇ ਪਹਿਲੇ ਦਿਨ, ਉਹੀ ਪੱਟੀ 10-12 ਦਿਨ ਚੱਲਦੀ ਰਹੀ, ਉਹ ਵੀ ਗਲ ਗਈ, ਬਾਂਹ ਸਾਰੀ ਜੁੜ ਗਈ ਸੀ ਪੱਟੀ ਨਾਲ ਹੀ। ਪਰ ਹੁਣ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਬਾਪੂ ਜੀ ਠੀਕ ਠਾਕ ਨੇ। ਇੱਧਰ ਬਾਪੂ ਸਾਡੇ ਜੈਤੋਂ ਵਾਲੇ ਬਾਬਾ, ਬਾਪੂ ਜੀ ਸਾਡੇ ਬੇਅੰਤ ਸਿੰਘ ਢਿੱਲੋਂ ਜੀ, ਅਤੇ ਇਹ ਵੀ ਹੁਣ ਵਧੀਆ ਤੰਦਰੁਸਤ ਨੇ, ਠੀਕ ਨੇ, ਚੰਗੀ ਜ਼ਿੰਦਗੀ ਬਤੀਤ ਕਰਦੇ ਨੇ। ਅਤੇ ਜਦੋਂ ਇਹਨਾਂ ਨੂੰ ਵੀ ਲੈ ਕੇ ਆਏ ਸੀ ਕਮਰੇ 'ਚ ਬੰਦ ਸੀ 1 ਸਾਲ ਤੋਂ ਬਾਪੂ ਜੀ, ਅਤੇ ਬਾਪੂ ਦਾਰਾ ਸਿੰਘ ਜੀ ਜਿਹਨਾਂ ਨੂੰ ਤੁਸੀਂ ਦੇਖਿਆ ਸੀਗਾ ਇੱਕ ਖੁੱਡੇ ਦੇ ਵਿੱਚ, ਜਿਵੇਂ ਖੁੱਡੇ 'ਚ ਤਾੜਿਆ ਹੁੰਦਾ ਬੰਦੇ ਨੂੰ, ਇੱਦਾਂ ਬਰਾੜ ਪਿੰਡ ਤੋਂ ਅਸੀਂ ਲੈ ਕੇ ਆਏ ਸੀ ਬਾਪੂ ਨੂੰ, ਇੱਕ ਖੁੱਡੇ ਦੇ ਵਿੱਚ ਤਾੜਿਆ ਹੋਇਆ ਸੀ ਜਿਵੇਂ ਕਹਿ ਦਈਏ, ਅਤੇ ਹਾਲਤ ਬਹੁਤ ਮਾੜੀ ਸੀਗੀ। ਪਰ ਬਾਬੇ ਨਾਨਕ ਦੀ ਕਿਰਪਾ ਨਾਲ ਬਾਪੂ ਦਾਰਾ ਸਿੰਘ ਜੀ ਠੀਕ ਨੇ ਹੁਣ। ਪਰ ਦੁੱਖ ਦੀ ਗੱਲ ਆ, ਭੈਣ ਭਰਾ ਸਾਰੇ ਹੈਗੇ ਨੇ, ਪਰ ਅੱਜ ਤੱਕ ਕੋਈ ਵੀ ਬੰਦਾ ਮਗਰ ਪਿੱਛੇ ਇਹਨਾਂ ਦਾ ਪਤਾ ਲੈਣ ਲਈ ਨਹੀਂ ਆਇਆ। ਅਤੇ ਪਿੰਡ ਦੇ ਸਰਪੰਚ ਸਾਹਿਬ ਨੇ ਦੱਸਿਆ ਸੀ ਸਾਨੂੰ ਉਸ ਟਾਈਮ, ਉਹਨਾਂ ਦੇ ਦੱਸਣ 'ਤੇ ਲੈ ਕੇ ਆਏ ਸੀ, ਅਤੇ ਉਹਨਾਂ ਨੇ ਵੀ ਜ਼ਿੰਮੇਵਾਰੀ ਲਈ ਸੀ ਵੀ ਕੋਈ ਚੱਕਰ ਨਹੀਂ, ਵੀ ਅਸੀਂ ਇਹਦੇ ਮਗਰ ਵੀ ਆਇਆ ਕਰਾਂਗੇ, ਵੀ ਤੁਸੀਂ ਇੱਕ ਵਾਰੀ ਸਾਥ ਦਿਓ ਸਾਡਾ। ਪਰ ਦੁੱਖ ਦੀ ਗੱਲ ਆ ਵੀ ਬਾਪੂ ਕਈ ਵਾਰੀ 2-3 ਵਾਰੀ ਬਹੁਤ ਗੰਭੀਰ ਬਿਮਾਰ ਹੋਇਆ, ਮਰਨੋਂ ਹੀ ਬਚਿਆ ਬਾਪੂ। ਅਸੀਂ ਫੋਨ ਵੀ ਕੀਤੇ ਤਾਂ ਵੀ ਕੋਈ ਆ ਕੇ ਨਹੀਂ ਖੜਿਆ ਬਾਪੂ ਦੇ ਕੋਲੇ, ਪਤਾ ਨਹੀਂ ਲਿਆ ਕਿਸੇ ਨੇ ਵੀ। ਅਤੇ ਇੱਦਾਂ ਕਈ ਬਜ਼ੁਰਗ ਆ ਜਿਨ੍ਹਾਂ ਦੀ ਮੌਤ ਇੱਥੇ ਸਾਡੇ ਕੋਲ ਹੋ ਜਾਂਦੀ ਆ ਅਤੇ ਸੇਵਾ ਦੌਰਾਨ, ਅਤੇ ਪਰ ਕੋਈ ਵੀ ਸੰਸਕਾਰ 'ਤੇ ਵੀ ਨਹੀਂ ਆਉਂਦਾ ਕੋਈ। ਭੈਣ ਭਰਾ ਵੀ ਜਵਾਬ ਦੇ ਜਾਂਦੇ ਨੇ ਵੀ ਅਸੀਂ ਨਹੀਂ ਆ ਸਕਦੇ, ਪਤਾ ਨਹੀਂ ਕਿਉਂ ਖੂਨ ਸਾਡਾ ਪੰਜਾਬ ਦਾ ਪਾਣੀ ਹੋਈ ਜਾਂਦਾ। ਫਿਰ ਆ ਕਰੋਨਾ ਵਰਗੀਆਂ ਬਿਮਾਰੀਆਂ, ਮਹਾਂਮਾਰੀਆਂ ਫਿਰ ਤਾਂ ਹੀ ਆਉਂਦੀਆਂ ਇਨਸਾਨ ਨੂੰ ਇਨਸਾਨ ਦੀ ਔਕਾਤ ਦਿਖਾਉਣ, ਇਨਸਾਨ ਨੂੰ ਇਨਸਾਨ ਦੀ ਸਹੀ ਜਗ੍ਹਾ ਦਿਖਾਉਣ ਲਈ ਇਹ ਵਾਹਿਗੁਰੂ ਬਿਮਾਰੀਆਂ ਭੇਜਦੇ ਨੇ। ਅਤੇ ਇਹ ਅੱਤ 'ਤੇ ਰੱਬ ਦਾ ਬੈਰ ਹੁੰਦਾ, ਅਤੇ ਉਹੀ ਅੱਤ ਨੇ ਸਾਨੂੰ ਅੱਜ ਇੱਥੇ ਤੱਕ ਪਹੁੰਚਾਇਆ ਹੋਇਆ ਵਾ। ਇੱਦਾਂ ਹੀ ਇਹ ਬਾਪੂ ਲੁੱਗੀ ਬਾਬਾ ਜੀ ਸਾਡੇ, ਅਤੇ ਇਹ ਵੀ ਬਾਪੂ ਜੀ ਬਹੁਤ ਮਾੜੀ ਹਾਲਤ ਦੇ ਵਿੱਚ ਸਾਨੂੰ ਮਿਲੇ ਸੀ। ਹੁਸੈਨਪੁਰ ਪਿੰਡ ਆ ਬਾਪੂ ਦਾ, ਆਪਣੇ ਜਲੰਧਰ ਜ਼ਿਲ੍ਹੇ ਦੇ ਵਿੱਚ। ਅਤੇ ਆ ਦੇਖੋ ਬਾਪੂ ਕਿੱਦਾਂ ਅੱਖਾਂ ਤੋਂ ਬਲਾਈਂਡ ਆ, ਅੱਜ ਵੀ ਅੱਖਾਂ ਦੀ ਰੋਸ਼ਨੀ ਨਹੀਂ ਬਾਪੂ ਦੀ ਆ ਸਕਦੀ ਹਜੇ ਵੀ, ਡਾਕਟਰ ਕਹਿੰਦੇ, ਕਿਉਂਕਿ ਅਸੀਂ ਬਹੁਤ ਕੋਸ਼ਿਸ਼ਾਂ ਕੀਤੀਆਂ। ਆ ਕਮਰੇ ਦੇ ਵਿੱਚ ਜਿੱਥੇ ਚੂਹੇ ਬਾਪੂ ਦੇ ਰੋਟੀ ਪਾਣੀ ਦੇ ਵਿੱਚ, ਰੋਟੀ ਦੇ ਵਿੱਚ ਚੂਹਿਆਂ ਨੇ ਬੱਚੇ ਦਿੱਤੇ ਹੋਏ ਸੀ, ਕੱਪੜਿਆਂ ਦੇ ਵਿੱਚ, ਉਵੇਂ ਗੰਦ 'ਚ ਸੌਂਦਾ ਸੀ ਬਾਪੂ, ਉਹ ਕਮਰੇ 'ਚੋਂ ਰੁੜ ਕੇ ਇੱਦਾਂ ਬਾਹਰ ਆਉਂਦਾ ਸੀ ਬਾਪੂ। ਅਤੇ ਅੱਖਾਂ ਤੋਂ ਬਲਾਈਂਡ, ਇੱਦਾਂ ਹੀ ਹੱਥ ਪੱਲੇ ਮਾਰਦਾ ਮਾਰਦਾ ਆਹ ਤੁਸੀਂ ਦੇਖ ਸਕਦੇ ਹੋ।
ਆ ਗੰਦੇ ਪਾਣੀ ਦਾ ਭਰਿਆ ਹੋਇਆ ਉੱਥੇ ਮੋਟਰ 'ਤੇ ਸੀ ਕਿਸੇ ਦੀ ਅਤੇ ਪਿਆ ਬਾਪੂ ਅਤੇ ਤੁਸੀਂ ਦੇਖੋ ਕਿੰਨਾ ਗੰਦਾ ਪਾਣੀ ਆ ਜਿਹਦੇ ਵਿੱਚ ਬਾਪੂ ਗਰਮੀਆਂ ਦੇ ਵਿੱਚ ਪੂਰੀਆਂ ਗਰਮੀਆਂ ਸੀ ਉਸ ਟਾਈਮ ਅਤੇ ਆ ਦੇਖੋ ਇਹਦੇ ਵਿੱਚ ਬਾਪੂ ਆ ਕੇ ਵਿਚਾਰਾ ਐਂ ਪੈ ਜਾਂਦਾ ਸੀਗਾ ਗਰਮੀ ਤੋਂ ਬਚਣ ਦਾ ਮਾਰਾ ਅੱਖਾਂ ਦੀ ਰੋਸ਼ਨੀ ਹੈ ਨਹੀਂ ਸੀਗੀ ਅਤੇ ਪਾਣੀ ਵੀ ਇੰਨਾ ਨਹੀਂ ਸੀਗਾ ਵੀ ਬਾਪੂ ਵਿੱਚ ਪੈ ਕੇ ਆਪਦਾ ਸਰੀਰ ਹੀ ਢੱਕ ਸਕੇ ਪੂਰਾ ਪਾਣੀ ਨਾਲ ਠੰਡਾ ਕਰ ਸਕੇ ਝੋਨੇ ਦੇ ਵਿੱਚੋਂ ਇੱਦਾਂ ਦਾ ਗੰਦਾ ਪਾਣੀ ਕੱਢ ਕੇ ਬਾਪੂ ਪੀਣ ਲਈ ਮਜਬੂਰ ਸੀ ਆਹੀ ਪਾਣੀ ਪੀ ਲੈਂਦਾ ਸੀਗਾ ਇਸੇ ਪਾਣੀ ਨਾਲ ਹੀ ਗੰਦੇ ਨਾਲ ਨਹਾ ਲੈਂਦਾ ਸੀ ਬਾਪੂ ਲੁੱਗੀ ਸਿੰਘ ਅਤੇ 3.5 ਕਿੱਲੇ ਜ਼ਮੀਨ ਸੀ ਬਾਪੂ ਦੀ ਬਾਪੂ ਦੇ ਭਰਾ ਨੇ ਦੱਬ ਲਈ ਕਹਿੰਦਾ ਤੇਰੇ ਕਿਹੜਾ ਕੋਈ ਬੱਚਾ ਵਾ ਤੂੰ ਮੈਨੂੰ ਦੇ ਦੇ ਮੈਂ ਸਾਂਭੂੰਗਾ ਤੈਨੂੰ ਜ਼ਮੀਨ ਵੇਚ ਕੇ ਖਾ ਗਿਆ ਬਾਪੂ ਨੂੰ ਘਰੋਂ ਕੱਢਤਾ ਬਾਪੂ ਦੀ ਅੱਖਾਂ ਦੀ ਰੋਸ਼ਨੀ ਜਾ ਰਹੀ ਸੀ ਬਾਪੂ ਨੇ ਕਿਹਾ ਮੇਰੀ ਅੱਖਾਂ ਦੀ ਰੋਸ਼ਨੀ ਘੱਟਦੀ ਜਾਂਦੀ ਹੈ ਮੇਰਾ ਆਪਰੇਸ਼ਨ ਕਰਾ ਦੇ ਦਿਖਾ ਦੇ ਕਿਸੇ ਨੇ ਤਾਂ ਦਿਖਾਇਆ ਹੀ ਨਹੀਂ ਚੈੱਕ ਹੀ ਨਹੀਂ ਕਰਾਇਆ ਅਤੇ ਉਹ ਮੋਤੀਆ ਇੰਨਾ ਜ਼ਿਆਦਾ ਪੱਕ ਗਿਆ ਅੱਖਾਂ ਦਾ ਪਿਆ ਦੇਖੋ ਲੁੱਗੀ ਬਾਬੇ ਇੱਧਰ ਦੇਖਿਓ ਆ ਦੋਨੋਂ ਅੱਖਾਂ ਦੇਖੋ ਇੱਦਾਂ ਵਾਈਟ ਹੋ ਗਈਆਂ ਚਿੱਟੀਆਂ ਹੋ ਗਈਆਂ ਬਾਪੂ ਦੀਆਂ ਅਤੇ ਹੁਣ ਪ੍ਰਸ਼ਾਦਾ ਵੀ ਇੱਦਾਂ ਛਕਾਉਣਾ ਪੈਂਦਾ ਸਾਡੇ ਵਲੰਟੀਅਰ ਸੇਵਾ ਦੇ ਵਿੱਚ ਲੱਗੇ ਰਹਿੰਦੇ ਨੇ ਹਰ ਟਾਈਮ ਸੱਚੇ ਪਾਤਸ਼ਾਹ ਦੀ ਬੜੀ ਕਿਰਪਾ ਮਹਾਰਾਜ ਨੇ ਇੱਦਾਂ ਦੇ ਟੀਮ ਮੈਂਬਰ ਸਾਡੇ ਨਾਲ ਜੋੜੇ ਹੋਏ ਨੇ ਭੇਜੇ ਹੋਏ ਨੇ ਹਾਂਜੀ ਕੀ ਹਾਲ ਸਤਿ ਸ਼੍ਰੀ ਅਕਾਲ ਬਾਪੂ ਜੀ ਠੀਕ ਠਾਕ ਹੋ ਇਹ ਗੁਰਦੇਵ ਸਿੰਘ ਬਾਪੂ ਜੀ ਜਿਨ੍ਹਾਂ ਦੇ ਹੱਥ ਪੈਰ ਖੜ ਗਏ ਸੀ ਸਰੀਰ ਬਿਲਕੁਲ ਹੀ ਅਤੇ ਅੱਜ ਬਾਪੂ ਤੁਰ ਕੇ ਗੇੜਾ ਵੀ ਦੇਣ ਲੱਗ ਗਏ ਨੇ ਬਾਹਾਂ ਵੀ ਬਾਪੂ ਚੱਲਦੀਆਂ ਹੁਣ ਬਾਹਾਂ ਦੇਖੋ ਹੱਥ ਪੈਰ ਵੀ ਚੱਲਣ ਲੱਗ ਗਏ ਨੇ ਸੱਚੇ ਪਾਤਸ਼ਾਹ ਦੀ ਮਿਹਰ ਦੇ ਨਾਲ ਅਤੇ ਤੁਹਾਡੀਆਂ ਦੁਆਵਾਂ ਦੇ ਨਾਲ ਅਤੇ ਇੱਦਾਂ ਹੀ ਬਾਪੂ ਗੁਰਮੇਲ ਸਿੰਘ ਜੀ ਇਹਨਾਂ ਨੂੰ ਸਤਿ ਸ਼੍ਰੀ ਅਕਾਲ ਜੀ ਬਾਪੂ ਜੀ ਨੂੰ ਅਸੀਂ ਸ਼੍ਰੀ ਮੁਕਤਸਰ ਸਾਹਿਬ ਤੋਂ 40 ਮੁਕਤਿਆਂ ਦੀ ਧਰਤੀ ਤੋਂ ਬਾਪੂ ਜੀ ਨੂੰ ਲੈ ਕੇ ਆਏ ਸੀਗੇ ਅਤੇ ਕਿੰਨਾ ਟਾਈਮ ਹੋ ਗਿਆ ਬਾਪੂ ਜੀ ਤੁਹਾਨੂੰ ਆਇਆਂ ਨੂੰ ਸਾਲ ਹੋਣ ਵਾਲਾ ਬਾਪੂ ਜੀ ਨੂੰ ਇੱਥੇ ਆਇਆਂ ਨੂੰ ਹਾਂਜੀ ਅਤੇ ਬਾਪੂ ਜੀ ਦੇ ਪੈਰ ਦੇ ਉੱਪਰ ਬਹੁਤ ਵੱਡਾ ਜ਼ਖਮ ਸੀ ਵਿੱਚ ਕੀੜੇ ਪਏ ਹੋਏ ਸੀਗੇ ਅਤੇ ਹੁਣ ਅੱਗੇ ਨਾਲੋਂ ਜ਼ਖਮ ਤਾਂ ਬਿਲਕੁਲ ਠੀਕ ਆ ਪਰ ਹਜੇ ਜ਼ਖਮ ਆਰਾਮ ਨਹੀਂ ਆ ਰਿਹਾ ਕਿਉਂਕਿ ਕੋਈ ਪੁਰਾਣਾ ਜ਼ਖਮ ਆ ਬਹੁਤ ਜਿਹਨੂੰ ਹੌਲੀ ਹੌਲੀ ਡਾਕਟਰ ਦੱਸਦੇ ਆ ਵੀ ਆਰਾਮ ਆਊਗਾ ਅਤੇ ਸਾਡੀ ਇਹ ਬੇਨਤੀ ਆ ਵੀ ਤੁਸੀਂ ਆਪਣੇ ਆਲੇ ਦੁਆਲੇ ਜੇ ਸਾਰੇ ਆਪਾਂ ਖਿਆਲ ਰੱਖਿਆ ਕਰੀਏ ਤਾਂ ਇੱਦਾਂ ਦੇ ਹਾਲਾਤਾਂ ਦੇ ਵਿੱਚ ਸਾਡੇ ਇਨਸਾਨਾਂ ਨੂੰ ਸਾਨੂੰ ਰਹਿਣਾ ਨਾ ਪਵੇ ਸਾਡਾ ਅੱਜ ਦਾ ਇਨਸਾਨ ਆਪਣਾ ਮਲ ਮੂਤਰ ਖਾਣ ਲਈ ਜ਼ਿੰਦਗੀ ਨਰਕ ਤੋਂ ਵੀ ਬਦਤਰ ਜਿਉਣ ਲਈ ਮਜਬੂਰ ਹੋਇਆ ਹੋਇਆ ਅਤੇ ਜੇ ਆਪਾਂ ਸਾਰੇ ਸਾਥ ਦੇਈਏ ਇੱਕ ਦੂਸਰੇ ਦਾ ਅਤੇ ਇੱਦਾਂ ਦੇ ਹਾਲਾਤ ਨਾ ਸਾਡੇ ਸਾਹਮਣੇ ਆਉਣ ਕਹਿੰਦੇ ਬਾਪੂ ਮਹਿੰਦਰ ਸਿੰਘ ਜੀ ਕਪੂਰ ਬਾਪੂ ਸਤਿ ਸ਼੍ਰੀ ਅਕਾਲ ਬਾਪੂ ਮਹਿੰਦਰ ਸਿੰਘ ਕਪੂਰ ਜੀ ਜ਼ਿੰਦਗੀ ਨੂੰ ਹੁਣੇ ਜਾਣੀ ਕਿ ਮੌਤ ਨੂੰ ਹਰਾ ਕੇ ਹਟੇ ਆ 2-3 ਮਹੀਨੇ ਪਹਿਲਾਂ ਹੀ ਬਹੁਤ ਜ਼ਿਆਦਾ ਬਿਮਾਰ ਹੋ ਗਏ ਸੀ ਪਰ ਹੁਣ ਵਾਹਿਗੁਰੂ ਦੀ ਕਿਰਪਾ ਨਾਲ ਠੀਕ ਆ ਸੱਚੇ ਪਾਤਸ਼ਾਹ ਦੀ ਬਹੁਤ ਮੋਹਰ ਆ ਇੱਧਰ ਦਲਜੀਤ ਸਿੰਘ ਕੋਚਰ ਰਾਜੂ ਕੋਚਰ ਫਾਦਰ ਸਾਹਿਬ ਦੀ ਡੈਥ ਹੋ ਗਈ ਮਦਰ ਅਤੇ ਇਹ ਅਤੇ ਫਾਦਰ ਤਿੰਨੋਂ ਹੀ ਘਰ ਦੇ ਵਿੱਚ ਬੰਦ ਸੀ ਟੋਇਲਟ ਦੇ ਢੇਰ ਲੱਗੇ ਪਏ ਸੀ ਬਾਪੂ ਪੈਰਾਲਾਈਜ਼ ਹੋ ਗਏ ਸੀ ਰਾਜੂ ਮੈਂਟਲੀ ਅਪਸੈਟ ਸੀ ਗੰਦ ਨਾਲ ਆਪਣੇ ਨਾਲ ਲੱਥ ਪੱਥ ਸੀ ਆਪਣੇ ਟੋਇਲਟ ਬਾਥਰੂਮ ਨਾਲ ਲੱਥ ਪੱਥ ਜ਼ਿੰਦਗੀ ਜਿਉਣ ਲਈ ਮਜਬੂਰ ਸੀ ਪਰ ਅੱਜ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਚੰਗੀ ਤੰਦਰੁਸਤੀ ਭਰੀ ਜ਼ਿੰਦਗੀ ਬਤੀਤ ਕਰ ਰਹੇ ਨੇ ਦੋਨੋਂ ਮਾਤਾ ਜੀ ਵੀ ਇੱਥੇ ਨੇ ਸਾਡੇ ਕੋਲ ਉਹ ਵੀ ਠੀਕ ਨੇ ਹੁਣ ਬਿਲਕੁਲ ਅਤੇ ਅੱਜ ਦਾ ਸਾਡਾ ਸੁਨੇਹਾ ਇਹ ਆ ਜੀ ਸਾਨੂੰ ਮਹੀਨੇ ਤੋਂ ਉੱਪਰ ਹੋ ਗਿਆ ਜੀ ਨਹੀਂ ਕਿ 1.25 ਮਹੀਨਾ ਹੋਣ ਵਾਲਾ ਜੀ ਇਸ ਲੋਕਡਾਊਨ ਦਾ ਸਾਹਮਣਾ ਕਰਦਿਆਂ ਨੂੰ ਇਹ 200 ਪਰਿਵਾਰ ਦੇ ਮੈਂਬਰਾਂ ਦੇ ਨਾਲ ਅਸੀਂ ਹਾਂ ਬਾਪੂ ਗੋਗਲ ਪ੍ਰਸ਼ਾਦਾ ਛਕ ਲਿਆ ਪ੍ਰਸ਼ਾਦਾ ਕਿੱਥੇ ਚੱਲੇ ਹੁਣ ਦੇਣਾ ਬਾਹਰ ਥੋੜ੍ਹਾ ਸੈਰ ਕਰ ਲਓ ਬਾਪੂ ਗੋਗਲ ਦੀ ਅੱਖਾਂ ਦੀ ਰੋਸ਼ਨੀ ਬਿਲਕੁਲ ਨਹੀਂ ਸੀਗੀ ਸੜਕ ਦੇ ਉੱਤੇ ਬੈਠੇ ਹੁੰਦੇ ਸੀਗੇ ਬਹੁਤ ਮਾੜੀ ਹਾਲਤ 2016 ਦੇ ਵਿੱਚ ਸਾਨੂੰ ਮਿਲੇ ਸੀ ਸਾਡਾ ਛੋਟਾ ਵੀਰ ਵੀਰਿੰਦਰ ਸਿੰਘ ਗਰੇਵਾਲਾ ਜਿਸ ਦੁਨੀਆਂ 'ਤੇ ਮਿਲਿਆ ਉਹ ਵੀਰ ਇਹਨੂੰ ਬਾਪੂ ਨੂੰ ਉੱਥੋਂ ਚੱਕ ਕੇ ਲੈ ਕੇ ਆਏ ਸੀ ਬਾਪੂ ਬੋਲ ਨਹੀਂ ਸਕਦੇ ਸੀਗੇ ਪੈਰਾਲਾਈਜ਼ ਸੀਗੇ ਚੱਲ ਨਹੀਂ ਸਕਦੇ ਸੀ ਦੇਖ ਨਹੀਂ ਸਕਦੇ ਸੀਗੇ ਪਰ ਅੱਜ ਹੁਣ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੀ ਸੇਵਾ ਲਾਈ ਹੋਈ ਆ ਅਤੇ ਬਾਪੂ ਠੀਕ ਆ ਤੁਹਾਨੂੰ ਫਿਰ ਵੀ ਲੱਗ ਗਿਆ ਕਾਫੀ ਹੱਦ ਤੱਕ ਬੋਲਦੇ ਵੀ ਅੱਖਾਂ ਦੀ ਰੋਸ਼ਨੀ ਵੀ ਪਹਿਲਾਂ ਨਾਲੋਂ ਜਾਣੀ ਕਿ ਕਾਫੀ ਠੀਕ ਹੋ ਗਈ ਕੋਈ ਜ਼ਿਆਦਾ ਠੀਕ ਨਹੀਂ ਹੋ ਸਕਦੀ ਪਰ ਆਪਣੇ ਦੇਖਣ ਜੋਗੇ ਗੁਜ਼ਾਰੇ ਜੋਗੇ ਅੱਖਾਂ ਦੀ ਰੋਸ਼ਨੀ ਨਹੀਂ ਹੋ ਸਕਦੀ ਪਹਿਲੇ ਬਾਪੂ ਜਾਓ ਇੱਦਾਂ ਹੀ ਸਾਰੇ ਸਾਡੇ ਵਲੰਟੀਅਰ ਵੀਰ ਪ੍ਰਸ਼ਾਦਾ ਛਕਾ ਰਹੇ ਨੇ ਸਾਰਿਆਂ ਨੂੰ ਉਸ ਤੋਂ ਬਾਅਦ ਜਿਹੜੇ ਵੀਰ ਠੀਕ ਹੋ ਗਏ ਨੇ ਜਿਵੇਂ ਉਹ ਪ੍ਰਸ਼ਾਦਾ ਛਕਾ ਕੇ ਉਸ ਤੋਂ ਬਾਅਦ ਆਪ ਛਕਦੇ ਨੇ ਜਿਵੇਂ ਹਰਿੰਦਰ ਆ
ਇਹਦੇ ਵੀ ਹੱਥ ਦੇ ਵਿੱਚ ਕੀੜੇ ਪਏ ਹੋਏ ਸੀ ਵੀਰ ਦੇ, ਹੁਣ ਬਿਲਕੁਲ ਠੀਕ ਆ। ਸੋਨੂ ਆ ਇੱਧਰ ਖੜਾ ਸਾਡਾ ਵੀਰ, ਇਹ ਵੀ ਸੋਨੂ ਸਾਡਾ ਨੰਗਲਾਂ ਤੋਂ ਲੈ ਕੇ ਆਉਂਦਾ ਸੀ ਵੀਰ ਨੂੰ, ਅਤੇ ਇਹਦੇ 'ਤੇ ਵੀ ਇੱਦਾਂ ਦੇ ਇਲਜ਼ਾਮ ਲੱਗੇ ਸੀਗੇ ਵੀ ਆਪਣੇ, ਪਰ ਅੱਜ ਹੁਣ ਵੀਰ ਸਾਡੇ ਨਾਲ ਬਿਲਕੁਲ ਠੀਕ ਚੰਗੀ ਜ਼ਿੰਦਗੀ ਬਤੀਤ ਕਰਦਾ ਵਾ। ਜੱਗਾ ਸਾਡਾ ਕਨੇਡਾ ਵਾਲਾ, ਸ਼ੁਕਲਾ ਬਾਪੂ ਸਾਡਾ ਸਭ ਤੋਂ ਪਹਿਲੇ ਮੈਂਬਰ, ਅਤੇ ਬਣੀ ਕਿ ਬੜੀ ਦੁੱਖ ਦੀ ਗੱਲ ਇੱਕ ਹੋਰ ਰਾਜੂ ਵੀਰ ਸੋਨੂ ਵਾਸਤੇ ਗੱਲ ਕਰਦੇ, ਨੰਗਲਾਂ ਤੋਂ ਆ ਹੁਸ਼ਿਆਰਪੁਰ ਦੇ ਕੋਲ ਪਿੰਡ ਆ ਸੋਨੂ ਦਾ, ਜ਼ਮੀਨ ਜਾਇਦਾਦ ਤਾਂ ਸੋਨੂ ਦੀ ਤਾਏ 'ਚ ਜ਼ਮੀਨ ਵਾਹੀ ਜਾਂਦੇ ਆ, ਮਾਮਲਾ ਜਮੂਮਲਾ ਕੋਈ ਚੀਜ਼ ਦਾ ਕੋਈ ਅੱਜ ਤੱਕ ਸੋਨੂ ਨਾਲ ਕਦੇ ਕੋਈ ਗੱਲ ਹੀ ਨਹੀਂ ਕੀਤੀ, ਨਾ ਕਦੇ ਕੋਈ ਪੁੱਛਣ ਆਇਆ, ਨਾ ਕੋਈ ਦੇਖਣ ਆਇਆ, ਅਤੇ ਨਾ ਕਿਸੇ ਨੇ ਦੱਸਿਆ ਕਿਸੇ ਨੇ ਆ ਕੇ ਵੀ ਕਿਵੇਂ ਆ ਕੀ ਹਾਲਾਤ ਆ, ਘਰ ਕਿਵੇਂ ਸੋਨੂ ਦਾ ਢਿਆ ਹੋਇਆ ਸੀ ਤੁਸੀਂ ਸਾਰਿਆਂ ਨੇ ਦੇਖਿਆ ਸੀ ਉਸ ਟਾਈਮ। ਪਰ ਆ ਸਾਡਾ ਹੁਣੇ ਛੋਟੇ ਵੀਰ ਨੂੰ ਲੈ ਕੇ ਆਏ ਥੋੜ੍ਹੇ ਦਿਨ ਪਹਿਲਾਂ ਹੀ, ਕਿਵੇਂ ਆ ਮਨੋਜ? ਠੀਕ ਹੈ, ਗੁਜਰਾਂ ਤੋਂ ਛੁਡਾ ਕੇ ਇਸ ਬੱਚੇ ਨੂੰ ਲੈ ਕੇ ਆਏ, ਇਹਨੂੰ ਕੁਛ ਵੀ ਨਹੀਂ ਪਤਾ, ਆਪਣਾ ਨਾਮ ਪਤਾ ਆਪਣਾ ਐਡਰੈਸ ਕੁਛ ਵੀ ਨਹੀਂ ਦੱਸਣ ਦੇ ਕਾਬਲ ਹੈਗਾ, ਕਰ ਦਿੱਤਾ ਛੱਕ ਲਿਆ ਪ੍ਰਸ਼ਾਦਾ, ਕਰ ਦਿੱਤੇ ਨੇ ਸੋਨੂੰ ਛੱਕ ਲਿਆ ਪ੍ਰਸ਼ਾਦਾ, ਕੋਮਲ ਛੱਕ ਲਿਆ, ਹਾਂਜੀ ਚਰਨਜੀ ਲਾਲ ਜੀ ਛੱਕ ਲਿਆ ਪ੍ਰਸ਼ਾਦਾ, ਠੀਕ ਹਾਂ ਮੈਂ ਪੰਡਿਤ ਜੀ ਛੱਕ ਲਿਆ ਤੁਸੀਂ ਪ੍ਰਸ਼ਾਦਾ, ਸਤਿ ਸ਼੍ਰੀ ਅਕਾਲ ਬੁਲਾ ਦੇ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਹਾਂ ਵੀ ਕਿਵੇਂ ਤੂੰ ਵੀ ਸਤਿ ਸ਼੍ਰੀ ਅਕਾਲ ਬੁਲਾ ਦੇ, ਸਤਿ ਸ਼੍ਰੀ ਅਕਾਲ। ਇਹ ਹੈਗਾ ਜੀ ਸਾਡਾ ਆਦੀ, ਪੱਗ ਬੰਨ੍ਹੀ ਹੋਈ ਆਦੀ, ਨੀਤੂ ਭੈਣ ਜਿਹੜੀ ਬਹੁਤ ਮਾੜੇ ਹਾਲਾਤ 'ਚ ਮਿਲੀ ਸੀ ਸਾਨੂੰ ਭੈਣ, ਉਹਦਾ ਬੇਟਾ ਇਹ, ਉਹਦਾ ਪਰਿਵਾਰ ਲੱਭ ਗਿਆ ਸੀ ਜਿਵੇਂ ਤੁਹਾਨੂੰ ਪਤਾ ਹੀ ਹੋਣਾ, ਅਤੇ ਇਹ ਸੋਨੂ ਆ ਸਾਡਾ ਵੀਰ। ਸੋਨੂ ਦੇ ਫਾਦਰ ਸਾਹਿਬ ਦੀ ਡੈਥ ਹੋ ਗਈ ਹੈ ਤਿੰਨ, ਪਰਸੋਂ ਪਤਾ ਲੱਗਿਆ ਸਾਨੂੰ। ਦੇਖੋ ਬੜੀ ਦੁੱਖ ਦੀ ਗੱਲ ਆ ਵੀ ਡੈਥ ਹੋਈ ਨੂੰ ਤਾਂ 10-15 ਦਿਨ ਹੋ ਗਏ, ਪਰ ਸਾਨੂੰ ਕੱਲ੍ਹ ਦੱਸਿਆ ਕਿਸੇ ਨੇ, ਇਹਦੇ ਜੀਜਾ ਜੀ ਨੇ ਫੋਨ ਕਰਕੇ, ਵਿਸਾਖੀ ਵਾਲੇ ਦਿਨ ਇਹਦੇ ਫਾਦਰ ਸਾਹਿਬ ਦੀ ਡੈਥ ਹੋਈ, ਫੋਨ ਹੀ ਨਹੀਂ ਕੀਤਾ, ਨਾ ਭੋਗ ਦਾ ਭੋਗ ਵੀ ਪੈ ਗਿਆ। ਅਤੇ ਇਹਨੂੰ ਬੱਚੇ ਨੂੰ ਫਰੀਦਕੋਟ ਤੋਂ ਲੈ ਕੇ ਆਏ ਸੀ ਅਸੀਂ, ਇਹਨੂੰ ਯਾਨੀ ਕਿ ਭੀਖ ਮੰਗਣ ਲਈ ਮਜਬੂਰ ਕੀਤਾ ਜਾਂਦਾ ਸੀ ਕਿਉਂਕਿ ਡਿਸੇਬਲਡ ਸੀ, ਚੱਲ ਫਿਰ ਨਹੀਂ ਸਕਦਾ ਸੀਗਾ, ਪਰ ਹੁਣ ਬਾਬੇ ਨਾਨਕ ਦੀ ਕਿਰਪਾ ਨਾਲ ਚੱਲਣ ਫਿਰਨ ਵੀ ਲੱਗ ਗਿਆ ਇਹ ਬੱਚਾ। ਪਰ ਇਸ ਗੱਲ ਦਾ ਯਾਨੀ ਕਿ ਬੜਾ ਦੁੱਖ ਆ ਵੀ ਇਹਨੂੰ ਬੱਚੇ ਨੂੰ ਅਡੋਪਟ ਕੀਤਾ ਸੀ ਜਦੋਂ ਘਰ ਦੇ ਵਿੱਚ 3 ਕੁੜੀਆਂ ਹੀ ਸੀਗੀਆਂ, ਇੱਕ ਮੁੰਡੇ ਦੀ ਚਾਹਨਾ ਦੇ ਨਾਲ ਇਹਨੂੰ ਅਡੋਪਟ ਕੀਤਾ ਗਿਆ, ਪਰ ਜਦੋਂ ਇਹ ਹੋਇਆ ਸਾਲ ਕੁ ਦਾ ਤਾਂ ਪਤਾ ਲੱਗਿਆ ਵੀ ਇਹ ਚੱਲ ਫਿਰ ਨਹੀਂ ਸਕਦਾ, ਤਾਂ ਉਸ ਤਰੀਕੇ ਨਾਲ ਇਹਨੂੰ ਇਹਦੀ ਪਰਵਰਿਸ਼ ਨਹੀਂ ਹੋਈ, ਇਹਦਾ ਇਹਨੂੰ ਮਾਣ ਸਤਿਕਾਰ ਨਹੀਂ ਉਸ ਤਰੀਕੇ ਨਾਲ ਮਿਲਿਆ ਫਿਰ, ਅਤੇ ਇਹਦੇ ਨਾਲ ਥੋੜ੍ਹਾ ਜਿਹਾ ਇੱਦਾਂ ਦਾ ਵਿਤਕਰਾ ਹੁੰਦਾ ਰਿਹਾ। ਜਦੋਂ ਵੱਡਾ ਹੋਣ ਲੱਗਿਆ ਫਿਰ ਇਹਦੀ ਜਿਹੜੀ ਇੱਕ ਭੈਣ ਸੀਗੀ ਉਹਦਾ ਵਿਆਹ ਕਰਕੇ ਘਰ ਜਵਾਈ ਰੱਖ ਲਿਆ ਘਰੇ, ਅਤੇ ਫਿਰ ਉਹ ਇਹਨੂੰ ਤੰਗ ਕਰਦੇ ਸੀ, ਕੁੱਟਦੇ ਮਾਰਦੇ ਸੀ ਬਹੁਤ ਜ਼ਿਆਦਾ ਸੋਨੂੰ ਦੱਸਦਾ, ਫਿਰ ਉਹਨੂੰ ਭੀਖ ਮੰਗਣ ਲਈ ਮਜਬੂਰ ਕਰਦੇ ਸੀ, ਇਹਨੂੰ ਚੌਂਕ ਦੇ ਵਿੱਚ ਵੀਲ ਚੇਅਰ 'ਤੇ ਬਿਠਾ ਆਉਂਦੇ ਸੀ ਜਾ ਕੇ ਕੋਟਕਪੂਰੇ ਸ਼ਹਿਰ 'ਚ, ਅਤੇ ਉੱਥੋਂ ਸਾਨੂੰ ਫਿਰ ਕਿਸੇ ਨੇ ਦੱਸਿਆ ਵੀ ਇੱਦਾਂ ਇੱਕ ਬੱਚਾ ਵਾ ਵੀ ਉਹਨੂੰ ਭੀਖ ਮੰਗਣ ਲਈ ਮਜਬੂਰ ਕਰਦੇ ਨੇ ਉਹਦੇ ਪਰਿਵਾਰ ਦੇ ਮੈਂਬਰ, ਅਤੇ ਅਸੀਂ ਫਿਰ ਉੱਥੋਂ ਸੋਨੂੰ ਨੂੰ ਲੈ ਕੇ ਆਏ ਇਹਦੇ ਪਰਿਵਾਰ ਦੀ ਸਹਿਮਤੀ ਦੇ ਨਾਲ। ਇਹਦੇ ਫਾਦਰ ਸਾਹਿਬ ਇਹਨੂੰ ਮਿਲਣ ਲਈ ਇੱਥੇ ਆਉਂਦੇ ਹੁੰਦੇ ਸੀ ਸਾਡੇ ਕੋਲ, ਅਤੇ ਜਿਨ੍ਹਾਂ ਨੇ ਅਡੋਪਟ ਕੀਤਾ ਸੀ ਇਹਨੂੰ, ਅਤੇ ਸੋਨੂੰ ਦੀ ਜਿਹੜੀ ਫੈਮਿਲੀ ਆ ਜਿਹਦੇ ਪਰਿਵਾਰ ਦੇ ਵਿੱਚੋਂ ਸੋਨੂੰ ਆਇਆ ਹੋਇਆ ਉਹ ਦੱਸਦਾ ਸੀ ਕਿ ਇਹਦੇ ਡੈਡੀ ਦੱਸਦੇ ਜਿਨ੍ਹਾਂ ਨੇ ਅਡੋਪਟ ਕੀਤਾ ਸੀ ਬੜੀ ਰਿਚ ਫੈਮਿਲੀ ਸੀਗੀ, ਅਤੇ ਰਿਚ ਫੈਮਿਲੀ ਸੀਗੀ ਬਹੁਤ, ਜਿਹੜੇ ਇਹਦੇ ਡੈਡੀ ਮੰਮੀ ਸੀ, ਡੈਡੀ ਜੀ ਇਹਨਾਂ ਦੀ ਡੈਥ ਹੋ ਗਈ, ਇਹਨਾਂ ਦੇ ਟਰੱਕ ਸੀਗੇ ਬਹੁਤ, ਅਤੇ ਜਦੋਂ ਇਹਨੂੰ ਜਨਮ ਦਿੱਤਾ ਇਹਦੀ ਮੰਮੀ ਦੀ ਵੀ ਮੌਤ ਹੋ ਗਈ ਦੱਸਦੇ ਆ, ਅਤੇ ਫਿਰ ਉਹਨਾਂ ਨੇ ਹਸਪਤਾਲ ਦੇ ਵਿੱਚੋਂ ਇਹਨੂੰ ਅਡੋਪਟ ਕਰਨ ਵਾਸਤੇ ਆਪਣੇ ਜਾਣਕਾਰਾਂ ਨੂੰ ਕਿਹਾ, ਅਤੇ ਉਹਨਾਂ ਦੇ ਵਿੱਚੋਂ ਫਿਰ ਇੱਕ ਜਿਹੜਾ ਉਹਨਾਂ ਦਾ ਟਰੱਕ ਦਾ ਡਰਾਈਵਰ ਸੀਗਾ ਉਹਨੇ ਇਹਨੂੰ ਅਡੋਪਟ ਕਰ ਲਿਆ। ਜਿਹੜੇ ਇਹਦੇ ਫਾਦਰ ਸਾਹਿਬ ਦੀ ਡੈਥ ਹੋਈ ਆ ਹੁਣ ਉਹ ਇਹਨੂੰ ਫਿਰ ਉਹਨਾਂ ਨੇ ਆਪਣੇ ਘਰ ਲਿਆਂਦਾ ਪਾਲਿਆ ਜਿਵੇਂ ਤੁਹਾਨੂੰ ਦੱਸੀ ਹੈ ਜੋ ਗੱਲ, ਫਿਰ ਉਸ ਤੋਂ ਬਾਅਦ ਇਹਨੂੰ ਜੋ ਬੀਤੀ ਇਹਨੂੰ ਭੀਖ ਮੰਗਣ ਲਈ ਮਜਬੂਰ ਕੀਤਾ ਗਿਆ। ਪਰ ਅੱਜ ਇਸ ਗੱਲ ਦਾ ਬੜਾ ਦੁੱਖ ਹੈ, ਚਲੋ ਇਹਦਾ ਫਾਦਰ ਸੀ ਉਹ ਚਾਹੇ ਉਹ ਸਟੈਪ ਸੀਗਾ ਪਰ ਇਹਨੂੰ ਪਾਲਿਆ, ਇਹਦੀ ਅਟੈਚਮੈਂਟ ਬਹੁਤ ਸੀ, ਪਰ ਉਹਦੇ ਮਰਨ 'ਤੇ ਵੀ ਇਹਨੂੰ ਦੱਸਿਆ ਨਹੀਂ ਗਿਆ ਵੀ ਵੀ ਇਹਨੂੰ ਸੱਦਿਆ ਨਹੀਂ ਗਿਆ ਉੱਥੇ ਵੀ ਕਿਤੇ ਆ ਕੇ ਕੋਈ ਆਪਣਾ ਹਿੱਸਾ ਨਾ ਮੰਗ ਲਵੇ, ਪਤਾ ਨਹੀਂ ਕਿਹੜੀਆਂ ਗੱਲਾਂ ਬੰਦਿਆਂ ਦੇ ਦਿਮਾਗ ਦੇ ਵਿੱਚ ਚੱਲਦੀਆਂ ਰਹਿੰਦੀਆਂ। ਪਰ ਸਾਨੂੰ ਬੜਾ ਦੁੱਖ ਲੱਗਿਆ ਇਸ ਗੱਲ ਦਾ, ਆਹ ਹਾਲਾਤ ਸੀ ਸੋਨੂੰ ਦੇ ਜਦੋਂ ਅਸੀਂ ਲੈ ਕੇ ਆਏ ਸੋਨੂੰ ਨੂੰ, ਇਸ ਹਾਲਤ ਦੇ ਵਿੱਚ ਸੋਨੂੰ ਨੂੰ ਉੱਥੇ ਬਾਹਰ ਸੜਕ 'ਤੇ ਬਿਠਾ ਦਿੱਤਾ ਜਾਂਦਾ ਸੀਗਾ, ਅਤੇ ਸਾਰਾ ਦਿਨ ਇਹ ਉੱਥੇ ਗਰਮੀ ਦੇ ਵਿੱਚ ਬੈਠਾ, ਕੋਈ 5 ਰੁਪਏ ਦੇ ਜਾਂਦਾ ਸੀਗਾ, ਕੋਈ 10 ਰੁਪਏ ਦੇ ਜਾਂਦਾ ਸੀਗਾ, ਅਤੇ ਇੱਦਾਂ ਕੋਟਕਪੂਰੇ ਸ਼ਹਿਰ 'ਚ ਬੈਠਾ ਰਹਿੰਦੇ ਵੀਰ, ਅਤੇ ਅੱਜ ਇਹ ਸਾਡੇ ਕੋਲ ਠੀਕ ਆ ਬਿਲਕੁਲ ਤੰਦਰੁਸਤ। ਸੋਨੂੰ ਜਿਹੜੀ ਤੇਰੀ ਫੈਮਿਲੀ ਆ ਉਹ ਕਿੱਥੋਂ ਦੇ ਸੀਗੇ, ਤੇਰੇ ਮੰਮੀ ਡੈਡੀ ਜਿਹੜੇ ਸਰਦਾਰ? ਮੈਂ ਬੱਦਰ ਦੇ ਕੋਲੇ
ਮੈਂ ਬੱਦਰ ਪਿੰਡ ਆ ਜੀ ਆਪਣੇ ਮੁਕਤਸਰ ਸਾਹਿਬ ਦੇ ਕੋਲੇ ਉਹਦੇ ਮੈਂ ਬੱਦਰ ਪਿੰਡ ਦੇ ਕੋਲੇ ਝੀਂਡ ਵਾਲਾ ਪਿੰਡ ਆ ਝੀਂਡ ਵਾਲੇ ਸਰਦਾਰ ਸੀ ਬੜੇ ਤਕੜੇ ਕਹਿੰਦੇ ਸਰਦਾਰ ਵੱਜਦੇ ਸੀ ਉਹ ਉਹਨਾਂ ਦੇ ਟਰੱਕ ਟਰੁੱਕ ਸੀ ਹੈ ਨਾ ਜ਼ਿਮੀਂਦਾਰ ਆ ਅਤੇ ਉਹਨਾਂ ਦਾ ਇਹ ਬੇਟਾ ਸੀ ਸੋਨੂ ਅਤੇ ਉਹਨਾਂ ਨੂੰ ਵੀ ਆਪਾਂ ਬੇਨਤੀ ਆ ਵੀ ਜੇ ਤੁਸੀਂ ਵੀਰ ਬਣ ਕੇ ਕੋਈ ਮੁਕਤਸਰ ਏਰੀਏ ਤੋਂ ਮੈਂ ਬੱਦਰ ਪਿੰਡ ਆ ਉਹਦੇ ਨਾਲ ਹੀ ਮੈਂ ਬੱਦਰ ਦੇ ਹੈਗਾ ਝੀਂਡ ਵਾਲਾ ਝੀਂਡ ਵਾਲੇ ਪਿੰਡ ਦੇ ਸਰਦਾਰ ਸੀਗੇ ਉਹਨਾਂ ਦਾ ਨਾਮ ਵੀ ਦੱਸ ਕੇ ਗਏ ਤੇਰੇ ਡੈਡੀ ਹੈ ਨਾ ਕੀ ਨਾਮ ਦੱਸਿਆ ਸੀ ਸੁੱਖੀ ਸੁੱਖੀ ਸਰਦਾਰ ਆ ਕੋਈ ਉੱਥੋਂ ਦੇ ਅਤੇ ਜੇ ਉਹਨਾਂ ਨੂੰ ਕੋਈ ਜਾਣਕਾਰ ਉਹਨਾਂ ਦੇ ਕੋਈ ਰਿਸ਼ਤੇਦਾਰ ਨੇ ਇਹਨੂੰ ਯਾਨੀ ਕਿ ਉਹਨਾਂ ਦੇ ਰਿਸ਼ਤੇਦਾਰ ਦੇ ਕਿਸੇ ਦੇ ਘਰੇ ਜਨਮ ਹੋਇਆ ਸੀ ਸੋਨੂੰ ਦਾ ਅਤੇ ਪਰ ਉਹਦਾ ਅਸਲੀਅਤ ਕੁਛ ਨਹੀਂ ਪਤਾ ਲੱਗੀ ਵੀ ਕੌਣ ਆ ਦੇਖੋ ਕਿੱਡਾ ਰਹੱਸ ਆ ਜ਼ਿੰਦਗੀ ਦਾ ਵੀ ਅਸਲ ਮਾਂ ਬਾਪ ਨੂੰ ਕਿਤੇ ਮਿਲਿਆ ਨਹੀਂ ਜਿਨ੍ਹਾਂ ਨੇ ਅਡੋਪਟ ਕੀਤਾ ਉਹਨਾਂ ਨੇ ਭੀਖ ਮੰਗਣ ਲਈ ਮਜਬੂਰ ਕਰਤਾ ਅਤੇ ਜੇ ਕੋਈ ਉੱਥੋਂ ਦੇ ਸ਼ਹਿਰ ਦਾ ਕੋਈ ਹੈ ਵੀਰ ਨੇੜੇ ਤੇੜੇ ਪਿੰਡ ਦਾ ਤਾਂ ਸਾਨੂੰ ਜ਼ਰੂਰ ਦੱਸਿਓ ਇੱਦਾਂ ਹੁਣ ਜਿਹੜੇ ਵੀਰ ਪ੍ਰਸ਼ਾਦਾ ਛੱਕ ਕੇ ਆਉਂਦੇ ਨੇ ਉਹਨਾਂ ਦੇ ਫੇਸ 'ਤੇ ਦਾਲ ਸਬਜ਼ੀ ਲੱਗ ਜਾਂਦੀ ਹੈ ਫਿਰ ਉਹਨਾਂ ਨੂੰ ਵਲੰਟੀਅਰ ਖੜ ਜਾਂਦੇ ਨੇ ਸਾਫ਼ ਕਰਦੇ ਨੇ ਅਤੇ ਇੱਦਾਂ ਹਰ ਰੋਜ਼ ਇਹ ਸੇਵਾ ਚੱਲਦੀ ਹੈ ਪ੍ਰਸ਼ਾਦੇ ਦੀ ਇਸੇ ਤਰੀਕੇ ਨਾਲ ਹੀ ਸਾਰਿਆਂ ਨੂੰ ਪ੍ਰਸ਼ਾਦਾ ਛਕਾਇਆ ਜਾਂਦਾ ਵਾ ਤੁਸੀਂ ਛਕ ਲਿਆ ਪ੍ਰਸ਼ਾਦਾ ਜੀ ਖਾਲਸਾ ਜੀ ਇਹ ਵੀ ਖਾਲਸਾ ਜੀ ਸਾਡੇ ਜਸਵੀਰ ਸਿੰਘ ਜੀ ਇਹਨਾਂ ਦੀਆਂ ਦੋਨੋਂ ਲੱਤਾਂ ਨਹੀਂ ਕੰਮ ਕਰਦੀਆਂ ਜਦੋਂ ਇਹ ਸਾਨੂੰ ਮਿਲੇ ਸੀਗੇ ਫਿਰੋਜ਼ਪੁਰ ਰੇਲਵੇ ਸਟੇਸ਼ਨ ਦੇ ਉੱਪਰ ਇਹ ਵੀਰ ਸਾਨੂੰ ਮਿਲੇ ਸੀਗੇ ਇਹਨਾਂ ਦੀ ਬੈਕ ਸਾਈਡ 'ਤੇ ਸਾਰੇ ਪਿਸ਼ਾਬ ਵਾਲੀ ਥਾਂ 'ਤੇ ਬਹੁਤ ਵੱਡੇ ਵੱਡੇ ਜ਼ਖਮ ਹੋਏ ਹੋਏ ਸੀਗੇ ਅਤੇ ਵਿੱਚ ਕੀੜੇ ਪਏ ਹੋਏ ਸੀਗੇ ਪਰ ਬਾਬੇ ਨਾਨਕ ਨੇ ਇੱਡੀ ਕਿਰਪਾ ਕਰੀ ਵੀਰ ਸਾਡੇ ਕੋਲ ਆ ਗਿਆ ਠੀਕ ਹੋ ਕੇ ਸਾਡੇ ਨਾਲ ਟੇਲਰ ਦਾ ਕੰਮ ਜਾਣਦਾ ਸੇਵਾ ਕਰਾਉਂਦਾ ਵੀਰ ਕੁੜਤੇ ਪਜਾਮੇ ਸਿਆਉਂਦਾ ਰੋਜ਼ ਜਿਹੜੇ ਆ ਬਜ਼ੁਰਗਾਂ ਦੇ ਪਾਏ ਹੋਏ ਨੇ ਅਤੇ ਹੁਣ ਇੱਦਾਂ ਹੀ ਸਾਰਿਆਂ ਨੇ ਹੁਣ ਜਿਵੇਂ ਜਿਵੇਂ ਪ੍ਰਸ਼ਾਦਾ ਛਕੀ ਜਾਂਦੇ ਨੇ ਸਾਰੇ ਪ੍ਰਸ਼ਾਦਾ ਛੱਕ ਕੇ ਅਤੇ ਸੈਰ ਕਰਨ ਲੱਗ ਜਾਂਦੇ ਨੇ ਸਾਰੇ ਅਤੇ ਇੱਦਾਂ ਸੈਰ ਕਰਨੀ ਹੈ ਜੀ ਸਾਰਿਆਂ ਨੇ ਘੰਟਾ ਕੁ ਸੈਰ ਦਾ ਜਦ ਨੂੰ ਅੰਦਰ ਮੰਜੇ ਬਿਸਤਰੇ ਫਿਰ ਸਾਰੇ ਵਲੰਟੀਅਰਾਂ ਨੇ ਲਾ ਦੇਣੇ ਆ ਮੰਜੇ ਬਿਸਤਰੇ ਲੱਗ ਜਾਣੇ ਆ ਅਤੇ ਉਸ ਤੋਂ ਬਾਅਦ ਸਾਰਿਆਂ ਨੇ ਦਵਾਈ ਲੈ ਕੇ ਆਰਾਮ ਕਰਨਾ ਵਾ ਇੱਥੇ ਸੈਰ ਕਰਦਿਆਂ ਨੂੰ ਵੀ ਨਾਲ ਦੀ ਨਾਲ ਦਵਾਈਆਂ ਦੇ ਦੇਣੀਆਂ ਤੁਰੇ ਫਿਰਦਿਆਂ ਨੂੰ ਵੀ ਸਾਡੇ ਵਲੰਟੀਅਰਾਂ ਨੇ ਅਤੇ ਇਹ ਸਾਡੀ ਦਿਨ ਚਰਿਆ ਵਾ ਜੀ ਅਤੇ ਹੁਣ ਪਿਛਲੇ ਜਿਵੇਂ ਗੱਲ ਕਰਦੇ ਸੀ ਕਰੀਬ ਡੇਢ ਸਵਾ ਮਹੀਨਾ ਹੋ ਗਿਆ ਸਵਾ ਮਹੀਨੇ ਦੇ ਆਸ ਪਾਸ ਸਾਨੂੰ ਇੱਥੇ ਅੰਦਰ ਲੋਕਡਾਊਨ ਹੋਇਆ ਨੂੰ ਅਤੇ ਸਵਾ ਮਹੀਨੇ ਦੇ ਵਿੱਚ ਜਿਵੇਂ ਰਾਸ਼ਨ ਦੀ ਦਵਾਈਆਂ ਦੀ ਲੀੜੇ ਕੱਪੜੇ ਦੀ ਸਾਰੀਆਂ ਲੋੜਾਂ ਸੀ ਜਿਹੜੀਆਂ ਸਾਡੀਆਂ ਰਿਕੁਆਇਰਮੈਂਟਾਂ ਸੀਗੀਆਂ ਉਹ ਜਸ ਦੀਆਂ ਤਸ ਨਹੀਂ ਡਬਲ ਦੀਆਂ ਟ੍ਰਿਪਲ ਹੋ ਗਈਆਂ ਹੈ ਨਾ ਵਧੀ ਜਾ ਰਹੀਆਂ ਕੋਈ ਨਾ ਕੋਈ ਨਾ ਕੋਈ ਨਾ ਛੱਡ ਦੇ ਹਾਂ ਪੰਡਿਤ ਹਾਂ ਪੁੱਤ ਆ ਜਾ ਚੱਲ ਗੇੜਾ ਦੇ ਤੁਰ ਸੈਰ ਕਰਨੀ ਹੈ ਚੱਲ 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 ਭੱਜ ਕੇ ਦੇ ਕੇ ਉੱਪਰ ਦੇ ਗੇੜਾ ਅਤੇ ਉਹਦੇ ਵਾਸਤੇ ਬੇਨਤੀ ਕਰਨੀ ਸੀ ਸੱਚੇ ਪਾਤਸ਼ਾਹ ਕਿਰਪਾ ਕਰਨ ਵੀ ਆ 3 ਤਰੀਕ ਨੂੰ ਲੋਕਡਾਊਨ ਖੁੱਲ੍ਹ ਜਾਵੇ ਹੈ ਨਾ ਅਤੇ 3 ਤਰੀਕ ਨੂੰ ਜਦੋਂ ਲੋਕਡਾਊਨ ਖੁੱਲ੍ਹ ਗਿਆ ਤਾਂ ਅਸੀਂ ਬੇਨਤੀ ਕਰਦੇ ਹਾਂ ਭੈਣਾਂ ਭਰਾਵਾਂ ਨੂੰ ਸਾਡੇ ਨਾਲ ਸੰਪਰਕ ਕਰਕੇ ਹੋਸਪਿਟਲਾਂ ਦੇ ਬਿੱਲ ਕਾਫੀ ਜ਼ਿਆਦਾ ਬਣੇ ਪਏ ਨੇ ਉਹਦੇ ਵਿੱਚ ਸਾਡੇ ਨਾਲ ਜ਼ਰੂਰ ਕੋਸ਼ਿਸ਼ ਕਰਿਓ ਜੇ ਤੁਸੀਂ ਹੈਲਪ ਕਰ ਸਕਦੇ ਹੋ ਤਾਂ ਅਤੇ ਫਿਰ ਦਵਾਈਆਂ ਵਾਲਿਆਂ ਦੇ ਜਿੱਥੋਂ ਮੈਡੀਸਿਨ ਚੱਕਦੇ ਹਾਂ ਅਸੀਂ ਉੱਥੇ ਕਾਫੀ ਜ਼ਿਆਦਾ ਬਿੱਲ ਸਾਡੇ ਜਨਰੇਟ ਹੋ ਗਏ ਨੇ ਕਿਉਂਕਿ ਪਿਛਲੇ 1.5 ਮਹੀਨੇ ਤੋਂ ਦਵਾਈਆਂ ਇੱਦਾਂ ਹੀ ਆ ਰਹੀਆਂ ਵਾ 200 ਬੰਦਾ ਵਾ ਜਿਹਦੇ ਵਿੱਚੋਂ ਕਰੀਬ 135-136 ਬੰਦਿਆਂ ਦੇ ਤਾਂ ਦਿਮਾਗ ਦੀਆਂ ਦਵਾਈਆਂ ਚੱਲਦੀਆਂ ਵਾ ਹੈ ਨਾ ਅਤੇ ਉਹਦੇ ਵਿੱਚ ਸਾਡਾ ਤੁਸੀਂ ਸਹਿਯੋਗ ਦੇ ਸਕਦੇ ਹੋ ਅਤੇ ਆਪਣੇ ਆਸ ਪਾਸ ਵੀ ਤਾਂ ਜ਼ਰੂਰ ਖਿਆਲ ਰੱਖੋ ਆਪਣੇ ਆਪ 'ਤੇ ਵੀ ਖਿਆਲ ਰੱਖੋ ਆਪਣੇ ਆਪ ਨੂੰ ਲੋਕਡਾਊਨ ਰੱਖੋ ਆ ਦੇਖੋ ਅਸੀਂ ਆਹ ਗੇਟ ਆ ਸਾਡਾ ਜਿਹੜਾ ਇਹ ਪੱਕਾ ਬੰਦ ਕੀਤਾ ਹੋਇਆ ਇਹਦੇ ਵਿੱਚੋਂ ਕੋਈ ਬਾਹਰ ਨਹੀਂ ਜਾ ਸਕਦਾ ਸਿਰਫ ਇਹ ਸਾਡਾ ਵਲੰਟੀਅਰ ਬੈਠਾ ਇੱਥੇ ਵੀਰ ਇਹਦੇ ਇਹਨੇ ਅੰਦਰ ਜੇ ਕੋਈ ਆਉਂਦਾ ਸਾਡਾ ਵਲੰਟੀਅਰ ਹੀ ਜੇ ਕੋਈ ਬਾਹਰ ਜਾਂਦਾ ਤਾਂ ਉਹਨੂੰ ਅੰਦਰ ਆਏ ਨੂੰ ਆ ਹੱਥਾਂ ਦੇ ਉੱਪਰ ਸੈਨੇਟਾਈਜ਼ਰ ਕੀਤਾ ਜਾਂਦਾ ਫਿਰ ਇਸ ਤੋਂ ਅੱਗੇ ਇੱਕ ਗੇਟ ਹੋਰ ਲੱਗਿਆ ਹੋਇਆ ਵਾ ਉਹ ਅੱਗੇ ਉੱਥੇ ਮਾਤਾ ਸੁਰਜੀਤ ਕੌਰ ਜੀ ਹੁਣੀ ਸਾਡੇ ਜਿਹੜੇ ਵਲੰਟੀਅਰ ਅਤੇ ਟੀਮ ਦੇ ਮੈਂਬਰ ਅਤੇ ਜਿਹੜੇ ਸਾਡੇ ਪਰਿਵਾਰ ਦੇ ਮੈਂਬਰ ਹਸਪਤਾਲ ਦੇ ਵਿੱਚ ਦਾਖਲ ਸੀਗੇ ਉਹਨਾਂ ਨੂੰ ਛੁੱਟੀ ਮਿਲ ਗਈ ਜਦੋਂ ਤਾਂ ਫਿਰ ਉਹਨਾਂ ਨੂੰ ਅਸੀਂ ਸਿੱਧਾ ਅੰਦਰ ਨਹੀਂ ਲੈ ਕੇ ਆਉਂਦਾ ਅੱਜ ਤੋਂ 10 ਕੁ ਦਿਨ ਪਹਿਲਾਂ ਦੀ ਗੱਲ ਆ ਅਤੇ ਉਹਨਾਂ ਨੂੰ ਅਸੀਂ ਉੱਥੇ ਬਾਹਰ ਹੀ ਯਾਨੀ ਕਿ ਇੱਕ ਕੁਆਰੰਟਾਈਨ ਕਹਿ ਸਕਦੇ ਹਾਂ ਕੀਤਾ ਹੋਇਆ ਵਾ ਵੀ ਉਹਨਾਂ ਨੂੰ ਅਲੱਗ ਰੱਖਿਆ ਹੋਇਆ 14 ਦਿਨਾਂ ਵਾਸਤੇ ਐਜ ਏ ਪ੍ਰਕੋਸ਼ਨ ਪ੍ਰੋਬਲਮ ਕੋਈ ਨਹੀਂ ਕੋਈ ਸਿਮਟਮ ਨਹੀਂ ਸੀ ਇੱਦਾਂ ਦੇ ਬਸ ਐਜ ਏ ਪ੍ਰਕੋਸ਼ਨ ਵੀ 14 ਦਿਨ ਉਹਨਾਂ ਨੂੰ ਅਲੱਗ ਰੱਖ ਕੇ ਜੇ ਉਹਨਾਂ ਦਾ ਕੋਈ ਵੀ ਲੱਛਣ ਇੱਦਾਂ ਦਾ ਨਹੀਂ ਪਾਇਆ ਜਾਂਦਾ ਤਾਂ ਫਿਰ ਉਹਨਾਂ ਨੂੰ ਅੰਦਰ ਲਿਆਇਆ ਜਾਊਗਾ ਆਹ ਦੇਖੋ ਇਸ ਤੋਂ ਅੱਗੇ ਇੱਕ ਹੋਰ ਮੇਨ ਗੇਟ ਆ ਸਾਡਾ ਇੱਥੇ ਜਿਵੇਂ ਦਿਲਪ੍ਰੀਤ ਆ ਜੀ ਇੱਕ ਬੱਚਾ ਜਿਹਦਾ ਸ਼ੂਗਰ ਦਾ ਲੈਵਲ ਬਹੁਤ ਜ਼ਿਆਦਾ ਵੱਧ ਜਾਂਦਾ ਜਿਵੇਂ ਤੁਸੀਂ ਤੁਹਾਨੂੰ ਪਤਾ ਉਹਦੇ ਪਰਿਵਾਰ ਦੀ ਸਿਚੁਏਸ਼ਨ ਅਤੇ ਉਹ ਵੀ ਇੱਥੇ ਹੀ ਰੱਖਿਆ ਹੋਇਆ ਸੀ ਅਤੇ ਮਾਤਾ ਸੁਰਜੀਤ ਕੌਰ ਜੀ ਨੂੰ ਵੀ ਇੱਥੇ ਹੀ ਰੱਖਿਆ ਹੋਇਆ ਅਤੇ ਰਮਤਾ ਵਾ ਇੱਕ ਜਿਹਦੀ ਬਾਂਹ ਲੱਤ ਟੁੱਟ ਗਈ ਸੀ ਫਿਰੋਜ਼ਪੁਰ ਤੋਂ ਵੀਰ ਨੂੰ ਲੈ ਕੇ ਆਏ ਸੀਗੇ ਉਹਨੂੰ ਵੀ ਇੱਥੇ ਹੀ ਰੱਖਿਆ ਹੋਇਆ ਸੀ ਛੁੱਟੀ ਮਿਲਣ ਤੋਂ ਬਾਅਦ ਹੋਸਪਿਟਲ ਤੋਂ ਰਮਤੇ ਦੀ ਲੱਤ ਜੁੜ ਗਈ ਸੀਗੀ ਅਤੇ
ਹਸਪੀਟਲ ਤੋਂ ਛੁੱਟੀ ਮਿਲ ਗਈ ਇਹਨਾਂ ਨੂੰ 10 ਦਿਨ ਤੋਂ ਉੱਪਰ ਹੋ ਗਿਆ ਇੱਥੇ ਹੀ ਨੇ ਹਜੇ ਇਹ ਉੱਥੇ ਅੰਦਰ ਪੈਣ ਦਾ ਇੰਤਜ਼ਾਮ ਕੀਤਾ ਹੋਇਆ ਰਾਤ ਨੂੰ ਬੈੱਡ ਹੁਣ ਅੰਦਰ ਕਰ ਰਹੇ ਆ ਰਾਤ ਨੂੰ ਘੰਟਾ ਕਿ ਬਾਹਰ ਕੱਢ ਲਈਦੇ ਹਵਾ ਹਾਰੇ ਅਤੇ ਮਾਤਾ ਸਰਜੀਤ ਕੌਰ ਜੀ ਨੇ ਬੇਬੇ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾ ਕਰਨ ਮਾਂ ਤੈਨੂੰ ਵੀ ਬੇਬੇ ਦਾ ਚੂਲਾ ਟੁੱਟ ਗਿਆ ਸੀਗਾ ਅਤੇ ਮਾਤਾ ਸਰਜੀਤ ਕੌਰ ਜੀ ਦਾ ਪਰਿਵਾਰ ਬਾਰੇ ਹਰੇਕ ਵਾਰੀ ਅਸੀਂ ਵੇਰਵਾ ਦਿੰਦੇ ਰਹਿੰਦੇ ਹਾਂ ਵੀ ਪੁੱਤ ਅਫਸਰ ਨੇ ਧੀਆਂ ਪ੍ਰੋਫੈਸਰ ਲੱਗੀਆਂ ਹੋਈਆਂ ਪਰ ਕੋਈ ਮਿਲਣ ਨਹੀਂ ਆਉਂਦਾ ਮਾਤਾ ਜੀ ਯਾਨੀ ਕਿ ਵਾਰ ਵਾਰ ਇੱਕੋ ਹੀ ਗੱਲ ਕਰਦਿਆਂ ਨੂੰ ਬੜਾ ਦੁੱਖ ਲੱਗਦਾ ਵੀ ਪਤਾ ਨਹੀਂ ਕਿਹੜੇ ਕਰਮ ਮਾੜੇ ਸੀ ਮਾਂ ਦੇ ਵੀ ਤਿੰਨ ਧੀਆਂ ਪੁੱਤ ਦੋ ਧੀਆਂ ਉਹ ਵੀ ਪ੍ਰੋਫੈਸਰ ਲੱਗੀਆਂ ਹੋਈਆਂ ਲੈਕਚਰਾਰ ਨੇ ਅਤੇ ਪੁੱਤ ਅਫਸਰ ਆ ਪੰਚਾਇਤ ਅਫਸਰ ਆ ਪਰ ਪਤਾ ਨਹੀਂ ਕਿਉਂ ਮਾਤਾ ਦੇ ਦਰਸ਼ਨ ਕਰਕੇ ਵੀ ਰਾਜੀ ਨਹੀਂ ਮੱਥੇ ਲੱਗ ਕੇ ਵੀ ਰਾਜੀ ਨਹੀਂ ਨਾ ਕੋਈ ਮਿਲਣ ਆਉਂਦਾ ਨਾ ਕੋਈ ਪੁੱਛਣ ਆਉਂਦਾ ਬਹੁਤ ਮੇਰੀ ਕੋਸ਼ਿਸ਼ਾਂ ਵੀ ਕੀਤੀਆਂ ਘਰ ਵੀ ਗਏ ਮਾਤਾ ਜੀ ਦੇ ਬੇਟੇ ਦੇ ਉਹਨੇ ਸਾਨੂੰ ਗੱਲ ਹੀ ਨਹੀਂ ਕਰੀ ਸਾਡੇ ਨਾਲ ਕਹਿੰਦਾ ਮੇਰੀ ਕੁਛ ਨਹੀਂ ਲੱਗਦੀ ਇਹ ਅਸੀਂ ਕਿਹਾ ਸੀ ਗੁਰੂ ਘਰ ਸਹੁੰ ਖਾ ਕੇ ਕਹਿ ਦੇ ਮੇਰੀ ਕੁਛ ਨਹੀਂ ਲੱਗਦੀ ਅਸੀਂ ਅੱਜ ਤੋਂ ਬਾਅਦ ਨਹੀਂ ਆਵਾਂਗੇ ਪਰ ਉੱਥੋਂ ਵੀਰ ਉਹ ਭੱਜ ਗਿਆ ਗੁਰੂ ਘਰੋਂ ਅਤੇ ਬੇਬੇ ਸਾਡੇ ਕੋਲ ਆ ਕਰੀਬ 2 ਸਾਲ ਹੋਣ ਵਾਲੇ ਆ ਬੇਬੇ ਨੂੰ ਅਤੇ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਦੇ ਹਾਂ ਬਸ ਇਹਨਾਂ ਦੀ ਤੰਦਰੁਸਤੀ ਵਾਸਤੇ ਹੁਣ ਬਹੁਤ ਕਮਜ਼ੋਰ ਆ ਮਾਤਾ ਜੀ ਡਾਕਟਰ ਵੀ ਦੱਸਦੇ ਹਾਰਟ ਵੀ ਕਾਫੀ ਵੀਕ ਆ ਇਹਨਾਂ ਦਾ ਅਤੇ ਚੂਲੇ ਦਾ ਆਪਰੇਸ਼ਨ ਹੋਇਆ ਚੂਲਾ ਤਾਂ ਜੁੜ ਗਿਆ ਹੁਣ ਮਾਤਾ ਜੀ ਦਾ ਅਤੇ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਿਓ ਵੀ ਇਹ ਮਾਤਾ ਸਾਡੀ ਠੀਕ ਹੋ ਕੇ ਤੰਦਰੁਸਤ ਹੋ ਜਾਣ ਹੋਰ ਮਾਤਾ ਜੀ ਠੀਕ ਠਾਕ ਹੋਣ ਹੁਣ ਦਰਦ ਤਾਂ ਨਹੀਂ ਹੁੰਦਾ ਲੱਤ 'ਚ ਅੱਛਾ 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 ਉੱਥੇ ਹੁੰਦਾ ਮਾੜਾ ਮਾੜਾ ਹੈ ਅੱਛਾ ਜੀ ਦੇਖੋ ਬੇਬੇ ਦੇ ਦਿਮਾਗੀ ਸੰਤੁਲਨ ਵੀ ਠੀਕ ਨਹੀਂ ਪੂਰਾ ਇਹਨਾਂ ਨੂੰ ਐਂ ਲੱਗਦਾ ਵੀ ਇਹਨਾਂ ਦੇ ਗੋਲੀ ਲੱਗੀ ਸੀਗੀ ਅਤੇ ਪਰ ਪਤਾ ਨਹੀਂ ਸੱਚੇ ਪਾਤਸ਼ਾਹ ਨੂੰ ਪਤਾ ਨਹੀਂ ਕਿਹੜੇ ਜਨਮ ਦੀ ਸਜ਼ਾ ਬੇਬੇ ਭੁਗਤਦੀ ਹੈ ਜਿਹਦੇ ਜਿਉਂਦੇ ਜੀ ਪੁੱਤਾਂ ਧੀਆਂ ਨਹੀਂ ਮਾਤਾ ਨੂੰ ਛੱਡਤਾ ਚੰਗੇ ਤਕੜੇ ਘਰਾਣੇ ਦੇ ਆ ਕੋਈ ਇਹ ਨਹੀਂ ਪੇਕਿਆਂ ਲਈ ਮਾੜੀ ਨਹੀਂ ਬੇਬੇ ਅਤੇ ਚੰਗੇ ਤਕੜੇ ਪੇਕੇ ਆ ਮੋਗੇ ਜ਼ਿਲ੍ਹੇ ਦੇ ਵਿੱਚ ਬੇਬੇ ਦਾ ਪਿੰਡ ਆ ਪੇਕੇ ਪਿੰਡ ਆ ਅਤੇ ਜਗਰਾਓ ਜ਼ਿਲ੍ਹੇ ਸ਼ਹਿਰ ਦੇ ਵਿੱਚ ਕੋਲੇ 'ਚ ਲੁਧਿਆਣੇ ਜ਼ਿਲ੍ਹੇ 'ਚ ਮਾਤਾ ਦੇ ਸਹੁਰੇ ਆ ਤਕੜੇ ਉਹ ਵੀ ਸਰਦਾਰ ਨੇ ਅਤੇ ਇਹ ਦਿਲਪ੍ਰੀਤ ਆ ਸਾਡਾ ਦਿਲਪ੍ਰੀਤ ਕਿਵੇਂ ਪੁੱਤ ਹੁਣ ਸ਼ੂਗਰ ਕਿਵੇਂ ਆਉਂਦੀ ਹੈ ਤੇਰੀ ਅੱਜ ਹੁਣ ਕਿੰਨੀ ਸ਼ੂਗਰ ਸੀ ਕੁੜੀਏ ਵਧੀ ਹੋਈ ਸੀ ਅੱਜ ਕਿੰਨੀ 500 ਸੀ ਮਿੱਠਾ ਖਾਧਾ ਸੀ ਸੱਚ ਦੱਸੀ ਕੀ ਖਾਧਾ ਸੀ ਖਾਧਾ ਹੋਊਗਾ ਨਾ ਭਾਈ ਧਿਆਨ ਰੱਖਿਆ ਕਰ ਪੁੱਤ ਪਰਹੇਜ਼ ਰੱਖਿਆ ਕਰ ਅੱਛਾ ਖਾਂਦਾ ਨਹੀਂ ਫਿਰ ਸ਼ੂਗਰ ਕਾਹਤੋਂ ਵੱਧਦੀ ਆ ਇੱਧਰ ਸਾਡੇ ਵਲੰਟੀਅਰ ਜਿਹੜੇ ਇੱਥੇ ਮਾਤਾ ਹੋਣਾ ਦੇ ਕੋਲ ਰਹਿੰਦੇ ਹਸਪਤਾਲ ਤੋਂ ਵੀ ਆਇਆ ਗੁਰਜੋਤ ਸਿੰਘ ਇੱਧਰ ਸਾਡੇ ਗਿੱਕਾ ਜੀ ਖੜ੍ਹੇ ਨੇ ਸਤਨਾਮ ਸਿੰਘ ਜੀ ਖੜ੍ਹੇ ਨੇ ਸ਼ਿੰਦਾ ਗਰਿਆਲ ਸਾਡਾ ਵੀਰ ਖੜ੍ਹਾ ਹਾਂਜੀ ਕੀ ਹਾਲ ਚਾਲ ਨੇ ਖੁੱਲ੍ਹੇ ਗੇਟ ਉਹ ਕੌਣ ਆ ਆਪਣਾ ਜਵਰਾਜ ਇਹ ਜਿਵੇਂ ਬੱਚੇ ਦੀ ਦਵਾਈ ਲੈਣ ਆਏ ਹੋਏ ਨੇ ਅਸੀਂ ਬਾਹਰ ਹੀ ਰੱਖਦੇ ਹਾਂ ਇੱਥੇ ਖੜ੍ਹ ਜਾਓ ਵੀਰੇ ਹੱਕ ਛੋਟੀ ਹੋ ਚੱਲੀ ਅੱਗੇ ਨਾਲ ਹਨਾ ਹਾਂ ਹਾਂ ਨਹੀਂ ਉਹ ਤਾਂ ਡਾਕਟਰ ਨੇ ਕਿਹਾ ਹੀ ਸੀ ਆਪਾਂ ਨੂੰ ਵੀ ਜਿਹੜਾ ਬਾਹਰ ਪਹਿਲਾਂ ਆਇਆ ਸੀ ਨਾ ਵੀ ਫੁੱਟ ਨਾ ਜਾਵੇ ਡੇਲਾ ਅਤੇ ਹੁਣ ਛੋਟਾ ਹੋ ਚੱਲਿਆ ਦੇਖੋ ਜੀ ਇਹ ਤੁਸੀਂ ਅੱਜ ਵੀਡੀਓ ਦੇਖੀ ਹੋਊ ਯੁਵਰਾਜ ਦੀ ਅੱਖ ਦਾ ਉਦੋਂ ਡੇਲੇ ਦਾ ਸਾਈਜ਼ ਇੱਡਾ ਵੱਡਾ ਸੀ ਜਿਵੇਂ ਬਾਹਰ ਆਉਂਦਾ ਸੀਗਾ ਉਦੋਂ ਅਤੇ ਇਹਦਾ ਇਲਾਜ ਚੱਲਦਾ DMC ਤੋਂ ਦਿਆਨੰਦ ਤੋਂ ਚੱਲਦਾ ਦਾਦਾ ਜੀ ਨੇ ਇਹ ਆਪਣੇ ਪੋਤੇ ਦੇ ਇਲਾਜ ਵਾਸਤੇ ਸਾਡੇ ਕੋਲ ਆਉਂਦੇ ਦਵਾਈ ਮੁੱਕ ਗਈ ਸੀਗੀ ਚਲੋ ਦਿੰਦੇ ਆ ਕੋਈ ਨਾ ਦਵਾਈ ਅਤੇ ਇੱਦਾਂ ਜਿਹੜੇ ਵੀ ਸਾਡੇ ਕੋਲ ਆਉਂਦੇ ਨੇ ਸਾਡੇ ਨਾਲ ਜੁੜੇ ਹੋਏ ਨੇ ਪਰਿਵਾਰ ਦੇ ਮੈਂਬਰ ਪੱਕੇ ਮਰੀਜ਼ ਦਵਾਈਆਂ ਚੱਲਦੀਆਂ ਕਿਸੇ ਦੀਆਂ ਅੱਖਾਂ ਦੀਆਂ ਕਿਸੇ ਨੇ ਦਿਮਾਗ ਦੀਆਂ ਉਹਨਾਂ ਨੂੰ ਅਸੀਂ ਇੱਥੇ ਹੀ ਬਾਹਰੋਂ ਬਾਹਰ ਦਵਾਈ ਦੇ ਕੇ ਇੱਥੋਂ ਹੀ ਵਾਪਸ ਭੇਜ ਦਿੰਦੇ ਹਾਂ ਅਤੇ ਇੱਥੇ ਅਲੱਗ ਤੋਂ ਜਿਵੇਂ ਤੁਹਾਨੂੰ ਦੱਸਿਆ ਬਾਹਰਲੇ ਪਾਸੇ ਮੇਨ ਗੇਟ ਤੋਂ ਬਾਹਰ ਹੀ ਅਸੀਂ ਇੱਥੇ ਵਾਸ਼ਰੂਮ ਵਗੈਰਾ ਬਣਾਏ ਆ ਇੱਥੋਂ ਜਿਹੜੇ ਬਾਹਰੋਂ ਬਾਹਰ ਹੀ ਬੰਦੇ ਮੁੜ ਸਕਣ ਅੰਦਰ ਨਾ ਜਾਵੇ ਕੋਈ ਵੀ ਅਤੇ 1 ਮਹੀਨੇ ਤੋਂ ਉੱਪਰ ਹੋ ਗਿਆ ਸਮਾਂ ਸਾਨੂੰ ਯਾਨੀ ਕਿ ਅਸੀਂ 21-22 ਤਰੀਕ ਦੇ ਲੋਕਡਾਊਨ ਹੋਏ ਹੋਏ ਹਾਂ ਪ੍ਰੋਪਰ ਉਸ ਤੋਂ ਪਹਿਲਾਂ 16-17 ਤਰੀਕ ਨੂੰ ਵੈਸੇ ਅਸੀਂ ਅੰਦਰ ਆਉਣਾ ਜਾਣਾ ਬੰਦ ਕਰਤਾ ਸੀ ਕੋਈ ਨਾ ਕੋਈ ਨਾ ਬਾਈ ਕੋਈ ਨਾ ਕੋਈ ਨਾ ਕੋਈ ਨਾ ਯਾਰ ਬਾਈ ਹਾਂ ਹਾਂ ਕਿਵੇਂ ਕਿਵੇਂ ਔਰ ਬਾਈ ਦੇ ਕੋਲ ਜਾ ਉਹਦੀ ਬਾਈ ਕੋਲ ਚੱਲ ਧੀਰੂ ਭੱਜ ਕੇ ਢੰਡ ਢਿੱਡ ਵੱਧ ਗਿਆ ਤੇਰਾ ਬਹੁਤ ਗੇੜਾ ਦਿਆ ਕਰ ਤੇਜ਼ ਤੇਜ਼ ਅਤੇ
ਅਸੀਂ ਇਹ ਕਰੋਨਾ ਵਾਇਰਸ ਦੇ ਸਾਰੇ ਉਹ ਵੀ ਲਾਏ ਹੋਏ ਨੇ ਵਾ ਸਾਰੇ ਸੁਨੇਹ ਜਿਹੜੇ ਹੈਗੇ ਨੇ ਪ੍ਰਕੋਸ਼ਨ ਬੈਗ ਸਿਸਟਮ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਜਿਹੜੇ ਦੱਸਿਆ ਗਿਆ ਸੀਗਾ ਇਹ ਸਾਰੇ ਬੋਰਡ ਅਸੀਂ ਪਹਿਲਾਂ ਹੀ ਬਣਵਾ ਕੇ ਲਾ ਲਏ ਸੀ ਉਦੋਂ ਬਾਅਦ ਤਾਂ ਫਿਰ ਸਾਰਾ ਕੁਛ ਹੀ ਬੰਦ ਹੋ ਗਿਆ ਇੱਥੇ ਵੀ ਸਿੰਕ ਲਾਇਆ ਹੋਇਆ ਅਲੱਗ ਤੋਂ ਪਾਣੀ ਦੇ ਸਾਬਣਾ ਰੱਖਿਆ ਹੋਇਆ ਹੱਥ ਧੋਣ ਨੂੰ ਕੋਈ ਸਾਡਾ ਵਲੰਟੀਅਰ ਵੀ ਜੇ ਬਾਹਰ ਅੰਦਰ ਜਾਂਦਾ ਵਾ ਤਾਂ ਮੈਂ ਤਾਂ ਟੱਚ ਨਹੀਂ ਕੀਤਾ ਕਿਸੇ ਚੀਜ਼ ਨੂੰ ਹਾਂ ਪਾ ਦੇ ਜਾਂਗੇ ਵੀਰੇ ਪੁੱਛ ਲਾ ਪਾਈ ਤਾਂ ਨਹੀਂ ਕਿਸੇ ਨੇ ਪਾ ਲਿਓ ਪਤਾ ਨਹੀਂ ਫਿਰ ਪਾਲ ਨੂੰ ਪਤਾ ਹੋਵੇ ਅਤੇ ਇਸ ਸਾਈਡ ਸਾਰੇ ਸੈਰ ਕਰੀ ਜਾਂਦੇ ਨੇ ਹੁਣ ਇੱਧਰਲੇ ਹਾਲ ਦੇ ਵਿੱਚ ਸਾਡੇ ਜਿਹੜੇ ਬਜ਼ੁਰਗ ਰਹਿੰਦੇ ਨੇ ਜਿਹੜੇ ਜ਼ਿਆਦਾ ਡਿਸੇਬਲਡ ਨੇ ਬਾਪੂ ਅਮਰੀਕ ਸਿੰਘ ਜੀ ਇਹਨਾਂ ਦੇ ਲੱਤ 'ਚ ਕੀੜੇ ਪੈ ਹੋਏ ਸੀ ਭਵਾਨੀਗੜ੍ਹ ਤੋਂ ਲੈ ਕੇ ਆਏ ਸੀਗੇ ਅਤੇ ਇਹ ਵੀਰ ਚਮਕੌਰ ਸਿੰਘ ਜਿਹਨਾਂ ਨੂੰ ਅਸੀਂ ਰਾਮਗੜ੍ਹ ਭੁੱਲਰ ਤੋਂ ਲੈ ਕੇ ਆਏ ਸੀ ਬਾਂਹ ਦੇ ਵਿੱਚ ਕੀੜੇ ਪਏ ਹੋਏ ਸੀ ਇਹਨਾਂ ਦਾ ਬੇਟਾ ਕੀੜੇ ਕੱਢਦਾ ਸੀ ਬਾਂਹ 'ਚ ਬਾਪੂ ਗੁਰਮੇਲ ਸਿੰਘ ਇਹਨਾਂ ਦੀ ਲੱਤ 'ਚ ਕੀੜੇ ਪਏ ਹੋਏ ਸੀਗੇ ਵੀਰ ਦੇ ਬਾਪੂ ਦੇ ਇਹ ਬਾਪੂ ਗੁਰਮੇਲ ਸਿੰਘ ਇਹਨਾਂ ਨੂੰ ਦਿਖਾਈ ਨਹੀਂ ਸੀ ਦਿੰਦਾ ਅੱਖਾਂ ਤੋਂ ਬਲਾਈਂਡ ਨੇ ਅਤੇ ਉਹ ਸਰਲ ਸਿੰਘ ਬਾਪੂ ਜਿਹਨਾਂ ਨੂੰ ਅਸੀਂ ਇੱਕ ਮਿੰਟ ਬਾਪੂ ਜੀ ਹਾਂ ਠੀਕ ਹੈ ਬਾਪੂ ਠੀਕ ਹੈ ਕੋਈ ਨਾ ਅਤੇ ਬਾਪੂ ਸਰਨ ਸਿੰਘ ਜਿਹਨਾਂ ਨੂੰ ਅੰਮ੍ਰਿਤਸਰ ਤੋਂ ਲੈ ਕੇ ਆਏ ਸੀ ਅੱਖਾਂ ਤੋਂ ਬਲਾਈਂਡ ਬਾਪੂ ਬਾਹਰ ਹੀ ਸੌਂਦੇ ਸੀ ਕਈ ਸਾਲਾਂ ਤੋਂ ਬੋਰਡ ਦੇ ਥੱਲੇ ਇੱਦਾਂ ਹੀ ਯਾਦਵ ਸਿੰਘ ਜੀ ਸਾਡੇ ਸਰਦਾਰ ਸਿੰਘ ਜੀ ਸਾਡੇ ਇਹ ਹੈ ਨੇ ਪੂਰਾ ਨਾਮ ਬਾਪੂ ਯਾਦਵ ਕੀ ਕੈਲਾਸ਼ ਯਾਦਵ ਆ ਅਤੇ ਗੁਰਸਿੱਖ ਸਜੇ ਹੋਏ ਨੇ ਪੂਰੇ ਸ਼ੇਰ ਸਿੰਘ ਜੀ ਕੀ ਹਾਲ ਨੇ ਸ਼ੇਰ ਸਿੰਘ ਜੀ ਆ ਜਾਓ ਆ ਜਾਓ ਇੱਧਰ ਅੰਦਰ ਮੰਜੇ ਲੱਗੇ ਹੋਏ ਨੇ ਬਿਸਤਰੇ ਲੱਗੇ ਹੋਏ ਨੇ ਸਾਰਿਆਂ ਦੇ ਅਲੱਗ ਅਲੱਗ ਬੋਰਡ ਬਣਾਈਆਂ ਹੋਈਆਂ ਉੱਧਰਲੇ ਸਾਈਡ ਅਲੱਗ ਆ ਬੋਰਡ ਅਤੇ ਵਿਚਾਲੇ ਪੇਟੀਆਂ ਲਾ ਕੇ ਇੱਧਰ ਇੱਕ ਅਲੱਗ ਬੋਰਡ ਬਣਾਈ ਹੋਈ ਆ ਅਤੇ ਇੱਧਰ ਕੱਪੜਿਆਂ ਦਾ ਪ੍ਰਬੰਧ ਕੀਤਾ ਹੋਇਆ ਵਾ ਸਤਿ ਸ਼੍ਰੀ ਅਕਾਲ ਮਨੀ ਕਿਵੇਂ ਆ ਠੀਕ ਚਾਹੀਦਾ ਪੁੱਤ ਲੈ ਲੈਣਾ ਆਪਾਂ ਕਿਵੇਂ ਸੋਨੇ ਆ ਠੀਕ ਠਾਕ ਆ ਬਾਈ ਇਹ ਸਾਡਾ ਹੁਸ਼ਿਆਰਪੁਰ ਵਾਲਾ ਸੋਨਾ ਸਾਰੇ ਆ ਭਗਵਾਨ ਸਿੰਘ ਜੀ ਪਏ ਨੇ ਜਿਹਨਾਂ ਨੂੰ ਅਸੀਂ ਧਰਮਪੁਰੇ ਪਿੰਡ ਤੋਂ ਲੈ ਕੇ ਆਏ ਸੀ ਮਾਨਸੇ ਦੇ ਕੋਲੋਂ ਇੱਧਰ ਨਹੀਂ ਯਾਰ ਨੈਟਵਰਕ ਚੱਲਦਾ ਅੱਛਾ ਜੀ ਬਾਪੂ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਫਿਨਿਸ਼ ਕਰਨਾ ਪੈਣਾ ਦਿਨ ਤਾਂ ਚੈੱਕ ਹੀ ਨਹੀਂ ਕਰਦੇ ਆਪਾਂ ਵੀ ਕਿੱਧਰ ਨੂੰ ਜਾਈਏ ਰੋਕਦੇ ਵੀ ਨਹੀਂ ਵੀ ਨਾ ਬਾਈ ਇੱਧਰ ਨੂੰ ਜਾ ਸੋਰੀ ਥੋੜ੍ਹਾ ਕਨੈਕਸ਼ਨ ਵੀਕ ਆ ਉੱਡ ਜਾਂਦਾ ਵਾ ਕਨੈਕਸ਼ਨ ਵਿੱਚੋਂ ਅਤੇ ਇਸ ਕਰਕੇ ਤੁਹਾਨੂੰ ਸ਼ਾਇਦ ਵਿਚਾਲੇ ਸਾਡੀ ਗੱਲਬਾਤ ਨਾ ਸੁਣੀ ਹੋਵੇ ਅਤੇ ਸਾਰੇ ਜਿੰਨੇ ਜੁੜੇ ਹੋਏ ਸੀ ਭੈਣ ਭਰਾ ਉਹ ਵੀ ਸਾਰੇ ਚਲੇ ਗਏ ਨੇ 200 ਮੈਂਬਰ ਹੀ ਰਹਿ ਗਏ ਨੇ ਜਿਹੜੇ ਉਹ ਵੀ ਕਹਿ ਦਈਏ ਸਾਡੇ ਨਾਲ ਪੱਕੇ ਜਿਹੜੇ ਅਡੈਕਸ਼ਨ ਨੇ ਜਿਨ੍ਹਾਂ ਨੂੰ ਸਾਡੇ ਪਰਿਵਾਰ ਨਾਲ ਜੁੜੇ ਹੋਏ ਨੇ ਹਰ ਇੱਕ ਬੰਦੇ ਦੀ ਜਾਣਕਾਰੀ ਲੈਣ ਦੀ ਉਹੀ ਭੈਣ ਭਰਾ ਸਾਡੇ ਵੇਟ ਵੀ ਕਰਦੇ ਰਹਿੰਦੇ ਜੇ ਸਾਡਾ ਕਨੈਕਸ਼ਨ ਵੀ ਵਿੱਚੋਂ ਟੁੱਟ ਜਾਂਦਾ ਪਰ ਇੱਥੇ ਨੈਟਵਰਕ ਦੀ ਕਾਫੀ ਪ੍ਰੋਬਲਮ ਚੱਲਦੀ ਆ ਪਰ ਤੁਹਾਡੀਆਂ ਦੁਆਵਾਂ ਅਤੇ ਅਰਦਾਸਾਂ ਦੇ ਨਾਲ ਅਸੀਂ ਫਿਰ ਤੁਹਾਡੇ ਨਾਲ ਵਾਪਸ ਜੁੜ ਗਏ ਹਾਂ ਬਾਪੂ ਕੀ ਹਾਲ ਨੇ ਬਾਬੂ ਜੀ ਠੀਕ ਹੈ ਬਾਬੂ ਬਾਬੂ ਫਿਰ ਕਿਵੇਂ ਕਰਨਾ ਫਿਰ ਹੁਣ ਬਾਹਰ ਦਾ ਜਾਣਾ
ਕਰਾਉਣਾ ਹੀ ਕਰਾਉਣਾ, ਫਿਰ ਵਿਆਹ ਹਟਣਾ ਨਹੀਂ ਹੈ। ਚਲੋ ਵਧੀਆ ਬਾਪੂ, ਕਰਾਉਣਾ ਹੀ ਕਰਾਉਣਾ ਬਾਪੂ। ਚਲੋ ਸੱਚੇ ਪਾਤਸ਼ਾਹ ਤੇਰੀ ਤਮੰਨਾ ਪੂਰੀ ਕਰ ਦੇਵੇ। ਕਿਸੀ ਬਾਪੂ ਇਹ ਕਹਿੰਦਾ ਵਿਆਹ ਕਰਾਉਣਾ ਮੇਮ ਨਾਲ, ਇਹਦੀ ਗੱਲ ਹੋਈ ਹੋਈ ਆ ਵਿਚੋਲਣਾ ਭੈਣ। ਨਾਲ ਹੀ ਲੈ ਜਾਣਾ ਕਹਿੰਦੇ। ਦੇਖੋ ਕਿੱਦਾਂ ਕੱਢ ਲਓ ਗੇੜਾ ਦਿਲ ਵੀ, ਕਿੱਦਾਂ ਇਨਸਾਨ ਦੇ ਜਜ਼ਬਾਤਾਂ ਦੇ ਨਾਲ ਖੇਡਦੇ ਨੇ ਲੋਕ। ਸਾਡੇ ਮਾਤਾ ਜੀ ਹੁਣੀ ਬੈਠੇ ਨੇ ਇੱਧਰ, ਅਤੇ ਸਾਡੇ ਮਾਤਾ ਜੀ ਹੁਣਾਂ ਦੀ ਰਿਹਾਇਸ਼ ਹੈਗੀ ਇੱਧਰਲੇ ਪਾਸੇ, ਨਾਲੇ ਰਚਨਾ ਭੈਣ ਹੁਣੀ, ਮਾਤਾ ਜੀ ਹੁਣੀ ਸਾਰੇ ਬੋਲੇ ਸੋ ਨਿਹਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਰਚਨਾ, ਸਤਿ ਸ਼੍ਰੀ ਅਕਾਲ। ਓਏ ਰਚਨਾ, ਇਹ ਰਚਨਾ ਭੈਣ ਆ ਸਾਡੀ। ਹਾਂ ਰਚਨਾ ਠੀਕ ਹੈ ਤੂੰ? ਹਾਂ ਦਰਸ਼ਨਾ ਬੇਬੇ ਸਤਿ ਸ਼੍ਰੀ ਅਕਾਲ। ਹਾਂ ਭਾਈ ਆਸ਼ੂ ਚੁੰਨੀ ਲੈ ਠੀਕ ਕਰਕੇ, ਚੁੰਨੀ ਠੀਕ ਲੈ ਕਰ। ਬੇਬੇ ਸਾਡੀ ਤੇਜ ਕੌਰ, ਬੇਬੇ ਸਤਿ ਸ਼੍ਰੀ ਅਕਾਲ। ਆਪਣੇ ਲੱਛਣੀ ਪੈਂਦੀ ਆ, ਇਹਦੇ ਬਾਬੇ ਦੇ ਬਾਰੇ ਬਹੁਤ ਗੱਲ ਹੋ ਰਹੀ। ਮੈਂ ਤੇਰਾ ਪੁੱਤ ਆ ਮਾਂ, ਬੇਨਤੀ ਕਰਦੇ ਬੇਬੇ ਇੰਨਾ ਪਿਆਰ ਕਰਦੀ ਹੈ ਬਾਈ ਤੁਹਾਨੂੰ, ਹੁਣ ਵੀ ਤੁਹਾਡੇ ਨਾਲ ਇੰਨੇ ਬੇਬੇ ਜਿਹੜੇ ਘਰ ਲੈ ਕੇ ਦਿੱਤੇ, ਕਿਹਨੂੰ ਕਿਹਨੂੰ ਲੈ ਕੇ ਦਿੱਤੇ ਤੂੰ, ਜਿਹੜੇ ਹਜ਼ਾਰ ਹਜ਼ਾਰ ਰੁਪਏ ਦੇ ਮਿਲੇ ਤੈਨੂੰ? ਅੱਛਾ ਕਿਹਨੂੰ ਕਿਹਨੂੰ ਦਿੱਤਾ ਤੁਸੀਂ, ਕਿਹਨੂੰ ਕਿਹਨੂੰ ਦਿੱਤਾ? ਆ ਗਿਆ ਬੇਬੇ, ਜਾਇਓ ਬਾਥਰੂਮ, ਮੈਂ ਆ ਕੇ ਗੱਲ ਕਰਦਾ। ਮੈਂ ਪੁੱਛਣਾ ਨਹੀਂ, ਤੁਹਾਡੇ ਤੇ ਪਿਆਰ ਨਹੀਂ।
मां दे सिर दा साईं च लै गया मां नूं भूल ते मैनूं पता लग्गिया और तां मैनूं पता लग्गिया दस्सिया नहीं किसे ने और चंगा मार के दादी उसे ने छेपे पाए नहीं बीवी बोतरा ब्याई बीवी है नहीं या दी पीली है नहीं बीबी उह तां कहिंदे अमृता वाली सी के सेंगे सी नाले हां नाले ओह घर आए मैं अंबर सके ना हुजूर साहब नहीं सके मगर जेरा अंबर सकेगा बुजुर्गां दी असली जड़ां जिहड़ियां खानदानी जड़ां होंदियां ने टुटदियां जा कि मां ਉਹ ਪੰਜਾਬ ਦੇਖਿਆ ਮਾਂ ਨੇ ਵੰਡਿਆ ਹੋਇਆ ਪੰਜਾਬ ਵੀ ਦੇਖਿਆ ਉਹ ਮਾਂ ਨੇ 70 ਸਾਲ ਦੀ ਕਰੀਬ 70 ਸਾਲ ਅੱਜ ਉਹ ਮਾਂ ਸੜਕਾਂ 'ਤੇ ਰੋਣ ਲਈ ਮਜਬੂਰ ਆ ਅੱਜ ਤੋਂ 20 ਸਾਲ ਪਿੱਛੇ ਚਲੇ ਜਾਈਏ ਕਿ ਇੱਦਾਂ ਦੀਆਂ ਸਾਡੀਆਂ ਮਾਵਾਂ ਘਰੋਂ ਕੱਢ ਦਿੱਤੀਆਂ ਜਾਂਦੀਆਂ ਸੀ ਕਦੇ ਸੁਣਿਆ ਸੀ ਵੀ ਕਿਸੇ ਨੇ ਕਿਸੇ ਆਪਣੀ ਮਾਂ ਨੂੰ ਕੱਢ ਦਿੱਤਾ ਉਹ ਗੁਰਦੁਆਰੇ ਰਹਿੰਦੀ ਹੈ 10 ਸਾਲ ਹੋ ਗਏ 15 ਹੋ ਗਏ 5 ਹੋ ਗਏ ਜਾਂ ਸੜਕ 'ਤੇ ਸੌਂਦੀ ਹੈ ਕੋਈ ਮਾਂ ਸੁਣਿਆ ਸੀ ਕਿਸੇ ਨੇ ਅੱਜ ਤੋਂ 20 ਸਾਲ ਪਿੱਛੇ ਜਾ ਕੇ 15 ਸਾਲ ਪਿੱਛੇ ਜਾ ਕੇ ਝਾਤ ਮਾਰ ਕੇ ਦੇਖੋ ਕੋਈ ਮਾਂ ਸੜਕ 'ਤੇ ਸੌਂਦੀ ਸੀ 15 ਸਾਲਾਂ 'ਚ ਸਾਡੇ ਪੰਜਾਬ 'ਚ ਕਿਹੜੀ ਜ਼ਹਿਰ ਆ ਗਈ ਜ਼ਹਿਰ ਆਇਆ ਸਾਡੇ ਜਦੋਂ ਪੰਜਾਬ 'ਚ ਪੈਸਾ ਆਇਆ ਇਨਵੈਸਟਰਾਂ ਨੇ ਆ ਕੇ ਪੈਸਾ ਇਨਵੈਸਟ ਕੀਤਾ ਜ਼ਮੀਨਾਂ ਕਰੋੜਾਂ ਦੀਆਂ ਹੋਈਆਂ ਅਤੇ ਜ਼ਮੀਨਾਂ ਸਾਡੀਆਂ ਕੱਖਾਂ ਦੀਆਂ ਹੋਈਆਂ ਜ਼ਮੀਨਾਂ ਕਰੋੜਾਂ ਦੀਆਂ ਹੋਈਆਂ ਅਤੇ ਜ਼ਮੀਨਾਂ ਸਾਡੀਆਂ ਕਰੋੜਾਂ ਦੀਆਂ ਹੋਣ ਤੋਂ ਬਾਅਦ ਜ਼ਮੀਰਾਂ ਸਾਡੀਆਂ ਕੱਖ ਹੋਣੀਆਂ ਜ਼ਮੀਰਾਂ ਮਾਰਤੀਆਂ ਸਾਡੀਆਂ ਪੈਸੇ ਨੇ ਉਹ ਮਰੀਆਂ ਹੋਈਆਂ ਜ਼ਮੀਰਾਂ ਦੇ ਦੀਆਂ ਜਿਉਂਦੀਆਂ ਜਾਗਦੀਆਂ ਤਸਵੀਰਾਂ ਨੇ ਕਿ ਮਾਵਾਂ ਜਿਹੜੀਆਂ ਸੜਕਾਂ 'ਤੇ ਰੋਣ ਲੱਗ ਗਈਆਂ ਮਾਤਾ ਸੁਰਜੀਤ ਕੌਰ ਜੀ ਨੂੰ ਤੁਹਾਨੂੰ ਵੀਡੀਓ ਦਿਖਾਇਆ ਬਾਹਰ ਬੈਠੇ ਨੇ ਪੁੱਤ ਅਫਸਰ ਧੀਆਂ ਲੈਕਚਰਾਰ ਇਹ ਮਾਤਾ ਜੀ ਦਾ ਪੁੱਤੇ ਬਾਹਰ ਬੈਠੇ ਨੇ ਚੰਗੇ ਵਧੀਆ ਖਾਨਦਾਨੀ ਪਰਿਵਾਰ ਨੇ ਅਤੇ ਪਰ ਮਾਂ ਇੱਕ ਸਾਲ ਗੁਰਦੁਆਰਾ ਸਾਹਿਬ ਵਾਲਿਆਂ ਨੇ ਅੰਦਰ ਨਹੀਂ ਵੜਨ ਦਿੱਤਾ ਮਾਤਾ ਦਾ ਸੁਭਾਅ ਥੋੜ੍ਹਾ ਸੀਗਾ ਗੁੱਸਾ ਕਰਦੇ ਬਾਹਰ ਪੈ ਪ੍ਰਵਾਹੀ ਪਿੰਡ ਆ ਮਾਤਾ ਜੀ ਦਾ ਕੁੰਡ ਛਾਪਾ ਮਾਤਾ ਜੀ ਦੇ ਪੇਕੇ ਆ ਬੀਬੀ ਕਹਿੰਦੀ ਮੇਰੇ ਨਾਲ ਇੱਕ ਦਿਨ ਭਗਤ ਸਿੰਘ ਨੇ ਗੱਲਾਂ ਕੀਤੀਆਂ ਬੁੱਤ ਨੇ ਗੱਲਾਂ ਕੀਤੀਆਂ ਉੱਥੇ ਥੱਲੇ ਹੀ ਪਏ ਸੀ ਬਿਸਤਰਾ ਪਿਛਾਈ ਗੱਲਾਂ ਕੀਤੀਆਂ
सड़क ते सौंदे सी मंडीरा पिंड मुंगा चा बेबी का उत्थों नौजवान सभा वीर ने साडे नाल संपर्क किया माता नूं सी एम जी हस्पताल दाखल कराया अखा का ऑपरेशन हो गया रोशनी बेबे की आ गई अखा की हूँ बेबे कहने मैं घर जाना घर तक कोई है नहीं सड़क ते सौंदे सी बेबे तो हूँ ना तो कोई पिछे मिलना आया तो हूँ एक उधरों लॉकडाउन हो गया बेबे रोज कहती मैं घर जाना घर जाना वालेकुम सलाम रिहाना नवी लवा देनी नकली बाजू नकली लग जाएगी कोई बात नहीं हो जाएगा ये माता जी ये भैन दे ना लब्बा दे विच कीड़े पए हुए सीगे जलंधर सिविल हस्पताल दे विच पई दी भैन रेलवे लाइन रेलवे दे जलंधर रेलवे स्टेशन ते ना भैन ट्रेन च बैठी जांदी सी ओह टुट गई ट्रेन चो डिगी तां बाह ते सट लग गई ते बाह कट्टी गई बाह जदों कट्टी गई ते जी आर पी वाले ने चक के भैन नूं सिविल हस्पताल जलंधर दाखिल कराता उन्होंने यदि बाँह कट के इनू उत्ते ट्रामा वार्ड के शिफ्ट करता ट्रामा वार्ड तो ऑर्थो वार्ड से शिफ्ट करता तो ऑर्थो वार्ड के भैन पई रही ना तो उन्होंने दोबारा पट्टी की तो ना ही उन्होंने थोड़ा दूर रखी कका वीडियो डिलीट कर देनी है इदा भैन उत्थे बैठी सी इदा पूरी बाँह कीड़िया ने खाधी हुई सी भैन की तुसीं देख सकते हो किदा कीड़े आ जिहड़े भैन दे बिस्तरे दे विच इदा तुरे फिरदे सीगे साढ़े रचना भैन रिहाना भैन की बाँह सी उस टाइम तो फिर उतों असी बड़ी जिदोजहद करके भैन को हस्पताल तो लैके आए तो हम भैन साढ़े को दो साल हो गए कोई अदा पता नहीं पिछे कौन है कौन इन दौरे पेंदे दिमागी साल के दो महीने ठीक रेंगे ने सत अठ महीने भैन बस इतना दौरे पै जाते हैं दिमागी नाम की सुध बुद रही है ना खाण पीन की सुध बुद रही है इदा ही साड़ी रचना भैन सा हाँ रचना किवे ठीक है तू ला लो कोई ना मैं घूरूंगा घूरूंगा रचना हाँ भाई किवे संदीप ठीक है तू दर्शी भैन किवे ठीक है उठ के बैठे भैने बैठी उठ के माड़ा जा हाँ जी बेबे सत श्रीकाल बेबे जी साढ़े अननोन माता जी असं कहने अननोन इन्हों का कुछ नहीं पता नाम पता कौन है ये सानू लुधियाने आरती चौंक तो मिले थी सड़क पर पे थी सिर च जूं चिचड़ पे हुए थे पूरा शरीर गलिया पिया पिस्सू पे हुए थे पूरे गल के माला पाइया दो तीन एक गानी जी पाई सी खंडा सी झांजर पाइया से हाथ पैर पूरे साफ से जिमें किसी ने घरों कट के सीट गया होंगे ना कोई कमरे से बंद पई कई सालों तो बहर सीट गया होंगे कोई इदा लगता से क्योंकि जेड़े हालात से माता जी के शरीर के कपड़े इन्ने गंदे जैकटा कोटियां स्वैटर पली पाए हुए थे किन्ने तो उतो अंदाजा ला सकते थे जो सड़क पर नहीं रेंदे जो सड़क पर रेंदे तो ये हालात नहीं होंगे जेड़े हालात माता जी के कोई सिट के गया माता जी ने भी हिंदी भी बोलते पंजाबी भी बोलते इंग्लिश भी पढ़ लेंगे लिखी हुई जी अभी दिखा दीए कोई ना कोई लफ्ज पढ़ के डाल देंगे भी आह चीज़ लिखी हुई है पर इन्हों का पता नहीं लगे अच तक के कौन अपना नाम भी नहीं दसते माता जी कौन आ की नाम आ थोड़ा मां नाम की है थोड़ा मां नाम है पहले मौन तो सौ सौ थो 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 ऐ कर ले ऐ नहीं बोले सौ थो 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 कोई लफ्ज नहीं बनता गल का कोई टुक नहीं बनती गल की समझ नहीं आती कौन किवें कह तो इन बेबे सट गया पर प्लीज ਤੁਸੀਂ ਪਛਾਣੋ ਬੇਬੇ ਤਾਂ ਦੇਖਿਓ ਵੀ ਜੇ ਕੋਈ ਪਹਿਚਾਣਦਾ ਇਹਨਾਂ ਨੂੰ ਪੜ੍ਹੇ ਲਿਖੇ ਲੱਗਦੇ ਨੇ ਜਿਵੇਂ ਖੰਘ ਆਉਂਦੀ ਹੈ ਤਾਂ ਮੂਹਰੇ ਹੱਥ ਕਰਕੇ ਖੰਘਣਾ ਇਹਨੇ ਕਿ ਬੜੇ ਮੈਨਰਸ ਨੇ ਬਹੁਤ ਮਾਤਾ ਜੀ ਪਰ ਪਤਾ ਨਹੀਂ ਨਾ ਜਾਣ ਕੇ ਨਹੀਂ ਦੱਸਣਾ ਚਾਹੁੰਦੇ ਘਰੋਂ ਤੰਗ ਆ ਡਰਦੇ ਆ ਸਮੇਂ ਤੋਂ ਗੱਲ ਪਰੇ ਆ ਪਰ ਹੁਣ ਤੁਰਨ ਫਿਰਨ ਲੱਗ ਗਏ ਨੇ ਕਾਫੀ ਠੀਕ ਨੇ ਆਪਣੇ ਪਰ ਇਹਨਾਂ ਦੀ ਪਲੀਜ਼ ਜੇ ਕੋਈ ਪਹਿਚਾਣ ਕਰ ਸਕਦੇ ਹੋ ਤਾਂ ਕਰੋ ਸਾਡੇ ਨਾਲ ਸੰਪਰਕ ਕਰੋ ਪਤਾ ਲੱਗੇ ਇਹਨਾਂ ਦਾ ਕੌਣ ਆ ਇਹ ਮਾਂ ਕਿੱਥੋਂ ਆਈ ਆ ਕੀ
ਇਹਦਾ ਰਹੱਸਿਆ ਜ਼ਿੰਦਗੀ ਦਾ ਵੀ ਦਾ ਉੱਠ ਪੁੱਤ ਅਸੀਂ ਜਿਹਨੇ ਮੰਮੀ ਕਿੱਥੇ ਆ ਕਿੱਥੇ ਉਹਨੂੰ ਚੱਲ ਮਿਲੀ ਤੇ ਹਾਂ ਦਰਸ਼ੀ ਭੈਣੇ ਸਤਿ ਸ੍ਰੀ ਅਕਾਲ ਠੀਕ ਹੋ ਦਰਸ਼ੀ ਭੈਣ ਜੀ ਦੇਖਿਆ ਸੀ ਕੋਟ ਦੁਨੇ ਤੋਂ ਲੈ ਕੇ ਆਏ ਸੀ ਕਮਰੇ ਦੇ ਵਿੱਚ ਟੋਇਲਟ ਦੇ ਢੇਰ ਲੱਗੇ ਪਏ ਸੀ ਦਰਸ਼ੀ ਭੈਣ ਦੇ ਹੈ ਨਾ ਮੇਰੀ ਮੰਮੀ ਨੂੰ ਵੀ ਅਸੀਂ ਨਾਲ ਹੀ ਲੈ ਕੇ ਆਏ ਸੀ ਹੇਮਲਤਾ ਨੂੰ ਪਰ ਬੜੀ ਦੁੱਖ ਦੀ ਗੱਲ ਆ ਵੀ ਮਾਤਾ ਜੀ ਨੂੰ ਇੱਥੋਂ ਇਹਨਾਂ ਦੇ ਜੀਜਾ ਜੀ ਆ ਕੇ ਲੈ ਗਏ 6 ਮਹੀਨੇ ਪਹਿਲਾਂ ਵੀ ਚਲੋ ਮਾਤਾ ਜੀ ਸਾਡੇ ਕੋਲ ਰਹੇ ਹੋਣਗੇ ਥੋੜ੍ਹੇ ਦਿਨ ਅਸੀਂ ਕਿਹਾ ਚਲੋ ਜਾਏ ਹੁਣ ਰਹੇ ਹੁਣ ਕੋਈ ਨਾ ਵੀ ਭੇਜ ਦਿਓ ਵੀ ਦਰਸ਼ੀ ਭੈਣ ਕੋਲ ਰਹੇ ਮਾਤਾ ਚੰਗੀ ਗੱਲ ਆ ਸਾਡੇ ਲਈ ਕਹਿੰਦੇ ਠੀਕ ਆ ਜੀ ਉਸ ਤੋਂ ਬਾਅਦ ਸਾਨੂੰ ਦੱਸਿਆ ਹੀ ਨਹੀਂ ਹੁਣ ਸਾਨੂੰ 2 ਮਹੀਨੇ ਬਾਅਦ ਪਤਾ ਲੱਗਿਆ ਵੀ ਮਾਤਾ ਜੀ ਦੀ ਡੈਥ ਹੋ ਗਈ ਭੋਗ ਵੀ ਪੈ ਗਿਆ ਨਾ ਦਰਸ਼ੀ ਹੁਣ ਦਰਸ਼ੀ ਭੈਣ ਨੂੰ ਅਸੀਂ ਦੱਸਦੇ ਹਾਂ ਇਹ ਯਕੀਨ ਨਹੀਂ ਮੰਨਦੀ ਹੈ ਕਹਿੰਦੀ ਨਹੀਂ ਝੂਠ ਮਾਰਦੇ ਬੀਬੀ ਹੈਗੀ ਹੈ ਕਹਿੰਦੇ ਉਹਨੇ ਵੀ ਉਹਨੂੰ ਯਕੀਨ ਕਿਵੇਂ ਦਵਾਈਏ ਸੀ ਵੀ ਉਹ ਮਾਂ ਚਲੇ ਗਈ ਹੈ ਚੱਲ ਵਸੀ ਹੈ ਤੇ ਜੇ ਇਹਨੂੰ ਕਿਤੇ ਆਖਰੀ ਦਰਸ਼ਨ ਕਰਾ ਦਿੰਦੇ ਆਪਣੀ ਮਾਂ ਦੇ ਉਹ ਸਾਨੂੰ ਦੱਸ ਦਿੰਦੇ ਅਸੀਂ ਇਹਨੂੰ ਲੈ ਜਾਂਦੇ ਉੱਥੇ ਇਹ ਆਪਣੀ ਮਾਂ ਦੇ ਜਾਂਦੀ ਵਾਰ 'ਤੇ ਦਰਸ਼ਨ ਕਰ ਲੈਂਦੀ ਦਰਸ਼ੀ ਭੈਣ ਅਤੇ ਨਾਲੇ ਤਾਂ ਇਹਨੂੰ ਸਕੂਨ ਆ ਜਾਣਾ ਸੀਗਾ ਵੀ ਮੇਰੀ ਜਿਹੜੀ ਹੈਗੀ ਆ ਉਹ ਮਾਂ ਇਸ ਦੁਨੀਆਂ 'ਤੇ ਨਹੀਂ ਰਹੀ ਅਤੇ ਪਰ ਪਤਾ ਨਹੀਂ ਕੀ ਸਮਝ ਨਹੀਂ ਆਉਂਦੀ ਕੀ ਕਾਰਨ ਆ ਲੋਕਾਂ ਦੀ ਕੀ ਸੋਚ ਆ ਵੀ ਪਤਾ ਨਹੀਂ ਇਹ ਤੋਂ ਵੀ ਇਹਨੂੰ ਲਿਆਉਣਾ ਪਊ ਕੌਣ ਲਿਆਊਗਾ ਪਤਾ ਨਹੀਂ ਕਾਰਨ ਕੀ ਰਹੇ ਆ ਵੀ ਕਾਹਤੋਂ ਮਾਤਾ ਜੀ ਨੂੰ ਇਹਨੂੰ ਭੈਣ ਨੂੰ ਉਹਨਾਂ ਨੇ ਦੱਸਿਆ ਵੀ ਨਹੀਂ ਆਪਣੀ ਮਾਂ ਦੇ ਬਾਰੇ ਵੀ ਨਹੀਂ ਦੱਸਿਆ ਲੈ ਕਿੱਡੀ ਦੁੱਖ ਦੀ ਗੱਲ ਆ ਕੋਈ ਨਾ ਭੈਣੇ ਆਪਾਂ ਚੱਲਾਂਗੇ ਅੱਛਾ ਮੰਮੀ ਕਿੱਥੇ ਗਈ ਬੀਬੀ ਨਿਰਮਲਾ ਕੋਲ ਗਈ ਹੋਈ ਆ ਜਿਹੜਾ ਪ੍ਰਾਹੁਣਾ ਲੈ ਕੇ ਗਿਆ ਸੀ ਉਹਦਾ ਕੀ ਨਾਂ ਸੀ ਨੀਲਾ ਕਿੱਥੇ ਕਿਹੜੇ ਪਿੰਡੋਂ ਸੀ ਉਹ ਢੱਡਿਆਂ ਤੋਂ ਅਤੇ ਬੀਬੀ ਢੱਡੇ ਪਿੰਡ ਗਈ ਹੋਈ ਉੱਥੇ ਬੀਬੀ ਦੀ ਮੌਤ ਹੋ ਗਈ ਅਤੇ ਭੋਗ 'ਤੇ ਵੀ ਦੱਸਿਆ ਉਹਦਾ ਵੀ ਮਾਤਾ ਜੀ ਭੈਣ ਨੂੰ ਚਲ ਉੱਥੇ ਲੈ ਜਾਂਦੇ ਭੋਗ 'ਤੇ ਜਾ ਜਾਂਦੀ ਇਸ ਤਰ੍ਹਾਂ ਗੱਲਾਂ ਹੋ ਜਾਂਦੀ ਤਸੱਲੀ ਹੋ ਜਾਂਦੀ ਇਹਨੂੰ ਮੇਰੀ ਮਾਂ ਹੈ ਨਹੀਂ ਹੈਗੀ ਆਹ ਲਾਸਟ ਸੀਗੀ ਭੈਣ ਦੇ ਉਦੋਂ ਜਦੋਂ ਅਸੀਂ ਲੈ ਕੇ ਆਏ ਕਮਰੇ 'ਚ ਪਈ ਸੀ ਭੈਣ ਇੱਦਾਂ ਇਸ ਹਾਲਾਤ ਦੇ ਵਿੱਚ ਹੈਗੀ ਹੈ ਬੀਬੀ ਹਾਂ ਭੈਣੇ ਹੈਗੀ ਆ ਅਤੇ ਪਰਿਵਾਰ ਦੇ 3 ਮੈਂਬਰ ਸੀ ਜਿਹੜੇ ਚੜ੍ਹਾਈ ਕਰ ਗਏ ਸੀ ਉਹਨਾਂ ਦੀਆਂ ਇੱਦਾਂ ਫੋਟੋਆਂ ਲੱਗੀਆਂ ਸੀ ਕੰਧਾਂ ਦੇ ਉੱਤੇ ਹੀ ਅਤੇ ਇਹ ਭੈਣ ਵਿਚਾਰੀ 6-7 ਸਾਲਾਂ ਤੋਂ ਇੱਦਾਂ ਹੀ ਕਮਰੇ 'ਚ ਬੰਦ ਸੀਗੀ ਅਤੇ ਉੱਥੇ ਹੀ ਟੋਇਲਟ ਕਰੀ ਜਾਂਦੀ ਰਹਿੰਦੀ ਸੀ ਉੱਥੇ ਹੀ ਇੱਦਾਂ ਟੋਇਲਟ ਬਾਥਰੂਮ ਦੇ ਢੇਰ ਲੱਗੇ ਹੋਏ ਸੀ ਕਮਰੇ ਦੇ ਵਿੱਚ ਬਾਹਰ ਗੇਟ ਦੇ ਅੰਦਰਲੇ ਪਾਸੇ ਅਤੇ ਇਹ ਮਾਤਾ ਜੀ ਸੀਗੇ ਭੈਣ ਦੇ ਆਹ ਵਾਲੇ ਪਤਾ ਨਹੀਂ ਕਿਉਂ ਨਾ ਪਿੰਡ ਵਾਲਿਆਂ ਨੇ ਸਾਨੂੰ ਦੱਸਿਆ ਨਾ ਇਹਨਾਂ ਨੇ ਕਿਸੇ ਰਿਸ਼ਤੇਦਾਰ ਨੇ ਸਾਨੂੰ ਦੱਸਿਆ ਵੀ ਇੱਦਾਂ ਗੱਲ ਹੋ ਗਈ ਆ ਇਹਦੇ ਸਾਹਮਣੇ ਇਹ ਭੈਣ ਨੂੰ ਤੁਸੀਂ ਦੇਖਿਆ ਸੀ ਵੀਡੀਓ 'ਚ ਹੁਣ ਭੈਣ ਦਾ ਪਰਿਵਾਰ ਵੀ ਲੱਭ ਗਿਆ ਸੀ ਨੀਤੂ ਭੈਣ ਦਾ ਬੇਟਾ ਇੱਥੇ ਆ ਜਾ ਵੀ ਆਦਿ ਇਹ ਵੀ ਇਹਦੇ ਕੋਲ ਰਹਿੰਦਾ ਹੁਣ ਇੱਥੇ ਪੜ੍ਹਦਾ ਵਾ ਆਪਣੀ ਮੰਮੀ ਕੋਲ ਨੀਤੂ ਭੈਣ ਸਾਡੇ ਦੂਜੇ ਬੱਚਿਆਂ ਨੂੰ ਵੀ ਪੜ੍ਹਾਉਂਦੀ ਹੈ ਟੀਚਰ ਸੀ ਭੈਣ ਪੜ੍ਹਾਉਂਦੀ ਹੁੰਦੀ ਸੀਗੀ ਪਹਿਲਾਂ ਪਰ ਘਰ ਦੇ ਕੁਛ ਹਾਲਾਤ ਕਿੱਦਾਂ ਦੇ ਘੁੰਮਿਆ ਚੱਕਰ ਸਮਾਂ ਪਤਾ ਨਹੀਂ ਲੱਗਦਾ ਕਿਦੋਂ ਬੰਦੇ ਨੂੰ ਕਿੱਥੇ ਲਿਜਾ ਕੇ ਖੜਾ ਕਰ ਦਿੰਦਾ ਕੋਈ ਸਮੇਂ ਦਾ ਚੱਕਰ ਇੱਦਾਂ ਚੱਲਿਆ ਅਤੇ ਘਰ ਦੇ ਹਾਲਾਤ ਇਹ ਹੋ ਗਏ ਸੀਗੇ ਇਹਦੇ ਹਸਬੈਂਡ ਵੀ ਹੁਣ ਆਉਂਦੇ ਆ ਸਾਡੇ ਕੋਲ ਵੀ ਜੋਬ ਕਰਦੇ ਨੇ ਵਾਹਿਗੁਰੂ ਦੀ ਕਿਰਪਾ ਚਲੋ ਭੈਣ ਜੀ ਹੁਣ ਬਿਲਕੁਲ ਠੀਕ ਆ ਸਾਡੇ ਨਾਲ ਸੇਵਾ ਕਰਾਉਂਦੇ ਨੇ ਨਾਲ ਪ੍ਰਸ਼ਾਦੇ ਦੀ ਬੱਚਿਆਂ ਨੂੰ ਪੜ੍ਹਾਉਣ ਦੀ ਇਹਨਾਂ ਨੂੰ ਮਾਤਾ ਜੀ ਉਹਨਾਂ ਨੂੰ ਸੰਭਾਲਣ ਦੀ ਸੇਵਾ ਸੰਭਾਲ ਦੀ ਸਾਰੀ ਸੇਵਾ ਸਾਡੇ ਨਾਲ ਬੋਲੀ ਭੈਣ ਇਹ ਵੀ ਸਾਡੇ ਕੋਲ ਨੇ ਇੱਥੇ ਪਿੰਡੂ ਆ ਸਾਡੇ ਭੈਣ ਮਾਤਾ ਹਰਭਜਨ ਕੌਰ ਜੀ ਅਤੇ ਜਿਹਨਾਂ ਨੂੰ ਤੁਸੀਂ ਦੇਖਿਆ ਮਾਤਾ ਜੀ ਦਾ ਬੇਟਾ ਦਲਜੀਤ ਸਿੰਘ ਰਾਜੂ ਕੋਚਰ ਵੀ ਸਾਡੇ ਕੋਲ ਹਾਂ ਹਾਂ ਬੀਬੇ ਚੰਡੀਗੜ੍ਹ ਘੁੰਮ ਗਏ ਮਾਤਾ ਜੀ ਵੀ ਸਾਡੇ ਕੋਲ ਪਿੰਡੋ ਹੀ ਆ ਸਾਡੇ ਪ੍ਰਸ਼ਾਦੇ ਦੀ ਸੇਵਾ ਕਰਦੇ ਸੀ ਰੋਜ਼ ਅਤੇ ਫਿਰ ਜਦੋਂ ਲੋਕਡਾਊਨ ਹੋਇਆ ਅਤੇ ਫਿਰ ਇਹਨਾਂ ਨੂੰ ਕਿਹਾ ਮਾਤਾ ਉਹਨਾਂ ਨੂੰ ਵੀ ਤੁਸੀਂ ਸਾਡੇ ਕੋਲ ਰਹਿ ਪਓ ਵੀ ਰੋਜ਼ ਆਉਣੇ ਜਾਂਦੇ ਹੋ ਵੀ ਖਤਰਾ ਵਾ ਫਿਰ ਮਾਤਾ ਜੀ ਉਹਨੇ ਕਹਿੰਦੇ ਚਲੋ ਅਸੀਂ ਤੁਹਾਡੇ ਕੋਲ ਰਹਿ ਪੈਂਦੇ ਇੱਥੇ ਰਹਿੰਦੇ ਨੇ ਆਪਣੇ ਸਵੇਟ ਸਾਡੇ ਨਾਲ ਸੇਵਾ ਕਰਵਾਉਂਦੇ ਨੇ ਪ੍ਰਸ਼ਾਦੇ ਦੀ ਵੀ ਬਾਕੀ ਵੀ ਸਾਰੇ ਤਰ੍ਹਾਂ ਦੀ ਸੇਵਾਵਾਂ ਫਿਰ ਮਾਤਾ ਚੰਡੀਗੜ੍ਹ ਵਾਲੀ ਬੇਬੇ ਸਾਡੀ ਕੰਮ ਤਾਂ ਮੱਠੂ ਬੇਬੇ ਸਾਰੇ ਜਾਣਦੇ ਆ ਚੁਣੇ ਕਿੱਥੇ ਬੇਬੇ ਜੀ ਚੁਣੇ ਦਿਓ ਜੀ ਮਾਤਾ ਜੀ ਦੇਖ ਨਹੀਂ ਸਕਦੇ ਤੇ ਅਸੀਂ ਆਪਦੇ ਵੱਲੋਂ ਕੋਸ਼ਿਸ਼ਾਂ ਵੀ ਕੀਤੀਆਂ ਇਹਨਾਂ ਦੀ ਅੱਖਾਂ ਦੀ ਰੋਸ਼ਨੀ ਵਾਪਸ ਆ ਜਾਵੇ ਪਰ ਸਾਡੀ ਮਿਹਨਤ ਪੱਲੇ ਨਹੀਂ ਪਈ ਵਾਹਿਗੁਰੂ ਅਰਦਾਸ ਕਰਿਓ ਸੱਚੇ ਪਾਤਸ਼ਾਹ ਕੇ
ਕਿ ਬੇਬੇ ਕਾਂਤਾ ਮੱਟੂ ਦੀ ਅੱਖਾਂ ਦੀ ਰੋਸ਼ਨੀ ਵਾਪਸ ਆ ਜਾਵੇ। ਚੰਡੀਗੜ੍ਹ ਤੋਂ ਅਸੀਂ ਮਾਤਾ ਜੀ ਨੂੰ ਯੂਨੀਵਰਸਿਟੀ ਦੇ ਬਾਹਰੋਂ ਲੈ ਕੇ ਆਏ ਸੀ। ਬਾਹਰੋਂ ਚੋਰਾ ਭੁੱਲ ਗਿਆ, ਨਹੀਂ ਭੁੱਲ ਜਾਂਦਾ। ਚੰਡੀਗੜ੍ਹ ਯੂਨੀਵਰਸਿਟੀ ਦੇ ਅੰਦਰ ਗੇਟ ਦੇ ਅੰਦਰਲੇ ਪਾਸੇ ਮਾਤਾ ਜੀ ਬੈਠਦੇ ਸੀਗੇ, ਡਿਊਟੀ ਕਰਦੇ ਸੀ। ਮੈਂ ਯੂਨੀਵਰਸਿਟੀ ਕਰਦੇ ਹੁੰਦੇ ਸੀ ਬੇਬੇ, ਸੌਰੀ। ਤੇ ਮਾਤਾ ਜੀ ਦੇ ਜਿਹੜਾ ਹਸਬੈਂਡ ਸੀ ਉਹ ਵੀ ਪਹਿਲਾਂ ਉੱਥੇ ਡਿਊਟੀ ਕਰਦੇ ਸੀ, ਮਾਤਾ ਜੀ ਦਾ ਬੇਟਾ ਵੀ ਉੱਥੇ ਡਿਊਟੀ ਕਰਦਾ ਸੀਗਾ। ਉਹਨਾਂ ਦੀ ਡੈਥ ਤੋਂ ਬਾਅਦ ਮਾਤਾ ਜੀ ਵੀ ਉੱਥੇ ਸੇਵਾ ਕਰਦੇ ਸੀਗੇ, ਨਾ ਡਿਊਟੀ ਕਰਦੇ ਸੀਗੇ। ਪਰ ਅੱਖਾਂ ਤੋਂ ਬਲਾਈਂਡ ਹੋ ਕੇ ਕਿਸੇ ਨੇ ਮਾਤਾ ਦੀ ਹੈਲਪ ਨਹੀਂ ਕੀਤੀ, ਕਿਸੇ ਨੇ ਮਾਤਾ ਦਾ ਆਪਰੇਸ਼ਨ ਤੱਕ ਨਹੀਂ ਕਰਾਇਆ। ਜੇ ਉਦੋਂ 2-4 ਹਜ਼ਾਰ ਰੁਪਇਆ ਲਾ ਕੇ ਆਪਰੇਸ਼ਨ ਕਰਾ ਦਿੰਦੇ ਤੇ ਮਾਤਾ ਦੀ ਅੱਖਾਂ ਦੀ ਰੋਸ਼ਨੀ ਹੈ ਜਿਹੜੀ ਵਾਪਸ ਆ ਸਕਦੀ। ਇਹ ਜੋ ਸਾਡੀ ਰੇਖਾ ਭੈਣ, ਸਤਿ ਸ਼੍ਰੀ ਅਕਾਲ। ਇਹ ਵੀ ਤੁਰਨ ਲੱਗ ਗਈ ਸਾਡੀ ਭੈਣ ਹੁਣ, ਪਹਿਲਾਂ ਬਹੁਤ ਠੀਕ ਆ ਪਹਿਲਾਂ ਨਾਲੋਂ। ਇੱਦਾਂ ਸਾਡੀ ਆਸ਼ੂ ਤੇ ਭੈਣ ਆਸ਼ੂ ਅਰੋੜਾ ਤੇ ਦਰਸ਼ਨ ਅਰੋੜਾ ਦੋਨੇ ਮਾਵਾਂ ਧੀਆਂ ਨੂੰ ਜਿਹੜਾ ਲੁਧਿਆਣੇ ਤੋਂ ਲੈ ਕੇ ਆਏ ਸੀ, ਹੁਣ ਇਹ ਵੀ ਠੀਕ ਆ। ਮੈਂ ਚੱਲਾਂਗੇ ਖੋਲੇ ਆਉਂਦੇ ਕੈਸੀ ਹੋ ਜਾਂਦੇ ਵਿੱਚ। ਕੌਣ ਆਸ਼ੂ? ਮਾਰੀ ਬਾਤ ਨਹੀਂ ਮੰਨਦੀ ਤੂੰ? ਬੋਲਣ ਤਾਂ ਵੀ ਮੈਂ ਸਰਦਾਰ ਬਣ ਗਿਆ, ਮੈਂ ਸਰਦਾਰ। ਸੇਵਾ ਪਰਿਵਾਰ ਦੇ ਸਾਡੇ ਸਾਰੇ ਮੈਂਬਰ ਆ ਤੇ ਭੈਣਾਂ ਜਿਹੜੀ ਸੇਵਾ ਕਰਾਉਂਦੇ ਸਾਡੇ ਨਾਲ ਹੀ ਮਾਤਾ ਜੀ ਉਹਨਾਂ ਨੂੰ ਸੰਭਾਲਣ ਦੇ ਵਿੱਚ। ਤੇ ਸਾਡੀ ਇੱਕ ਹੋਰ ਭੈਣ ਆ ਇੱਧਰ ਪਿੱਛੇ ਬੈਠੇ ਨੇ, ਇਹ ਹਰਸਿਮਰਨਜੀਤ ਸਿੰਘ ਜਿਹੜਾ ਵੀਰ ਸਾਡੇ ਕੋਲ ਆ, ਉਹਨਾਂ ਦੇ ਮਦਰ ਨੇ ਤੇ ਭੈਣ ਆਪਣੇ ਬੇਟੇ ਨੂੰ ਲੈ ਕੇ ਆਏ ਨੇ। ਉਹ ਵੀ ਵੀਰ ਠੀਕ ਨਹੀਂ ਸੀ ਮੈਂਟਲੀ, ਘਰੇ ਕੁੱਟ ਮਾਰ ਕਰਦਾ ਸੀ ਬਹੁਤ ਜ਼ਿਆਦਾ ਆਪਣੇ ਫਾਦਰ ਦੀ ਵੀ, ਮਾਤਾ ਜੀ ਉਹਨਾਂ ਦੇ ਵੀ। ਉਹ ਠੀਕ ਆ ਵੀਰ, ਕਾਫੀ ਸਾਡੇ ਕੋਲ ਰਹਿੰਦਾ, ਮਾਤਾ ਜੀ ਇੱਧਰ ਸਾਡੇ ਨਾਲ ਸੇਵਾ ਕਰਾਉਂਦੇ ਨੇ। ਇੱਦਾਂ ਹੀ ਮਾਤਾ ਖੰਨੇ ਤੋਂ ਸੋਨੀ ਦੇ ਮੰਮੀ, ਇਹ ਵੀ ਮਾਤਾ ਜੀ ਸਾਡੇ ਨਾਲ ਸੇਵਾ ਕਰਾਉਂਦੇ ਨੇ। ਇਹਨੇ ਸਾਡੀ ਭੈਣ ਕਮਲਜੀਤ, ਇਹਦਾ ਵੀ ਪੈਰ ਦਾ ਆਪਰੇਸ਼ਨ ਕਰਾਇਆ ਭੈਣ ਦਾ, ਹੁਣ ਠੀਕ ਆ ਕਿ ਨਾਲੋਂ ਕਾਫੀ ਹੱਦ ਤੱਕ ਪੈਰ ਸਿੱਧਾ ਹੋ ਗਿਆ, ਪਰ ਪੂਰਾ ਨਹੀਂ ਠੀਕ ਹੋਇਆ ਪੈਰ ਅਜੇ। ਅਤੇ ਆ ਹੁਣ ਫਿਜੀਓਥਰੈਪੀ ਹੋਣੀ ਸੀ ਭੈਣ ਦੀ, ਡਾਕਟਰਾਂ ਨੇ ਕਿਹਾ ਸੀ ਆਪਰੇਸ਼ਨ ਤੋਂ ਬਾਅਦ ਹਰ ਰੋਜ਼ ਉੱਥੇ ਰਹਿ ਕੇ ਫਿਜੀਓਥਰੈਪੀ ਕਰਾਉਣੀ ਸੀ, ਪਰ ਲੋਕਡਾਊਨ ਹੋਣ ਕਰਕੇ ਸਾਰਾ ਕੁਝ ਵਿੱਚ ਹੀ ਰਹਿ ਗਿਆ। ਅਤੇ ਇੱਧਰ ਮਾਤਾ ਸ਼ਿਮਲਾ ਦੇਵੀ ਸਾਡੇ ਬੈਠੇ ਨੇ, ਸਾਡੇ ਸਭ ਤੋਂ ਫੇਵਰੇਟ ਬੇਬੇ। ਸਤਿ ਸ਼੍ਰੀ ਅਕਾਲ। ਅਤੇ ਮਾਤਾ ਸ਼ਿਮਲਾ ਦੇਵੀ ਜੀ ਨੂੰ ਤੁਸੀਂ ਸਾਰੇ ਜਾਣਦੇ, ਢੁੰਡਰੀਆਂ ਪਿੰਡ ਤੋਂ ਮਾਤਾ ਜੀ ਨੂੰ ਲੈ ਕੇ ਆਏ ਸੀਗੇ। ਹਾਲਾਤ ਕੀ ਸੀ ਉਸ ਟਾਈਮ ਅਤੇ ਅੱਜ ਕੀ ਆ? ਮਾਤਾ ਜੀ ਵਾਹਿਗੁਰੂ ਦੀ ਕਿਰਪਾ ਨਾਲ ਹੁਣ ਠੀਕ ਆ, ਬਿਲਕੁਲ ਤੰਦਰੁਸਤੀ ਭਰੀ ਜ਼ਿੰਦਗੀ ਬਤੀਤ ਕਰਦੇ ਨੇ। ਅਤੇ ਤੁਹਾਡੀਆਂ ਸਾਰਿਆਂ ਦੀਆਂ ਦੁਆਵਾਂ ਅਤੇ ਅਰਦਾਸਾਂ, ਸੱਚੇ ਪਾਤਸ਼ਾਹ ਦੀ ਕਿਰਪਾ ਅਤੇ ਸਦਕਾ ਅਸੀਂ ਇਹ ਸੇਵਾ ਨਿਭਾ ਰਹੇ ਹਾਂ ਜੀ। ਇੱਧਰ ਸਾਰੇ ਸੈਰ ਆ ਜਿਹੜੀ ਕਰੀ ਜਾਂਦੇ ਆ, ਅਤੇ ਇੱਦਾਂ ਹੀ ਇਹ ਗੁਰੂ ਘਰ ਆ ਸਾਡਾ, ਇੱਥੇ ਸਾਰੇ ਜਾਣੇ ਬੈਠ ਕੇ ਸਵੇਰੇ ਸ਼ਾਮ ਪਾਠ ਕਰਦੇ ਨੇ। ਦੋਨੋਂ ਟਾਈਮ ਕੀਰਤਨ ਹੁੰਦਾ, ਪਾਠ ਹੁੰਦਾ, ਅਤੇ ਬਾਬਾ ਨਾਨਕ ਦੀ ਕਿਰਪਾ ਦੇ ਨਾਲ। ਹਾਂਜੀ ਮਾਂ, ਮਾਂ 3 ਤਰੀਕ ਨੂੰ ਖੁੱਲ੍ਹ ਜਾਣਾ, ਚੱਲਾਂਗੇ ਫਿਰ। ਹਾਂ ਹਾਂ, 10 ਕੁ ਦਿਨ ਲੱਗ ਜਾਣਗੇ। ਠੀਕ ਹੈ ਮਾਂ। ਇੱਧਰ ਸਾਡੇ ਵੀਰ ਐਕਸਰਸਾਈਜ਼ ਕਰ ਰਹੇ ਨੇ, ਇਹ ਮਸ਼ੀਨਾਂ ਵੀ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਸਾਡੇ ਕੋਲ ਪਹੁੰਚਦੀਆਂ ਕੀਤੀਆਂ ਸੀਗੀਆਂ ਐਕਸਰਸਾਈਜ਼ ਵਾਸਤੇ। ਅਤੇ ਆਹ ਦੇਖੋ ਸਾਰੇ ਜਿਹੜੇ ਵੀਰ ਹੈਗੇ ਨੇ ਇਹਨਾਂ ਮਸ਼ੀਨਾਂ ਦੇ ਨਾਲ ਆਪਣੀ ਸਿਹਤ ਜਾਬੀ ਲਈ ਐਕਸਰਸਾਈਜ਼ ਕਰ ਰਹੇ ਨੇ, ਤੰਦਰੁਸਤੀ ਦੇ ਲਈ ਐਕਸਰਸਾਈਜ਼ ਕਰ ਰਹੇ ਨੇ। ਉਹ ਬਾ ਵੀ ਜੱਗਿਆ, ਜ਼ੋਰ ਲਾ, ਜ਼ੋਰ ਜੱਗੇ ਸਾਡੇ। ਹਾਂ ਦੇਖ ਲਿਆ, ਦੇਖ ਲਿਆ। ਹਾਂ ਮਨੀ ਵੀ ਦੇਖ ਲਿਆ ਮੈਂ। ਲੈ ਵਾਹ ਬਈ ਵਾਹ ਮਨੀ, ਲਾ ਦੇ ਜ਼ੋਰ, ਤੇਰੇ ਵਰਗਾ ਨੀ ਕੋਈ ਹੋਰ। ਦੇਖ ਲੈ ਇੱਧਰ ਪ੍ਰਸ਼ਾਦੇ ਦੀ ਸੇਵਾ ਤੋਂ ਬਾਅਦ ਜਿਹੜੇ ਬਰਤਨਾਂ ਦੀ ਸੇਵਾ ਹੋ ਰਹੀ ਹੈ ਜੀ, ਭਾਂਡੇ ਧੋ ਕੇ ਸਾਡੇ ਵਲੰਟੀਅਰ ਵੀਰਾਂ ਨੇ ਸਾਰਿਆਂ ਭਾਂਡਿਆਂ ਨੂੰ ਇਕੱਠੇ ਕਰਕੇ ਇੱਥੇ ਰੱਖਣਾ। ਸੱਚੇ ਪਾਤਸ਼ਾਹ ਨੇ ਇਹ ਵੀਰ ਭੇਜੇ ਹੋਏ ਨੇ ਸਾਡਾ ਖਾਲਸਾ ਜੀ ਨਿਹੰਗ ਸਿੰਘ, ਜਿਹਨਾਂ ਨੂੰ ਅਸੀਂ ਅੰਮ੍ਰਿਤਸਰ ਤੋਂ ਲੈ ਕੇ ਆਏ ਸੀਗੇ ਰੇਲਵੇ ਸਟੇਸ਼ਨ ਤੋਂ। ਇਹ ਵੀਰ ਸਾਡਾ ਹੁਸ਼ਿਆਰਪੁਰ ਤੋਂ ਬਾਈ ਆਇਆ ਹੋਇਆ ਸਾਡੇ ਨਾਲ ਸੇਵਾ ਕਰਾਉਣ ਲਈ। ਵੀਰ ਕੀ ਨਾਂ ਤੁਹਾਡਾ? ਬਲਵੰਤ ਸਿੰਘ ਬਾਈ। ਸੇਵਾ ਕਰਾਉਣ ਲਈ ਬਾਈ ਨੇ ਫੋਨ ਕੀਤਾ ਸੀ, ਮੈਂ ਤੁਹਾਡੇ ਕੋਲ ਰਹਿ ਕੇ ਕੁਛ ਟਾਈਮ ਸੇਵਾ ਕਰਾਉਣੀ ਆ। ਅਤੇ ਮੈਨੂੰ ਲੱਗਦਾ ਵੀ 4-5 ਮਹੀਨੇ ਹੋ ਗਏ ਬਾਈ, 4 ਮਹੀਨੇ ਹੋ ਗਏ ਬਾਈ ਨੂੰ ਸੇਵਾ ਕਰਾਉਣ ਆਏ ਨੂੰ। ਅਤੇ ਕੀ ਕੰਮ ਕਰਦੇ ਸੀ ਬਾਈ? ਡਰਾਈਵਰੀ ਕਰਦਾ ਸੀ ਬਾਈ। ਅਤੇ ਬਾਬੇ ਨਾਨਕ ਨੇ ਦੇਖੋ ਕਿੱਡੀ ਸੇਵਾ ਬਖਸ਼ੀ ਹੈ ਬਾਈ, 4 ਮਹੀਨੇ ਤੋਂ ਇੱਥੇ ਸਾਡੇ ਕੋਲ ਰਹਿ ਕੇ ਸੇਵਾ ਕਰਾ ਰਿਹਾ। ਅਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਰਦਾਰ ਤੇਜਾ ਸਿੰਘ ਜੀ
ਖਾਲਸਾ ਜੀ ਦਾ ਚੂੜਾ ਟੁੱਟਿਆ ਹੋਇਆ ਸੀਗਾ ਰੇਲਵੇ ਸਟੇਸ਼ਨ ਤੇ ਅੰਮ੍ਰਿਤਸਰ ਸੀਗੇ ਹੁਣ ਸਾਡੇ ਨਾਲ ਸੇਵਾ ਕਰਾਉਂਦੇ ਨੇ ਟੋਨੀ ਵੀਰ ਸਾਡਾ ਸਤਿ ਸ੍ਰੀ ਅਕਾਲ ਜੀ ਇਹ ਵੀ ਵੀਰ ਨੂੰ ਕੋਟਕਪੂਰੇ ਤੋਂ ਲੈ ਕੇ ਆਏ ਸੀ ਇਹ ਸਾਡਾ ਪ੍ਰਤਾਪ ਸਿੰਘ ਵਲੰਟੀਅਰ ਵੀਰ ਸਾਡੇ ਨਾਲ ਸੇਵਾ ਕਰਾਉਣ ਜਗਰਾਉਂ ਤੋਂ ਆਇਆ ਹੋਇਆ ਇੱਦਾਂ ਜੀ ਇਹ ਸਾਰਾ ਜਿਹੜਾ ਕਾਰਜ ਆ ਇਹ ਵਾਹਿਗੁਰੂ ਸੱਚੇ ਪਾਤਸ਼ਾਹ ਆਪ ਕਰਾਉਂਦੇ ਨੇ ਨਾਲ ਹੋ ਕੇ ਸਾਡੀ ਨਾ ਤਾਂ ਔਕਾਤ ਸੀ ਨਾ ਹੈਸੀਅਤ ਸੀ ਨਾ ਸੋਚ ਸੀ ਐਡੀ ਵੱਡੀ ਪਰ ਕਹਿੰਦੇ ਜਿ ਕਹਿੰਦੇ ਕਰੇ ਕਰਾਵੇ ਆਪੇ ਆਪ ਮਾਨਸ ਕੇ ਨਾ ਹੀ ਕੁਛ ਹਾਥ ਉਹੀ ਕਰਾਉਂਦਾ ਸਭ ਕੁਛ ਬੰਦਾ ਨਹੀਂ ਕਰ ਸਕਦਾ ਸਾਡੇ ਸਰੀਰ ਸੱਚੇ ਪਾਤਸ਼ਾਹ ਨੇ ਵਰਤ ਲਏ ਚੰਗੇ ਪਾਸੇ ਲਾ ਤੇ ਸਾਡੀ ਜ਼ਿੰਦਗੀਆਂ ਚੰਗੇ ਲੇਖੇ ਲਾ ਤੀਆਂ ਕੋਈ ਚੰਗੇ ਕਰਮ ਸੀ ਜਿਹੜੇ ਸਾਡੇ ਸਾਨੂੰ ਇੱਦਾਂ ਦੀਆਂ ਮਾਵਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਬੇਬੇ ਸੰਧਿਆ ਦੇਵੀ ਜੀ ਇੱਥੇ ਬਹਿ ਜਾਂਦੇ ਨੇ ਰਾਤ ਨੂੰ ਜਾ ਕੇ ਅੰਦਰ ਪੈਣਗੇ ਨਹੀਂ ਸਾਰਾ ਦਿਨ ਇਹਨਾਂ ਨੇ ਇੱਥੇ ਬਾਹਰ ਹੀ ਬੈਠਣਾ ਇਹਨਾਂ ਦਾ ਬੇਟਾ ਬਲਦੇਵ ਸਿੰਘ ਅਤੇ ਦੋਨਾਂ ਨੂੰ ਮਾਤਾ ਜੀ ਨੂੰ ਅਤੇ ਉਹਨਾਂ ਨੂੰ ਕਿਹੜੇ ਹਾਲਾਤਾਂ 'ਚ ਲੈ ਕੇ ਆਈ ਤੁਸੀਂ ਸਾਰਿਆਂ ਨੇ ਦੇਖਿਆ ਸੀ ਭੈਰੋਂ ਰਾਏਪੁਰ ਮੁੰਨੇ ਪਿੰਡ ਤੋਂ ਨਾ ਇੱਧਰੋਂ ਆਪਣੇ ਅਨੰਦਪੁਰ ਸਾਹਿਬ ਦੇ ਕੋਲੋਂ ਅਤੇ ਫਿਰ ਇੱਕ ਹੋਰ ਸਾਡਾ ਇੱਧਰ ਵਾਰਡ ਬਣਾਈ ਆ ਅਸੀਂ ਇੱਕ ਹੁਣ ਜਿਹੜਾ ਜਿਹੜੇ ਬਜ਼ੁਰਗ ਖੰਘ ਜ਼ੁਕਾਮ ਹੋ ਜਾਂਦਾ ਜਿਨ੍ਹਾਂ ਨੂੰ ਜਾਂ ਕੋਈ ਬੁਖਾਰ ਹੋ ਜਾਂਦਾ ਥੋੜ੍ਹਾ ਬਹੁਤਾ ਵੀ ਅਸੀਂ ਉਹਨਾਂ ਨੂੰ ਅਲੱਗ ਰੱਖਦੇ ਹਾਂ ਆ ਕਰੋਨਾ ਕਰਕੇ ਵੀ ਇਹ ਜੇ ਪ੍ਰਕੋਸ਼ਨ ਵੀ ਜੇ ਕਿਸੇ ਨੂੰ ਕੋਈ ਮਾੜੀ 'ਚ ਵੀ ਇੱਦਾਂ ਲੱਗਦੀ ਹੈ ਸਾਨੂੰ ਕੋਈ ਦਿੱਕਤ ਆ ਤਾਂ ਅਸੀਂ ਉਹਨਾਂ ਨੂੰ ਫਿਰ ਇੱਧਰ ਇੱਕ ਅਲੱਗ ਵਾਰਡ ਬਣਾਈ ਹੋਈ ਆ ਇਸ ਵਾਰਡ ਦੇ ਵਿੱਚ ਲੈ ਆਉਂਦੇ ਉਹਨਾਂ ਨੂੰ ਇੱਥੇ ਰੱਖਦੇ ਹਾਂ ਅਤੇ ਜਦੋਂ ਉਹ ਠੀਕ ਹੋ ਜਾਂਦੇ ਨੇ 15-20 ਦਿਨਾਂ ਬਾਅਦ ਜਦੋਂ ਨੋਰਮਲ ਹੋ ਜਾਂਦੇ ਨੇ ਫਿਰ ਅਸੀਂ ਉੱਧਰ ਦੁਬਾਰਾ ਸ਼ਿਫਟ ਕਰ ਦੇਈਦਾ ਨਹੀਂ ਕਿ ਹੈ ਇੱਧਰ ਕੋਈ ਪ੍ਰੋਬਲਮ ਨਹੀਂ ਇੱਦਾਂ ਵੀ ਕੋਈ ਇਹਨਾਂ ਨੂੰ ਕਰੋਨਾ ਦੀ ਪ੍ਰੋਬਲਮ ਆ ਜਾਂ ਕੁਛ ਹੋਰ ਆ ਜਿਹੜੇ ਵਾਇਰਲ ਬਸ ਨੋਰਮਲੀ ਮੌਸਮ ਦੇ ਨਾਲ ਹੀ ਜਿਹੜੇ ਜ਼ੁਕਾਮ ਹੋ ਜਾਂਦਾ ਨਾ ਬੁਖਾਰ ਜ਼ੁਕਾਮ ਹੋ ਜਾਂਦਾ ਅਤੇ ਉਹਦੇ ਕਾਰਨ ਜਿਹੜੇ ਵੀਰ ਠੀਕ ਨਹੀਂ ਹੁੰਦੇ ਉਹਨਾਂ ਨੂੰ ਫਿਰ ਅਸੀਂ ਇੱਥੇ ਲੈ ਆਈਦਾ ਆ ਬਾਪੂ ਗੋਪਾਲ ਪਿਆ ਸਾਡਾ ਰੇਡੂਆ ਬਾਪੂ ਗੋਪਾਲ ਰੇਡੂਆ ਨਹੀਂ ਚੱਲਦਾ ਇਸ ਤਰ੍ਹਾਂ ਖਰਾਬ ਹੋ ਗਿਆ ਇਹ ਬਾਪੂ ਗੋਪਾਲ ਸਿੰਘ ਜੀ ਪਏ ਨੇ ਸਾਡੇ ਨੀਰਜ ਨੀਰਜ ਕਿਵੇਂ ਪੁੱਤ ਠੀਕ ਆ ਹੱਸ ਕੇ ਹੱਸ ਕੇ ਦਿਖਾ ਦੇ ਕੀ ਹੋ ਗਿਆ ਠੀਕ ਨਹੀਂ ਤੂੰ ਠੀਕ ਆ ਕੋਈ ਨਾ ਪੈ ਜਾ ਕੀ ਹੋਇਆ ਦੱਸ ਮਾਰਤਾ ਤੈਨੂੰ ਇਹ ਨੀਰਜ ਬਾਬੇ ਨੂੰ ਮਾਰਦਾ ਤੂੰ ਤੇ ਸਾਡਾ ਇੱਕ ਕੋਸ਼ਿਸ਼ ਆ ਛੋਟੀ ਜੀ ਸਾਰਾ ਕੁਛ ਦਿਖਾਉਂਦੇ ਦਿਖਾਉਂਦੇ ਸਮਾਂ ਬਹੁਤ ਲੱਗ ਜਾਂਦਾ ਅਤੇ ਕਈ ਭੈਣ ਭਰਾ ਕਹਿਣ ਵੀ ਲੱਗ ਜਾਂਦੇ ਨੇ ਵੀਡੀਓ ਲੰਬੀ ਬਹੁਤ ਹੋ ਜਾਂਦੀ ਹੈ ਜੀ ਪਰ 200 ਬੰਦਿਆਂ ਦੀ ਜਾਣਕਾਰੀ ਅਤੇ 200 ਪਰਿਵਾਰ ਦੇ ਮੈਂਬਰਾਂ ਦਾ ਸੁਪਨਿਆਂ ਦਾ ਘਰ ਦਿਖਾਉਣਾ ਹੋਵੇ ਤਾਂ ਫਿਰ ਟਾਈਮ ਤਾਂ ਲੱਗ ਹੀ ਜਾਂਦਾ ਅਤੇ ਬਾਪੂ ਭਗਤ ਸਿੰਘ ਜੀ ਬਾਪੂ ਸਤਿ ਸ਼੍ਰੀ ਅਕਾਲ ਹੋਰ ਠੀਕ ਹੋ ਬਾਪੂ ਜੀ ਵੀਡੀਓ ਖੋਲ੍ਹ ਕੇ ਦੇਖਿਓ ਜੀ ਤੁਸੀਂ ਬਾਪੂ ਭਗਤ ਸਿੰਘ ਨੂੰ ਦਾਖੇ ਪਿੰਡ ਤੋਂ ਅਸੀਂ ਛੜਾ ਕੇ ਲੈ ਕੇ ਆਏ ਸੀ ਗੁਲਾਮ ਬਣਾ ਕੇ ਰੱਖਿਆ ਸੀ ਬਾਪੂ ਨੂੰ ਇਸ ਉਮਰ 'ਚ ਇੱਦਾਂ ਕੁੱਬਾ ਹੋਇਆ ਬੰਦਾ ਰੋਜ਼ ਪੱਠੇ ਵੱਢਦਾ ਸੀ ਰੋਜ਼ ਮੱਝਾਂ ਨਵਾਉਂਦਾ ਸੀ ਰੋਜ਼ ਗੋਹਾ ਚੱਕਦਾ ਸੀ ਬਾਪੂ ਰੋਜ਼ ਪੱਠੇ ਪਾਉਂਦਾ ਸੀ ਬਾਪੂ ਆ 4 ਕੁ ਮਹੀਨੇ 5 ਮਹੀਨੇ ਪਹਿਲਾਂ ਹੀ ਲੈ ਕੇ ਆਉਂਦਾ ਛੜਾ ਕੇ ਭਗਤ ਸਿੰਘ ਆ ਬਾਪੂ ਦਾ ਨਾਮ ਯਾਨੀ ਕਿ ਲੋਕਾਂ ਨੇ ਤਾਂ ਭਗਤ ਸਿੰਘ ਨੂੰ ਵੀ ਦੁਬਾਰਾ ਗੁਲਾਮ ਬਣਾ ਲਿਆ ਅਤੇ ਜੇ ਕਿਤੇ ਅਸਲੀ ਭਗਤ ਸਿੰਘ ਇੱਥੇ ਹੁੰਦਾ ਉਹਦੇ ਨਾਲ ਪਤਾ ਨਹੀਂ ਕੀ ਕਰਦੇ ਲੋਕ ਅੱਜ ਦੇ ਸਾਡੇ ਕਿਹਦੀ ਦਵਾਈ ਹੈ ਵਿਕਰਮ ਜੋਗੀ ਸੋਢੀ ਤੇਰੇ ਕੋਲ ਕਿਹਦੀ ਦਵਾਈ ਆ ਜੱਗਾ ਕੈਨੇਡਾ ਤੇ ਜਗਰਾਜ ਨੇ ਗਾ ਜੱਗਾ ਕੈਨੇਡਾ ਉੱਧਰ ਫਿਰਦਾ ਅੰਦਰ ਭਾਂਡੇ ਧਵਾਉਂਦਾ ਭਾਂਡੇ ਉੱਧਰ ਤੇਰੇ ਕੋਲ ਕਿਹਦੀ ਦਵਾਈ ਹੈ ਬਈ ਸ਼ਿੰਦਾ ਟੂ ਤੇ ਇੱਦਾਂ ਹੁਣ ਇੱਧਰ ਅੰਦਰ ਮੰਜੇ ਬਿਸਤਰੇ ਆ ਜਿਹੜੇ ਹਾਜ਼ਰੀ ਲੱਗ ਗਈ ਕਿੰਨੇ ਬੰਦੇ ਸੀ ਕੱਲ ਹਾਜ਼ਰੀ ਟੋਟਲ ਕਿੰਨੇ ਬੰਦਿਆਂ ਦੀ ਸੀ ਕੱਲ 162 ਹਾਂ ਪਾ ਕੇ 162 ਹੈ ਅਤੇ ਆਪਣੀ ਟੀਮ ਦੇ ਮੈਂਬਰ ਵਲੰਟੀਅਰ ਪਾ ਕੇ ਕਿੰਨੇ 200 ਇਹਨਾਂ ਤੋਂ ਬਿਨਾਂ ਨਹੀਂ ਕਿ 207 ਮੈਂਬਰ ਆ ਅਸੀਂ ਸਾਰੇ ਇੱਥੇ ਜੀ ਜਿਹੜੇ ਵਲੰਟੀਅਰ ਸਾਡੇ ਟੀਮ ਦੇ ਮੈਂਬਰ ਸਾਰਿਆਂ ਨੂੰ ਪਾ ਕੇ ਅਤੇ 162 ਜਾਣੇ ਉਹ ਨੇ ਜਿਹੜੇ ਸਾਡੇ ਪਰਿਵਾਰ ਦੇ ਮੈਂਬਰ ਜਿਹੜੇ
ਜਿਨ੍ਹਾਂ ਨੂੰ ਅਸੀਂ ਲੈ ਕੇ ਆਉਂਦਾ ਕਿਸੇ ਨਾ ਕਿਸੇ ਵਜ੍ਹਾ ਦੇ ਕਾਰਨ। ਕੁਛ ਬਿਸਤਰੇ ਵਿਛਾ ਰਹੇ ਨੇ, ਕੁਛ ਦਵਾਈਆਂ ਦੇ ਰਹੇ ਨੇ, ਡਾਇਟ ਲਿਖਦੇ ਨੇ। ਬੂਟਾ ਸਿੰਘ ਜੀ ਨੂੰ ਅਸੀਂ ਲੈ ਕੇ ਆਏ ਸੀ ਯੂਪੀ ਤੋਂ, ਪੜ੍ਹਿਆ ਲਿਖਿਆ ਵੀਰ ਆ, HIV ਪੋਜ਼ਿਟਿਵ ਆ, ਅਤੇ ਇਹ ਕਹਿੰਦਾ ਮੈਨੂੰ ਡਿਊਟੀ ਦੇ ਦਿਉ ਕੋਈ। ਅਤੇ ਫਿਰ ਇਹਨੂੰ ਅਸੀਂ ਕਿਤਾਬ ਕਾਪੀਆਂ ਦਿੱਤੀਆਂ ਹੋਈਆਂ ਡਾਇਟ ਵਾਲੀਆਂ, ਅਤੇ ਆਹ ਸਾਡੀਆਂ ਡਾਇਟ ਵਾਲੀਆਂ ਕਾਪੀਆਂ ਵਾ। ਭਗਵਾਨ ਸਿੰਘ ਬਾਪੂ ਜੀ ਯਾਰ ਇਹਦੇ ਇਹਦੇ ਉੱਪਰ ਲਿਖਿਆ ਹੋਇਆ ਵਾ, ਰੋਜ਼ਾਨਾ ਖੁਰਾਕ ਚਾਰਟ, ਅਤੇ ਨਾਮ ਲਿਖਿਆ ਹੋਇਆ ਵਾ ਜਿਵੇਂ ਬੰਦੇ ਦਾ, ਅਤੇ ਇਹਦੇ 'ਤੇ ਸਾਰੀ ਆ ਡਾਇਟ ਲਿਖੀ ਹੋਈ ਆ, ਕਿਵੇਂ ਕਿਵੇਂ ਖਾਂਦਾ, ਕਿੰਨੀ ਕਿੰਨੀ ਚੀਜ਼ ਕਿਹੜੀ ਕਿਹੜੀ ਖਾ ਰਹੇ ਨੇ, ਕਿੰਨੇ ਪ੍ਰਸ਼ਾਦੇ ਛਕੇ, ਕਿੰਨੀ ਚਾਹ ਪੀਤੀ, ਕਿੰਨੇ ਫੁਲਕੇ ਖਾਧੇ, ਸਾਰੀਆਂ ਚੀਜ਼ਾਂ ਇਹਦੇ 'ਤੇ ਅਸੀਂ ਨੋਟ ਕਰਦੇ ਹਾਂ। ਇਸ ਤਰੀਕੇ ਦੇ ਨਾਲ ਅਸੀਂ ਸਾਰਾ ਇਹ ਨੋਟ ਕਰਦੇ ਹਾਂ। ਅਤੇ ਇਹ ਵੀਰ ਹਰ ਰੋਜ਼ ਕਾਪੀਆਂ ਨੂੰ ਜਿਵੇਂ ਅਪਡੇਟ ਕਰ ਦਿੰਦਾ, ਹੁਣ ਮੁੰਡਿਆਂ ਨੇ ਇਹ ਡੈਰੀ ਦੇ ਉੱਤੇ ਲਿਖ ਕੇ ਰਿਕਾਰਡ ਇਹਨਾਂ ਨੂੰ ਸਾਰਾ ਦੇਤਾ, ਬੂਟਾ ਸਿੰਘ ਨੂੰ ਨਾਮ ਲਿਖੇ ਹੋਏ ਨੇ ਸਾਰਿਆਂ ਦੇ ਵੀ ਕਿਹਨੇ ਕਿੰਨੇ ਫੁਲਕੇ ਖਾਧੇ ਆ, ਕਿੰਨੀ ਦਾਲ ਖਾਧੀ ਆ, ਅਤੇ ਕਿੰਨੇ ਚੌਲ ਖਾਧੇ ਆ। ਅਤੇ ਉਹ ਇਹਨਾਂ ਨੇ ਹੁਣ ਉਹਨਾਂ ਦੀਆਂ ਜਿਹੜੀਆਂ ਪੱਕੀਆਂ ਡਾਇਟ ਲੱਗੀਆਂ ਹੋਈਆਂ ਡਾਇਟ ਵਾਲੀਆਂ ਕਾਪੀਆਂ ਉਹਨਾਂ 'ਤੇ ਚਾੜ ਦੇਣਾ ਡਾਇਟ ਚਾੜ। ਅਤੇ ਇਹ ਹੁਣ ਬਿਸਤਰੇ ਵਿਛਾਏ ਜਾ ਰਹੇ ਆ ਸਾਰਿਆਂ ਦੇ, ਅਤੇ ਜਿਨ੍ਹਾਂ ਦੇ ਦਵਾਈਆਂ ਵਗੈਰਾ ਲਾਉਣ ਵਾਲੀਆਂ ਹੁੰਦੀਆਂ ਉਹ ਵਲੰਟੀਅਰ ਦਾ ਮੈਡੀਸਨ ਲਾ ਰਹੇ ਨੇ, ਜਿਵੇਂ ਕਰੀਮਾਂ ਵਗੈਰਾ ਲੱਗਣ ਵਾਲੀਆਂ ਹੁੰਦੀਆਂ ਕਈਆਂ ਦੇ, ਕਿਸੇ ਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਆ, ਕਿਸੇ ਦੇ ਮਾਲਿਸ਼ ਹੋਣੀ ਹੁੰਦੀ ਆ, ਰਾਤ ਨੂੰ ਮਾਲਿਸ਼ ਕਰਕੇ ਪਾਉਣਾ ਹੁੰਦਾ, ਕਿਸੇ ਨੂੰ ਕਿਸੇ ਨੂੰ ਸੇਕ ਦੇਣਾ ਹੁੰਦਾ ਕਿਸੇ ਦੇ ਢੂਈ 'ਤੇ, ਕਿਸੇ ਦੀ ਲੱਤ 'ਤੇ, ਇੱਦਾਂ ਸਾਰੇ ਤਰ੍ਹਾਂ ਦੇ ਜੋ ਪ੍ਰਕੋਸ਼ਨ ਦੀ ਲੋੜ ਹੈਗੀ ਹੈ, ਜੋ ਅਸੀਂ ਆਪਣੇ ਲਈ ਐਕਸਪੈਕਟ ਕਰਦੇ ਹਾਂ ਵੀ ਜੇ ਸਾਨੂੰ ਕੋਈ ਪ੍ਰੋਬਲਮ ਆਵੇ, ਅਸੀਂ ਚੰਗੇ ਹਸਪਤਾਲ 'ਚ ਜਾਈਏ, ਚੰਗਾ ਸਾਡਾ ਇਲਾਜ ਹੋਵੇ, ਚੰਗੀ ਸੇਵਾ ਹੋਵੇ, ਉਹ ਅਸੀਂ ਇੱਥੇ ਪੂਰੀ ਆਪਣੇ ਪਰਿਵਾਰ ਨੂੰ ਕੋਸ਼ਿਸ਼ ਕਰਦੇ ਹਾਂ। ਕੋਈ ਸਰਕਾਰੀ ਹਸਪਤਾਲਾਂ 'ਚ ਨਹੀਂ ਲੈ ਕੇ ਜਾਂਦੇ, ਕੋਈ ਖਰੈਤੀ ਹਸਪਤਾਲਾਂ 'ਚ ਨਹੀਂ ਲੈ ਕੇ ਜਾਂਦੇ, ਪ੍ਰਾਈਵੇਟ ਹੋਸਪਿਟਲਾਂ 'ਚ ਜਿੱਦਾਂ ਦੀ ਇਲਾਜ ਦੀ ਜ਼ਰੂਰਤ ਆ ਉੱਦਾਂ ਦੇ ਹੋਸਪਿਟਲ 'ਚ ਲੈ ਕੇ ਜਾਂਦੇ ਹਾਂ। ਇਹ ਸਾਡਾ ਧਰੁਵ ਆ। ਧਰੁਵ ਕੀ ਹਾਲ ਨੇ? ਧਰੁਵ ਪੂਰਾ ਨਾਂ ਕੀ ਤੇਰਾ? ਧਰੁਵ ਚਾਵਲਾ। ਚਾਵੜਾ, ਧਰੁਵ ਚਾਵੜਾ ਜੀ, ਤੁਸੀਂ ਕਿੰਨਾ ਪੜ੍ਹੇ ਹੋਏ ਹੋ? ਛਾਬੜਾ ਜੀ, ਵੀਰ ਸਾਡੇ ਨਾਲ ਦਿੱਲੀ ਤੋਂ ਸੇਵਾ ਕਰਾਉਣ ਲਈ ਆਇਆ ਹੋਇਆ ਸਾਡੇ ਕੋਲ ਇੱਥੇ ਸਪੈਸ਼ਲੀ। ਇਹ ਵੀਰ ਗੁਰਸਿੱਖ ਹੁੰਦਾ ਸੀ ਕਿਸੇ ਟਾਈਮ ਪੂਰਾ, ਅਤੇ ਵਧੀਆ ਪੜ੍ਹਨ ਲਿਖਣ ਵਾਲਾ ਬੱਚਾ ਸੀ। ਕੁਛ ਇੱਦਾਂ ਦੇ ਹਾਲਾਤ ਪੈਦਾ ਹੋਏ ਜ਼ਿੰਦਗੀ ਦੇ ਵਿੱਚ, ਡਿਪਰੈਸ਼ਨ 'ਚ ਲੈ ਗਿਆ ਸੀ ਨੌਜਵਾਨ, ਪਰ ਬਾਬੇ ਨਾਨਕ ਦੀ ਹੁਣ ਐਡੀ ਕਿਰਪਾ ਸਾਡੇ ਨਾਲ ਸੇਵਾ ਕਰਾਉਂਦਾ ਵੀਰ, ਪ੍ਰਸ਼ਾਦੇ ਦੀ, ਦਵਾਈਆਂ ਦੀ, ਫਿਰ ਨਾਲ ਜਿਹੜਾ ਕੰਪਿਊਟਰ ਦਾ ਮਾਹਰ ਆ ਪੂਰਾ, ਇਹਨੇ BCOM ਕੀਤੀ ਹੋਈ ਆ, ਅਤੇ ਸਾਡੇ ਨਾਲ ਉੱਤੇ ਬੈਠ ਜਾਂਦਾ। ਜਿਹੜੇ ਮੁੰਡੇ ਸਾਡੇ ਕੰਪਿਊਟਰ ਦਾ ਕੰਮ ਕਰਦੇ ਨੇ, ਐਂਟਰੀਆਂ ਪਾਉਣੀਆਂ ਕਿਸੇ ਦੀਆਂ ਜਾਂ ਕੁਛ, ਉਹਦੇ ਵਿੱਚ ਵੀ ਨਾਲ ਸਾਡੀ ਹੈਲਪ ਕਰਾਉਣ ਲੱਗ ਗਿਆ ਹੈ। ਹਜੇ 2 ਮਹੀਨੇ, 1.5 ਮਹੀਨਾ ਹੀ ਹੋਇਆ ਧਰੁਵ ਨੂੰ ਆਏ ਨੂੰ ਸਾਡੇ ਕੋਲ ਦਿੱਲੀ ਤੋਂ, ਅਤੇ ਕੈਂਪ 'ਤੇ ਆਏ ਸੀ ਮੈਡੀਸਨ ਦੇ ਲਈ। ਫਿਰ ਉਸ ਤੋਂ ਬਾਅਦ ਇਹਨਾਂ ਦੀ ਪ੍ਰੋਬਲਮ ਨੂੰ ਦੇਖਦੇ ਹੋਏ ਹਸਪਤਾਲ 'ਚ ਐਡਮਿਟ ਕਰਾਇਆ, ਹੋਸਪਿਟਲ ਤੋਂ ਛੁੱਟੀ ਤੋਂ ਬਾਅਦ ਫਿਰ ਤੁਰੰਤ ਉਸ ਤੋਂ ਬਾਅਦ ਫਿਰ ਲੋਕਡਾਊਨ ਹੋ ਗਿਆ। ਅਤੇ ਇਹਨਾਂ ਦੇ ਪਰਿਵਾਰ ਨਾਲ ਸਾਡੀ ਗੱਲ ਹੋਈ ਸੀ ਕਿ ਚਲੋ ਮਾਤਾ ਜੀ ਥੋੜ੍ਹੇ ਦਿਨ ਕੋਲ ਰਹਿ ਲੈਣਗੇ ਇੱਥੇ ਇਕੱਠੇ, ਪਰ ਲੋਕਡਾਊਨ ਹੋਣ ਕਰਕੇ ਫਿਰ ਇਹਦੇ ਧਰੁਵ ਦੇ ਮਾਤਾ ਜੀ ਨੂੰ ਪਿੰਡ ਗਏ ਹੋਏ ਸੀ ਆਪਣੇ ਦਿੱਲੀ, ਉਹ ਕੱਪੜੇ ਕੁੱਪੜੇ ਲੈਣ ਜਾਂ ਹੋਰ ਚੀਜ਼ਾਂ ਦੇਖਣ, ਉਸ ਤੋਂ ਬਾਅਦ ਫਿਰ ਕੈਰਫਿਊ ਲੱਗਣ ਕਰਕੇ ਉੱਥੇ ਹੀ ਫਸ ਗਏ। ਪਰ ਧਰੁਵ ਸਾਡੇ ਨਾਲ ਬਹੁਤ ਵਧੀਆ ਕੋਪਰੇਟ ਕਰਦਾ, ਬਹੁਤ ਵਧੀਆ। ਧਰੁਵ ਠੀਕ ਆ ਹੁਣ? ਤੈਨੂੰ ਹੁਣ ਤਾਂ ਨਹੀਂ ਕੋਈ ਦਿੱਕਤ ਆਉਂਦੀ? ਸਭ ਠੀਕ ਹੈ? ਆਲ ਦਾ ਬੈਸਟ ਆਫ ਲੱਕ ਲਵਰ। ਅਤੇ ਇਹ ਸਾਡੀਆਂ ਕੋਸ਼ਿਸ਼ਾਂ ਵਾ ਜੀ, ਛੋਟੀਆਂ ਛੋਟੀਆਂ ਜਿਹੜੀਆਂ ਜ਼ਿੰਦਗੀ ਦੇ ਵਿੱਚ ਵੱਡੇ ਅਸਰ ਪਾਉਂਦੀਆਂ ਜ਼ਿੰਦਗੀ ਦੇ ਵਿੱਚ, ਜਿਵੇਂ ਇਹ ਵੀਰ ਦੀ ਜ਼ਿੰਦਗੀ ਦੇ ਵਿੱਚ ਦੋਨੋਂ ਜਿਹੜੀਆਂ ਲੱਤਾਂ ਦੀ ਪੋਜੀਸ਼ਨ ਸੀ, ਇੱਕ ਲੱਤ ਦਾ ਚੂੜਾ ਟੁੱਟਿਆ ਸੀ, ਇੱਕ ਲੱਤ ਟੁੱਟੀ ਹੋਈ ਸੀ, ਹੱਡੀ ਬਾਹਰ ਨਿਕਲੀ ਹੋਈ ਸੀ ਇੰਨੀ ਜ਼ਿਆਦਾ। ਹੁਣ ਇਹ ਵੀਰ ਸਾਡੇ ਨਾਲ ਸੇਵਾ ਕਰਾਉਣਾ, ਦਵਾਈਆਂ ਦੇਣੀਆਂ ਸਾਰਿਆਂ ਦੇ, ਦਵਾਈਆਂ ਵੀ ਜਿਹੜੀ ਪਾਣੀ ਪਾ ਕੇ ਦੇਣਾ ਗਲਾਸਾਂ ਦੇ ਵਿੱਚ, ਸਾਰਾ ਡਿਊਟੀ ਹੱਥ ਸੂਏ 2 ਘੰਟੇ ਨੇ ਨਾਲ ਦਵਾਉਣੇ। ਇੱਦਾਂ ਹੀ ਇਹ ਸਾਡਾ ਮੈਡੀਕਲ ਰੂਮ ਆ ਜੀ, ਲੈ ਇੱਥੋਂ ਡਿਸਟ੍ਰੀਬਿਊਟ ਕੀਤੀਆਂ ਜਾਂਦੀਆਂ ਸਾਰਿਆਂ ਦੀਆਂ, ਆ ਡੱਬਿਆਂ ਦੇ ਵਿੱਚ ਪਾ ਕੇ ਮੈਡੀਸਨ ਰੱਖੀ ਹੋਈ ਹੈ ਸਾਰਿਆਂ ਦੀ। ਜਿਵੇਂ ਧਰੁਵ ਛਾਬੜਾ ਦਾ ਡੱਬਾ ਪਿਆ ਵਾ, ਅਤੇ ਆਹ ਸਿਮਰਨਜੀਤ ਦਾ ਪਿਆ ਵਾ, ਸਾਰਿਆਂ ਦੇ ਨਾਮ ਲਿਖੇ ਹੋਏ ਡੱਬਿਆਂ ਦੇ ਉੱਪਰ, ਸਾਰਿਆਂ ਦੇ
ਇਦਾਂ ਫਿਰ ਉਹਨਾਂ ਨੂੰ ਜਿਵੇਂ ਡਾਕਟਰ ਸਾਨੂੰ ਦਵਾਈਆਂ ਲਿਖ ਕੇ ਦੇ ਦਿੰਦੇ ਨੇ ਅਸੀਂ ਉਹ ਡੱਬਿਆਂ 'ਚ ਪਾ ਕੇ ਹਰੇਕ ਦੀਆਂ ਅਲੱਗ ਅਲੱਗ ਦਵਾਈਆਂ ਰੱਖੀਆਂ ਹੁੰਦੀਆਂ ਫਿਰ ਉੱਦਾਂ ਹੀ ਡੱਬਿਆਂ 'ਚੋਂ ਕੱਢ ਕੱਢ ਕੇ ਹੱਥ ਸਵੇਰ ਦਵਾਈਆਂ ਸਾਰਿਆਂ ਨੂੰ ਦਿੱਤੀਆਂ ਜਾਂਦੀਆਂ ਵਾ ਅਤੇ ਇਹ ਜਿਹੜੀ ਨਫਰੀ ਹੈ ਸਾਡੀ ਕਿੰਨੇ ਮੈਂਬਰ ਆ ਇੱਥੇ ਅਸੀਂ ਉਹ ਸਾਰਾ ਲਿਖਿਆ ਹੋਇਆ ਵਾ ਕੁੱਲ ਮੈਂਬਰ 162 ਨੇ 6 ਬੱਚੇ ਆ ਅਤੇ ਮਾਤਾ ਅਤੇ ਭੈਣ 18 ਨੇ ਹੋਸਪਿਟਲ ਦੇ ਵਿੱਚ 2 ਪੇਸ਼ੈਂਟ ਐਡਮਿਟ ਆ ਸਾਡੇ ਅਤੇ ਇੱਦਾਂ ਹੀ ਮੈਡੀਸਨ ਦੀ ਰਿਕੁਆਇਰਮੈਂਟ ਆ ਬਾਕੀ ਜਿਹੜੀਆਂ ਰਿਕੁਆਇਰਮੈਂਟਾਂ ਅਸੀਂ ਲਿਖਦੇ ਹੁੰਦੇ ਸੀ ਰਾਸ਼ਨ ਦੀਆਂ ਕੱਪੜਿਆਂ ਦੀਆਂ ਬਿਲਡਿੰਗ ਦੇ ਮਟੀਰੀਅਲ ਦੀਆਂ ਫਰੂਟ ਦੀਆਂ ਉਹ ਤਾਂ ਪਿਛਲੇ 1.25 ਮਹੀਨੇ ਤੋਂ 1.5 ਮਹੀਨੇ ਤੋਂ ਲਿਖੀ ਹੀ ਨਹੀਂ ਗਈ ਨਾ ਹੀ ਕੋਈ ਆਇਆ ਸਾਡੇ ਕੋਲ ਅਤੇ ਕੁਛ ਜਦੋਂ ਵੀਡੀਓ ਪਾਈ ਸੀ ਕੁਛ ਭੈਣ ਭਰਾ ਸਾਡੇ ਕੋਲ ਵੀਡੀਓ ਪਾਉਣ ਤੋਂ ਬਾਅਦ ਰਾਸ਼ਨ ਜ਼ਰੂਰ ਦੇ ਕੇ ਗਏ ਨੇ ਉਹਨਾਂ ਦਾ ਬਹੁਤ ਧੰਨਵਾਦ ਭੈਣਾਂ ਨੇ ਭਰਾਵਾਂ ਨੇ ਸਾਡੇ ਨਾਲ ਸਾਥ ਦਿੱਤਾ ਰਾਸ਼ਨ ਦੀਆਂ ਦਵਾਈਆਂ ਦੀਆਂ ਜਿਹੜੀਆਂ ਕੋਈ ਜ਼ਰੂਰਤਾਂ ਸੀ ਸਾਡੀਆਂ ਪੂਰੀਆਂ ਕੀਤੀਆਂ ਅਤੇ ਇਹ ਸਾਡੇ ਪੇਸ਼ੈਂਟ ਇਸ ਟਾਈਮ ਐਡਮਿਟ ਨੇ ਹੋਸਪਿਟਲ ਦੇ ਵਿੱਚ ਅਮਰੀਕ ਸਿੰਘ ਐਡਮਿਟ ਵੀਰ ਜਿਹੜਾ ਤੁਸੀਂ ਥੋੜ੍ਹੇ ਕੁ ਦਿਨ ਪਹਿਲਾਂ ਵੀਡੀਓ ਦੇਖੀ ਹੋਣੀ ਆ ਫਿਰੋਜ਼ਪੁਰ ਤੋਂ ਵੀਰ ਨੂੰ ਲੈ ਕੇ ਆਏ ਸੀ ਪੇਟ ਦੀਆਂ ਅੰਤੜੀਆਂ ਵੀ ਬਾਹਰ ਥੈਲੀ 'ਚ ਪਾ ਕੇ ਲਟਕਦੀਆਂ ਸੀ ਅਤੇ ਨਵਜੋਤ ਕੌਰ ਭੈਣ ਆ ਜਿਹਦੀ ਲੱਤ 'ਤੇ ਇੱਕ ਪੂਰੀ ਬਾਂਹ ਪੂਰੀ ਇੱਕ ਸਾਈਡ ਗਲੀ ਹੋਈ ਸੀਗੀ ਬਹੁਤ ਮਾੜੀ ਹਾਲਾਤ 'ਚ ਪਟਿਆਲੇ ਕੋਲੋਂ ਆਈ ਸੀ ਭੈਣ ਸਾਡੇ ਕੋਲ ਸਿਮਰਨ ਆ ਬੱਚੀ ਜੀ ਜਿਹੜੀ ਬੰਜਾਰਿਆਂ ਦੀ ਕੁੜੀ ਸੀਗੀ ਤੁਸੀਂ ਦੇਖਿਆ ਕਿਹੜੇ ਹਾਲਾਤਾਂ 'ਚ ਸੀ ਬੱਚੀ ਉਹ ਵੀ ਹਸਪਤਾਲ ਦੇ ਵਿੱਚ ਦਾਖਲ ਆ ਅਤੇ ਫਿਰ ਸਿਕੰਦਰ ਦਾਖਲ ਆ ਜੀ ਮੈਡੀਵੇ ਹੋਸਪਿਟਲ 'ਚ ਉਹਦੀਆਂ ਡਾਇਲਸਿਸਾਂ ਹੋ ਰਹੀਆਂ ਉਹਨੂੰ ਕਿਡਨੀ ਦੀਆਂ ਪ੍ਰੋਬਲਮਾਂ ਵੀਰ ਸਾਡੇ ਕੋਲ ਰਹਿੰਦਾ ਸੀ ਜਿਹਦੀ ਇੱਕ ਲੱਤ ਵੀ ਕੱਟੀ ਹੋਈ ਆ ਅਤੇ ਫਿਰ ਇਹ ਬਾਈ ਮਾਤਾ ਜੰਗੀਰ ਕੌਰ ਜੀ ਜਿਹੜੇ ਸਤਪਾਲ ਅਤੇ ਗੁਰਜੰਟ ਸਿੰਘ ਦੇ ਮਾਤਾ ਜੀ ਸੀਗੇ ਜਿਹੜੇ ਵੀਰ 21 ਸਾਲ ਸਿੰਗਲ ਨਾਲ ਬੰਨ ਕੇ ਰੱਖੇ ਰੇਤਗੜ੍ਹ ਪਿੰਡ ਦੇ ਵਿੱਚ ਅੱਜ ਉਹ ਮਾਤਾ ਦੇ ਫੂਡ ਪੈਪ ਦੇ ਵਿੱਚ ਰਸੌਲੀ ਆ ਇਹ ਚਾਰੋਂ ਹੀ ਪੰਜੋਂ ਹੀ ਮਰੀਜ਼ ਆ ਜਿਹੜੇ ਇਹ ਐਡਮਿਟ ਨੇ ਹਸਪਤਾਲਾਂ ਦੇ ਵਿੱਚ ਨਵਜੋਤ ਕੌਰ ਆ ਜਿਹੜੀ ਉਹ ਹੈਗੀ ਆ ਦੀਪਕ ਹਸਪਤਾਲ ਦੇ ਵਿੱਚ ਅਮਰੀਕ ਸਿੰਘ CMC ਹਸਪਤਾਲ ਦੇ ਵਿੱਚ ਆ ਸਿਮਰਨ ਆ ਜਿਹੜੀ ਉਹ ਵੀ ਦੀਪਕ ਹਸਪਤਾਲ ਦੇ ਵਿੱਚ ਆ ਸਿਕੰਦਰ ਆ ਮੈਡੀਵੇ ਹਸਪਤਾਲ ਦੇ ਵਿੱਚ ਆ ਜੰਗੀਰ ਕੌਰ ਆ ਜਿਹੜੇ ਉਹ ਵੀ ਸਤੀਸ਼ ਜੈਨ ਡਾਕਟਰ ਦੇ ਅੰਡਰ ਮੈਡੀਵੇ ਹਸਪਤਾਲ 2 ਮੈਡੀਵੇ 'ਚ ਆ ਜੀ ਅਤੇ 1 CMC 'ਚ ਆ ਅਤੇ 2 ਦੀਪਕ ਹਸਪਤਾਲ 'ਚ ਆ ਇਹ 5 ਪੇਸ਼ੈਂਟ ਐਡਮਿਟ ਆ ਹੁਣ ਹੋਸਪਿਟਲਾਂ ਦੇ ਜਿਹੜੇ ਬਿੱਲ ਆ ਉਹ ਉੱਦਾਂ ਹੀ ਨਿਰੰਤਰ ਬਣਦੇ ਜਾ ਰਹੇ ਆ ਉਹ ਬਿੱਲਾਂ ਦੀ ਜਿਹੜੀ ਹੈਗੀ ਆ ਉਹ ਬਣੀ ਜਾ ਰਹੇ ਉਵੇਂ CMC ਹਸਪਤਾਲ ਦੇ ਵਿੱਚ ਤਾਂ ਕਾਫੀ ਜ਼ਿਆਦਾ ਦਿੱਕਤ ਆਉਂਦੀ ਹੈ ਕਿਉਂਕਿ ਉੱਥੇ ਨਾਲ ਦੀ ਨਾਲ ਪੈਸੇ ਜਮ੍ਹਾਂ ਕਰਾਉਣੇ ਪੈਂਦੇ ਆ ਪਹਿਲਾਂ ਮੈਡੀਵੇ 'ਚ ਵੀ ਚਲੋ ਉਹ ਵੇਟ ਕਰ ਲੈਂਦੇ ਆ ਵੀ ਚਲੋ ਥੋੜ੍ਹੇ ਦਿਨਾਂ ਬਾਅਦ ਚਲੋ ਲੋਕਡਾਊਨ ਖੁੱਲ੍ਹ ਜੂਗਾ ਉਦੋਂ ਦੇ ਦਾਂਗੇ ਦੀਪਕ ਵਾਲੇ ਤਾਂ ਸਾਡੀ ਸਪੋਰਟ ਬਹੁਤ ਜ਼ਿਆਦਾ ਕਰਦੇ ਨੇ ਉੱਥੇ ਕੋਈ ਦਿੱਕਤ ਨਹੀਂ ਆਉਂਦੀ ਜਦੋਂ ਹੁਣ ਲੋਕਡਾਊਨ ਖੁੱਲੂਗਾ ਉਦੋਂ ਬਾਅਦ 'ਚ ਵੀ ਉਹਨਾਂ ਦੇ ਸਾਰੇ ਬਿੱਲ ਕਲੀਅਰ ਕਰ ਦਈਏ ਤਾਂ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਗੀ ਯਾਨੀ ਕਿ ਹੋਰ ਬਹੁਤ ਇੱਦਾਂ ਦੀਆਂ ਰੋਜ਼ਮਰਾ ਦੀਆਂ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ ਜੀ ਜਿਹੜੀਆਂ ਸਾਡੇ ਤੱਕ ਨਹੀਂ ਪਹੁੰਚ ਸਕਦੀਆਂ ਕਰਫਿਊ ਲੱਗਿਆ ਹੋਇਆ ਬਹੁਤ ਭੈਣਾਂ ਭਰਾਵਾਂ ਦੇ ਫੋਨ ਵੀ ਆਉਂਦੇ ਆ ਪੁੱਛਦੇ ਆ ਵੀ ਦੱਸੋ ਅਸੀਂ ਖੁਦ ਹੀ ਉਹਨਾਂ ਨੂੰ ਮਨ੍ਹਾ ਕਰ ਦਿੰਦੇ ਹਾਂ ਵੀ ਨਹੀਂ ਜੀ ਵੀ ਤੁਸੀਂ ਕਿੱਥੇ ਆਓਗੇ ਕੱਲ੍ਹ ਨੂੰ ਰਸਤੇ 'ਚ ਕੋਈ ਰੋਕ ਕੇ ਕੋਈ ਕੱਲ੍ਹ ਨੂੰ ਰਸਤੇ 'ਚ ਤੁਹਾਨੂੰ ਕੋਈ ਬੇਇੱਜ਼ਤੀ ਕਰੇ ਕਿਸੇ ਦੀ ਕੋਈ ਗਲਤ ਬੋਲੇ ਕੋਈ ਪੁਲਿਸ ਮੁਲਾਜ਼ਮ ਉਹ ਵੀ ਇੱਕ ਚੰਗਾ ਨਹੀਂ ਜਿੰਦ ਘੱਟ ਖਾ ਕੇ ਸਾਰ ਲਾਂਗੇ ਪਰ ਕਿਸੇ ਦੀ ਇੱਜ਼ਤ ਨੂੰ ਖਰਾਬ ਕਰਨ ਦੇ ਨਾਲੋਂ ਅਤੇ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਸਮੇਂ 'ਚ ਹੋ ਸਕਦੀਆਂ ਪੂਰੀਆਂ ਕਰਨ ਦੀਆਂ ਹਾਂ ਪੰਡਤ ਸਤਿ ਸ਼੍ਰੀ ਅਕਾਲ ਅਤੇ ਅਰਦਾਸ ਕਰਿਓ ਬਸ ਅਸੀਂ ਇਹ ਸਾਰਾ ਕੁਛ ਕਰ ਸਕੀਏ ਸੱਚੇ ਪਾਤਸ਼ਾਹ ਸਾਨੂੰ ਬਲ ਬੁੱਧੀ ਬਖਸ਼ਣ ਸਮੱਤ ਬੁੱਧੀ ਬਖਸ਼ਣ ਜਿਹੜਾ ਇਹ ਸਾਰਾ ਕਾਰਜ ਆ ਸੱਚੇ ਪਾਤਸ਼ਾਹ ਨੇ ਸਾਨੂੰ ਜਿਹੜਾ ਬਖਸ਼ਿਆ ਹੋਇਆ ਇਹਨਾਂ ਨੂੰ ਅਸੀਂ ਪੂਰਾ ਸਿਰੇ ਚੜ੍ਹਾ ਸਕੀਏ ਅਤੇ ਉਹ ਮਾਵਾਂ ਦੇ ਪੁੱਤ ਆ ਇਹ ਬਜ਼ੁਰਗ ਨੇ ਘਰਾਂ ਦੇ ਵਿੱਚੋਂ ਜਿਹੜੇ ਵਿਛੜੇ ਹੋਈਆਂ ਭੈਣਾਂ ਵਾਂ ਜਿਹੜੀਆਂ ਆਪਣਿਆਂ ਨੂੰ ਛੱਡ ਕੇ ਮੈਂਟਲੀ ਪ੍ਰੋਬਲਮਾਂ ਦੇ ਕਰਕੇ ਕਿਸੇ ਨਾ ਕਿਸੇ ਵਜ੍ਹਾ ਕਰਕੇ ਵਿਛੜ ਗਏ ਨੇ ਇਹਨਾਂ ਦੀਆਂ ਤਸਵੀਰਾਂ ਨੂੰ ਦੇਖੋ ਜੇ ਕੋਈ ਜਾਣਦਾ ਪਹਿਚਾਣਦਾ ਜਾਂ ਤੁਸੀਂ ਕਿਤੇ ਦੇਖਿਆ ਕਿਸੇ ਗੁੱਜਰਾਂ ਦੇ ਵਾੜੇ 'ਚ ਕਿਸੇ ਨੂੰ ਕੰਮ ਕਰਦੇ ਨੂੰ ਜਾਂ ਕਿਸੇ ਨੂੰ ਸੜਕਾਂ 'ਤੇ ਤੁਰੇ ਫਿਰਦੇ ਨੂੰ ਤਾਂ ਪਲੀਜ਼ ਸਾਡੇ ਨਾਲ ਸੰਪਰਕ ਕਰਿਓ ਇਹ ਨੌਜਵਾਨ ਵੀਰ ਸ਼ੁਭਮ ਮਹਿਤਾ 6 ਫੁੱਟ ਕੱਦ ਦਾ ਵੀਰ ਦਾ 6 ਫੁੱਟ 5 ਇੰਚ ਅਤੇ ਇੱਦਾਂ ਹੀ ਹਰਜੀਤ ਸਿੰਘ ਉਰਫ ਬਿੰਦਾ ਇਹ ਇੱਦਾਂ ਹੀ ਸਾਰੇ ਇਹ ਜਿਹੜੇ ਨੌਜਵਾਨ ਵੀਰ ਤੁਸੀਂ ਦੇਖਦੇ ਹੋ ਗੁੰਮੇ ਹੋਏ ਨੇ ਘਰੋਂ ਇਹ ਬਜ਼ੁਰਗ ਕੁਲਵੰਤ ਸਿੰਘ ਸਮਰਾ ਇਹ ਘਰੋਂ ਗੁੰਮੇ ਹੋਏ ਨੇ ਇਹ ਸਵਰਨ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਫਤਿਹਗੜ੍ਹ ਸਾਹਿਬ ਫਤਿਹਗੜ੍ਹ ਸਿਵੀਆਂ ਤਹਿਸੀਲ ਜਗਰਾਓਂ ਇਹ ਸਾਰੇ ਗੁੰਮਸ਼ੁਦਾ ਨੇ ਅਤੇ ਇਹਨਾਂ ਦੀ ਵੀ ਤਲਾਸ਼ ਦੇ ਵਿੱਚ ਤੁਸੀਂ ਸਾਡੀ ਮਦਦ ਕਰ ਸਕਦੇ ਹੋ ਅਤੇ ਇਹ ਸਾਡੇ ਪਰਿਵਾਰ ਦੇ ਮੈਂਬਰਾਂ ਦੀਆਂ ਫੋਟੋਆਂ ਵਾਂ ਆਫਟਰ ਬਿਫੋਰ ਦੀਆਂ ਜਿਹੜੇ ਹਾਲਾਤਾਂ 'ਚ ਆਏ ਸੀ ਸਾਰੇ ਅਤੇ ਇਹ ਸਾਡੇ ਪਰਿਵਾਰ ਦੇ ਉਹ ਮੈਂਬਰ ਨੇ ਜਿਹੜੇ ਇਸ ਟਾਈਮ ਸਾਡੇ ਕੋਲ ਰਹਿ ਰਹੇ ਨੇ ਅਤੇ ਸੱਚੇ ਪਾਤਸ਼ਾਹ ਅੱਗੇ ਅਸੀਂ ਅਰਦਾਸ ਕਰਦੇ ਹਾਂ ਇਸ ਜਿਹੜਾ ਦੌਰ ਚੱਲਦਾ ਕਰੋਨਾ ਮਹਾਂਮਾਰੀ ਦਾ ਇਨਸਾਨੀ ਗਲਤੀਆਂ ਦਾ ਜਵਾਬ ਦਿੱਤਾ ਕੁਦਰਤ ਨੇ ਉਸ ਭਗਵਾਨ ਨੇ ਉਸ ਅੱਲਾ ਨੇ ਉਸ ਵਾਹਿਗੁਰੂ ਨੇ ਉਸ ਰਾਮ ਨੇ ਕਿਉਂਕਿ ਸਾਨੂੰ 84 ਲੱਖ ਜੂਨਾਂ ਦਾ ਸਰਦਾਰ ਬਣਾ ਕੇ ਭੇਜਿਆ ਸੀਗਾ ਅਤੇ ਅਸੀਂ ਕਈ ਜੂਨਾਂ ਹੀ ਖਤਮ ਕਰਤੀਆਂ ਖਾ ਕੇ ਇਨਸਾਨ ਨੂੰ ਭੇਜਿਆ ਸੀਗਾ
भी इस दुनिया नूं बेहतर बनाउण दे लई इस दुनिया दे विच रहिंदे पशु पंछियां दी सेवा संभाल वास्ते पर इंसान ने कई पशुआं नूं कई पंछियां नूं खा खा के खत्म करता ते उहदा खमियाजा उहदी सज़ा असीं भुगत रहे हां। एक अदृश्य चीज़ जिहड़ी सानूं दिखदी भी है नहीं ਉਹ ਸਾਡੀ ਦੁਸ਼ਮਣ ਆ। ਦੇਖੋ ਇੱਦਾਂ ਦਾ ਕੁਦਰਤ ਨੇ ਸਾਡੇ ਨਾਲ ਕੀਤਾ ਵੀ ਅਸੀਂ ਇੰਨੀ ਛੋਟੀ ਚੀਜ਼ ਤੋਂ ਡਰੇ ਹੋਏ ਹਾਂ ਜਿਹੜੀ ਦਿਖਦੀ ਨਹੀਂ ਇੰਨੀ ਬਰੀਕ ਆ ਜਿਹੜੀ ਇੰਨੀ ਛੋਟੀ ਆ ਵੀ ਸਾਨੂੰ ਦਿਖਦੀ ਵੀ ਨਹੀਂ ਇਹਨਾਂ ਅੱਖਾਂ ਦੇ ਨਾਲ। ਉਸ ਚੀਜ਼ ਨੇ ਸਾਨੂੰ ਅੱਜ ਮੂਹਰੇ ਲਾਇਆ ਹੋਇਆ। ਸਾਇੰਸਦਾਨ ਵਿਗਿਆਨੀ ਸਭ ਫੇਲ ਕਰਤੀਆਂ, ਸਰਕਾਰਾਂ ਕੈਨੇਡਾ ਅਮਰੀਕਾ ਵਰਗੀਆਂ ਫੇਲ ਕਰਤੀਆਂ, ਡਾਕਟਰ ਵਿਗਿਆਨੀ ਸਾਇੰਸਦਾਨ ਸਭ ਫੇਲ ਕਰਤੇ। ਅਦ੍ਰਿਸ਼ ਚੀਜ਼ ਨੇ, ਜੇ ਕਿਤੇ ਕੋਈ ਦਿਖਣ ਵਾਲੀ ਚੀਜ਼ ਹੁੰਦੀ, ਜੇ ਕੋਈ ਵੱਡੀ ਚੀਜ਼ ਕਿਤੇ ਕੋਈ ਕਰਦੇ ਤਾਂ ਇਨਸਾਨ ਕੀ ਕਰੂਗਾ। ਅਤੇ ਇੱਕ ਨਿੱਕੀ ਜਿਹੀ ਚੀਜ਼ ਨੇ ਸਾਨੂੰ ਸਾਡੀ ਅਸਲ ਔਕਾਤ ਦਿਖਾਤੀ ਆ, ਦੁਨੀਆ ਖੜਾਤੀ ਆ, ਪਸ਼ੂਆਂ ਪੰਛੀਆਂ ਨੂੰ ਦੁਬਾਰਾ ਉਹਨਾਂ ਦੀ ਜਗ੍ਹਾ ਦਵਾਤੀ ਆ। ਇੱਕ ਉਸ ਚੀਜ਼ ਨੇ ਜਿਹੜੀ ਦਿਖਦੀ ਵੀ ਨਹੀਂ। ਅੱਜ ਕਾਂ ਕਬੂਤਰ ਗਟਾਰਾਂ ਘੁੱਗੀਆਂ ਨੂੰ ਅਸਲ ਜਗ੍ਹਾ ਜਿਹੜੀ ਉਹਨਾਂ ਦੀ ਬਣਦੀ ਸੀ ਉਹ ਦੁਬਾਰਾ ਮਿਲਣੀ ਸ਼ੁਰੂ ਹੋ ਗਈ ਆ। ਕੁਦਰਤ ਦੇ ਵਿੱਚ ਜਿੰਨੀ ਅੱਜ ਸਾਫ਼ ਸਫਾਈ ਨਜ਼ਰ ਆਉਂਦੀ ਆ ਵਾਤਾਵਰਨ 'ਚ ਕਦੇ ਨਹੀਂ ਆਈ ਸੀ। ਅਤੇ ਪਰ ਫਿਰ ਵੀ ਸਾਡੀ ਬੇਨਤੀ, ਆਪੋ ਆਪਣੇ ਘਰਾਂ ਦੇ ਵਿੱਚ ਰਹੋ, ਆਪਣੇ ਬੱਚਿਆਂ ਦੇ ਨਾਲ ਪਿਆਰ ਵਧਾਓ। ਅਸੀਂ 200 ਮੈਂਬਰਾਂ ਦੇ ਪਰਿਵਾਰ 'ਚ ਰਹਿ ਕੇ ਸੁੱਖ ਸ਼ਾਂਤੀ ਨਾਲ ਜ਼ਿੰਦਗੀ ਬਤੀਤ ਕਰ ਰਹੇ ਹਾਂ। ਸਾਡੇ ਕੋਲ ਪਿਛਲੇ 6 ਮਹੀਨਿਆਂ 'ਚ ਸਾਰੀਆਂ ਕੰਟਰੀਆਂ ਤੋਂ ਭੈਣ ਭਰਾ ਮਿਲ ਕੇ ਗਏ ਆ। ਪਰ ਜਿੱਥੇ ਕਹਿੰਦੇ ਮੇਰਾ ਰੁੱਸੇ ਨਾ ਕਲੰਗੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸ ਜੇ, ਅਤੇ ਜਦੋਂ ਕਲੰਗੀਆਂ ਵਾਲਾ ਨਾਲ ਸੀਗਾ ਤਾਂ ਕੋਈ ਫਰਕ ਨਹੀਂ ਪਿਆ। ਉਹਨੇ ਆਪ ਨਾਲ ਹੋ ਕੇ ਸਾਡੇ ਤੋਂ ਇਹ ਸਾਰਾ ਕੁਛ ਕਰਵਾ ਰਹੇ ਨੇ। ਤੰਦਰੁਸਤ ਹਾਂ, ਬਿਮਾਰੀ ਤੋਂ ਵੀ ਬਚੇ ਹੋਏ ਹਾਂ, ਅਤੇ ਜਿੰਨੀਆਂ ਮਹਾਰਾਜ ਨੇ ਖਾਣ ਪੀਣ ਦੀਆਂ ਵਸਤਾਂ ਦੀ ਜ਼ਰੂਰਤ ਸੀ ਉਹ ਵੀ ਸਾਡੀਆਂ ਸਾਰੀਆਂ ਪੂਰੀਆਂ ਕੀਤੀਆਂ ਹੋਈਆਂ। ਅਤੇ ਅਸੀਂ ਅਰਦਾਸ ਕਰਦੇ ਹਾਂ ਜਿਹੜੇ ਸਾਡੇ ਨਾਲ ਜੁੜੇ ਹੋਏ ਭੈਣ ਭਰਾ ਵਾ ਉਹਨਾਂ ਦੇ ਘਰਾਂ ਦੇ ਵਿੱਚ ਵੀ ਸੁੱਖ ਸ਼ਾਂਤੀ ਸੱਚੇ ਪਾਤਸ਼ਾਹ ਇੱਦਾਂ ਹੀ ਤੰਦਰੁਸਤੀ ਬਣਾਈ ਰੱਖਣ, ਉਹਨਾਂ ਭੈਣਾਂ ਭਰਾਵਾਂ ਦੇ ਘਰਾਂ ਦੇ ਵਿੱਚ ਹਰ ਖੁਸ਼ੀ ਦੇਣ ਜਿਹੜੇ ਸਾਡੇ ਪਰਿਵਾਰ ਨਾਲ ਜੁੜੇ ਹੋਏ ਨੇ। ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ, ਸਰਬੱਤ ਦੇ ਭਲੇ ਦੀ ਸੱਚੇ ਪਾਤਸ਼ਾਹ ਨੂੰ ਦੋਨੋਂ ਹੱਥ ਜੋੜ ਕੇ ਅਰਦਾਸ ਕਰਦੇ ਹਾਂ ਵੀ ਇਸ ਦੁਨੀਆਂ ਨੂੰ ਇਸ ਦੁੱਖ ਦੀ ਘੜੀ 'ਚੋਂ ਕੱਢੋ, ਇਹਦਾ ਕੋਈ ਹੱਲ ਕੱਢੋ ਜੀ। ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ।